ਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਪਾਲਾ ਜੀ ਪਰਮ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਬੇ ਤਰੋ ਤਰਾ ਪਰ ਪੁਨ ਪੁਨ ਸਾਜੀ ਪੁਨ ਪੁਨ ਸੀ ਬੰਦੋ ਬਾਰ ਬਾਰ ਜਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰਨ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਪੇਵ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਆਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਜੀਓ ਦੋਹਰਾ ਦਿਵਸ ਜਾਨ ਕਰ ਜਾਨ ਕੋ ਕਸ਼ਕ ਫਕੀਰਨ ਸੰਗ ਕੇਤਕ ਸਿੱਖ ਜੁਤ ਤਿਆਰ ਹੋਏ ਚੜ ਕਰ ਚੱਲਿਓ ਤੁਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਸਭ ਵੱਡੇ ਭਾਗਾਂ ਵਾਲੇ ਹੋ ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹਾਜ਼ਰੀਆਂ ਭਰੀਆਂ ਹਨ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘਾਂ ਪਾਸੋਂ
ਬਹੁਤ ਹੀ ਰਸ ਪਿੰਨਾ ਪ੍ਰੇਮਮਈ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਾਡਾ ਸਾਰੇ ਲੋਕਾਂ ਦਾ ਜਿੰਨੇ ਵੀ ਦੁਨੀਆ 'ਤੇ ਆਏ ਹਾਂ ਇੱਕੋ ਹੀ ਮਕਸਦ ਹੈ, ਕਿਸੇ ਤਰ੍ਹਾਂ ਸਾਡਾ ਧਿਆਨ ਪਰਮਾਤਮਾ ਵਿੱਚ ਜੁੜ ਜਾਵੇ। ਜੇ ਪਰਮਾਤਮਾ 'ਚ ਸਾਡਾ ਧਿਆਨ ਜੁੜ ਗਿਆ ਤਾਂ ਸਾਡਾ ਬੇੜਾ ਦੁੱਖਾਂ ਤੋਂ ਪਾਰ ਹੋ ਜਾਏਗਾ। ਜੇ ਪਰਮਾਤਮਾ 'ਚ ਧਿਆਨ ਨਾ ਜੁੜਿਆ ਅਸੀਂ ਦੁੱਖਾਂ ਦੀ ਨਦੀ 'ਚ ਡੁੱਬਦੇ ਰਹਾਂਗੇ। ਇਹ ਸੰਸਾਰ ਨੂੰ ਭਵ ਸਾਗਰ ਕਹਿੰਦੇ ਨੇ, ਸਾਗਰ ਕਹਿੰਦੇ ਸਮੁੰਦਰ ਨੂੰ, ਭਵ ਮੈਨੇ ਜਿੱਥੇ ਹਰ ਵੇਲੇ ਕੁਝ ਨਾ ਕੁਝ ਹੁੰਦਾ ਰਹੇ ਅਤੇ ਡਰ ਪੈ ਬਣਿਆ ਰਹੇ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਜਿੱਥੇ ਇਹ ਸੰਸਾ ਹੁੰਦਾ ਉਹਨੂੰ ਹੀ ਸੰਸਾਰ ਕਹਿੰਦੇ ਹਨ। ਸੰਸਾ ਪੰਜਾਬੀ ਵਿੱਚ ਲਿਖੋ ਪਹਿਲਾਂ ਸੱਸੇ 'ਤੇ ਟਿੱਪੀ ਅਤੇ ਸੱਸੇ ਨੂੰ ਕੰਨਾ ਅਤੇ ਅੱਗੇ ਪਾ ਦਿਓ ਰਾਰਾ। ਭਾਈ ਗੁਰਦਾਸ ਜੀ ਕਹਿੰਦੇ ਸੰਸਾ ਇਹ ਸੰਸਾਰ ਹੈ, ਜਿੱਥੇ ਹਰ ਵੇਲੇ ਸੰਸਾ ਹੈ, ਹਰ ਵੇਲੇ ਕੁਐਸਚਨ ਮਾਰਕ ਲੱਗਾ ਉਹੀ ਸੰਸਾਰ ਹੈ। ਸੋ ਇਹ ਸੰਸਾਰ ਦੇ ਭਵ ਸਾਗਰ ਤੋਂ ਪਾਰ ਲੰਘਣ ਲਈ ਧਿਆਨ ਨੂੰ ਪ੍ਰਭੂ ਵਿੱਚ ਲਾਉਣਾ, ਪਰਮਾਤਮਾ ਵਿੱਚ ਜੋੜਨਾ, ਉਹਦੇ ਲਈ ਜਿਹੜੇ ਮਹਾਂਪੁਰਸ਼ਾਂ ਨੇ ਸਾਧਨ ਦੱਸੇ ਹਨ ਉਹਨਾਂ 'ਚੋਂ ਸਭ ਤੋਂ ਵਧੀਆ ਤਰੀਕਾ ਹੈ ਕੀਰਤਨ ਕਰਨਾ, ਕਥਾ ਸੁਣਨੀ। ਜਿੱਥੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ ਉੱਥੇ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਕਥਾ ਸੁਣਨ ਨਾਲ ਬੰਦੇ ਦੇ ਦੁੱਖ ਦਲਿੱਦਰ ਦੂਰ ਹੁੰਦੇ। ਸੋ ਆਪ ਜੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਫੇਸਬੁੱਕ ਔਰ ਯੂਟਿਊਬ ਮਾਧਿਅਮ ਰਾਹੀਂ ਦੇਸ਼ਾਂ ਪ੍ਰਦੇਸਾਂ 'ਚ ਵੀ ਸੁਣ ਰਹੇ ਹੋ ਔਰ ਗੁਰੂ ਦਰਬਾਰ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਕੱਲ੍ਹ ਰਾਤ ਕਥਾ ਹੋਈ ਸੀ, ਆਪ ਜੀ ਨੇ ਸਰਵਣ ਕੀਤਾ ਸੀ ਗੁਰੂ ਹਰਿਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਜੋ ਕਿ ਗੁਰੂ ਸਾਹਿਬ ਤੋਂ ਕੁਝ ਕਾਰਨਾਂ ਕਰਕੇ ਗੁਰੂ ਘਰ ਤੋਂ ਦੂਰੀ ਬਣ ਗਈ ਸੀ। ਜਦੋਂ ਉਹਨਾਂ ਨੇ ਔਰੰਗਜ਼ੇਬ ਦੀ ਖੁਸ਼ਾਮਦ ਕਰਦਿਆਂ ਹੋਇਆਂ ਗੁਰਬਾਣੀ ਦੀ ਤੁੱਕ ਉਲਟਾ ਦਿੱਤੀ ਸੀ, ਮਿੱਟੀ ਮੁਸਲਮਾਨ ਕੀ ਦੀ ਥਾਂ 'ਤੇ ਮਿੱਟੀ ਬੇਈਮਾਨ ਕੀ ਕਰਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਸੀ, ਪਰ ਸਤਿਗੁਰੂ ਰਾਏ ਸਾਹਿਬ ਜੀ ਵੱਲੋਂ ਉਹਨਾਂ ਨੂੰ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਸੀ। ਉਹ ਜਾ ਕੇ ਦੇਹਰਾਦੂਨ ਉੱਥੇ ਬਿਰਾਜਮਾਨ ਹੋ ਗਏ ਸਨ। ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਪਾਉਂਟਾ ਸਾਹਿਬ ਵਸਾਇਆ ਉਹ ਦੇਹਰਾਦੂਨ ਦੇ ਬਿਲਕੁਲ ਨੇੜੇ ਸੀ, ਲਗਭਗ 50-40 ਕਿਲੋਮੀਟਰ ਦਾ ਉੱਥੋਂ ਫਾਸਲਾ ਹੈ ਪਾਉਂਟਾ ਸਾਹਿਬ ਤੋਂ ਦੇਹਰਾਦੂਨ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਪਹਿਲਾਂ ਤਾਂ ਡਰ ਤੌਖਲਾ ਜਿਹਾ ਪੈਦਾ ਹੋਇਆ ਵੀ ਮੇਰੇ ਚਾਚਾ ਜੀ ਨੇੜੇ ਆ ਕੇ ਬੈਠ ਗਏ ਨੇ, ਸ਼ਸਤਰਧਾਰੀ ਨੇ, ਯੋਧੇ ਨੇ, ਅਤੇ ਕਿਤੇ ਮੇਰਾ ਡੇਰਾ ਹੀ ਨਾ ਆ ਕੇ ਖੋਹ ਲੈਣ, ਕਿਤੇ ਮੈਨੂੰ ਮੇਰੇ 'ਤੇ ਹਮਲਾ ਹੀ ਨਾ ਕਰ ਦੇਣ। ਪਰ ਜਾਣੀ ਜਾਣ ਸਤਿਗੁਰੂ ਜੀ ਨੇ ਦੀਵਾਨ ਆਨੰਦ ਚੰਦ ਜੀ ਅਤੇ ਪੰਡਿਤ ਦਇਆ ਰਾਮ ਜੀ ਨੂੰ ਭੇਜਿਆ ਕਿ ਜਾ ਕੇ ਬਾਬੇ ਰਾਮ ਰਾਏ ਨੂੰ ਹੌਸਲਾ ਦਿਓ, ਡਰਨ ਦੀ ਕੋਈ ਲੋੜ ਨਹੀਂ, ਉਹ ਸਾਡਾ ਬੱਚਾ ਹੈ, ਸਾਡਾ ਭਤੀਜਾ ਹੈ, ਅਸੀਂ ਆਪਣੇ ਖੂਨ 'ਤੇ ਹਮਲਾ ਨਹੀਂ ਕਰਾਂਗੇ। ਬਾਬਾ ਜੀ ਪੰਡਿਤ ਦਇਆ ਰਾਮ ਜੀ ਅਤੇ ਦੀਵਾਨ ਆਨੰਦ ਚੰਦ ਜੀ ਨੇ ਜਾ ਕੇ ਜਦੋਂ ਹੌਸਲਾ ਦਿੱਤਾ ਤਾਂ ਬਾਬਾ ਰਾਮ ਰਾਏ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਜੇ ਚਾਚਾ ਜੀ ਮੇਰੇ ਨਾਲ ਨੇ ਅਤੇ ਮੈਨੂੰ ਕੋਈ ਖਤਰਾ ਨਹੀਂ, ਉਹ ਗੁਰੂ ਨੇ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ ਅਤੇ ਮੈਂ ਉਹਨਾਂ ਦੇ ਘਰ ਦਾ ਹੀ ਸੇਵਕ ਹਾਂ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚੋਂ ਹੌਲੇ ਹੌਲੇ ਜਿਹੜੀ ਰਾਗ ਦੁਵੈਸ਼ ਦੀ ਮੈਲ ਸੀ ਨਾ
ਉਹ ਉਤਰ ਗਈ। ਅਕਸਰ ਗੁਰੂ ਦੇ ਪੁੱਤਰ ਸਨ, ਬਾਣੀ ਨਾਮ ਜਪਣ ਵਾਲੇ ਸਨ, ਫਰਕ ਪੈ ਗਿਆ, ਖਿਆਲ ਬਦਲ ਗਏ। ਹੌਲੇ ਹੌਲੇ ਮਨ 'ਚ ਇੱਛਾ ਹੋਈ ਵੀ ਦਸਵੇਂ ਪਾਤਸ਼ਾਹ ਨੂੰ ਮਿਲਣਾ ਚਾਹੀਦਾ, ਕਲਗੀਧਰ ਦੇ ਨਾਲ ਮੁਲਾਕਾਤ ਹੋਣੀ ਚਾਹੀਦੀ ਹੈ। ਪਰ ਮੁਲਾਕਾਤ ਜੇ ਮੈਂ ਪੌਂਟੇ ਸਾਹਿਬ ਜਾਵਾਂਗਾ ਤਾਂ ਜਿਹੜੇ ਮੇਰੇ ਮਸੰਦ ਨੇ ਉਹ ਮੇਰੇ ਤੋਂ ਟੁੱਟ ਜਾਣਗੇ, ਉਹ ਕਹਿਣਗੇ ਤਾਂ ਗੁਰੂ ਦਸਵੇਂ ਪਾਤਸ਼ਾਹ ਨਾਲ ਜੁੜ ਗਿਆ ਹੈ ਅਤੇ ਮੇਰੀ ਸੰਗਤ ਜਿਹੜੀ ਮੈਨੂੰ ਮੰਨਦੀ ਹੈ ਉਹਦੇ ਵਿੱਚ ਮੇਰੀ ਮਾਨਤਾ ਘਟੇਗੀ। ਜੇ ਗੁਰੂ ਸਾਹਿਬ ਇੱਥੇ ਆਉਣਗੇ ਮੇਰੇ ਕੋਲ ਤਾਂ ਉਹਨਾਂ ਦਾ ਸਤਿਕਾਰ ਘਟੇਗਾ। ਐਸਾ ਕਰੀਏ ਵੀ ਰਸਤੇ 'ਚ ਕਿਤੇ ਤੀਸਰੀ ਥਾਂ 'ਤੇ ਮੁਲਾਕਾਤ ਪੱਕੀ ਕਰੀਏ। ਉਹਨਾਂ ਨੇ ਆਪਣੇ ਮਸੰਦ ਭਾਈ ਤਾਰੂ ਨੂੰ ਭੇਜਿਆ, ਉਹਨੇ ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਪਤ ਰੂਪ 'ਚ ਬੇਨਤੀ ਕੀਤੀ ਕਿ ਬਾਬਾ ਰਾਮ ਰਾਏ ਜੀ ਆਪ ਜੀ ਨੂੰ ਮਿਲਣਾ ਚਾਹੁੰਦੇ ਹੈ, ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ ਕਿ ਜਾ ਕੇ ਬਾਬੇ ਰਾਮ ਰਾਏ ਜੀ ਕੋਲ ਤੁਸੀਂ ਨਹੀਂ ਜਾ ਸਕਦੇ, ਉਹ ਤੁਹਾਡੇ ਕੋਲ ਨਹੀਂ ਆ ਸਕਦੇ, ਕਿਸੇ ਤੀਸਰੀ ਥਾਂ 'ਤੇ ਮੁਲਾਕਾਤ ਕਰੋ, ਹੋ ਸਕੇ ਤਾਂ ਤੁਸੀਂ ਦੇਹਰਾਦੂਨ ਵਾਲੇ ਪਾਸੇ ਸ਼ਿਕਾਰ ਖੇਡਣ ਦੇ ਬਹਾਨੇ ਆ ਜਾਓ ਅਤੇ ਅਸੀਂ ਤੁਹਾਨੂੰ ਉੱਥੇ ਆ ਕੇ ਮਿਲਾਂਗੇ। ਮਾਮਾ ਕਿਰਪਾਲ ਚੰਦ ਨੇ ਥੋੜ੍ਹੀ ਆਪੱਤੀ ਵੀ ਜਨਾਈ, ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਸਾਡੇ ਲਈ ਸਤਿਕਾਰਯੋਗ ਨੇ, ਉਹਨਾਂ ਨੂੰ ਗੁਰੂ ਘਰ 'ਚ ਆਉਂਦਿਆਂ ਕੀ ਡਰ ਹੈ, ਕੀ ਸ਼ੰਕਾ ਹੈ, ਉਹਨਾਂ ਦਾ ਕੋਈ ਇੱਥੇ ਆਉਣ ਨਾਲ ਮਾਣ ਘਟਣ ਤਾਂ ਨਹੀਂ ਲੱਗਾ, ਬਲਕਿ ਉਹਨਾਂ ਦਾ ਅਸੀਂ ਪੂਰਾ ਸਤਿਕਾਰ ਕਰਾਂਗੇ, ਇੱਜ਼ਤ ਕਰਾਂਗੇ, ਕਿਉਂਕਿ ਉਹਨਾਂ ਨੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਆਪਣੀਆਂ ਕਰਾਮਾਤਾਂ ਸ਼ਕਤੀਆਂ ਦੇ ਨਾਲ ਜਿਹੜੇ ਗੁਰੂ ਘਰ ਦੇ ਦੁਖੀ ਸਨ ਕਾਜੀ ਮੁਲਾਣੇ ਮੁੱਲਾਂ, ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਸੀ। ਤੋ ਇਸ ਕਰਕੇ ਉਹਨਾਂ ਦੀ ਤਾਂ ਵਡਿਆਈ ਸਾਰੇ ਸੰਸਾਰ ਵਿੱਚ ਹੈ, ਉਹ ਕਿਉਂ ਇੱਦਾਂ ਸੋਚਦੇ ਨੇ? ਪਰ ਦਸਵੇਂ ਪਾਤਸ਼ਾਹ ਨੇ ਆਖਿਆ ਕੋਈ ਗੱਲ ਨਹੀਂ ਮਾਮਾ ਜੀ, ਉਹ ਤਾਂ ਸੋਚਦੇ ਨੇ ਵੀ ਮੇਰੇ ਮਸੰਦ ਨਾ ਕਿਤੇ ਮੇਰੇ ਤੋਂ ਟੁੱਟ ਜਾਣ। ਅਸਲ ਮਸੰਦ ਹੀ ਬਾਬਾ ਰਾਮ ਰਾਏ ਨੂੰ ਪਰੇਸ਼ਾਨ ਕਰ ਰਹੇ ਨੇ। ਤੋ ਬਾਬਾ ਰਾਮ ਰਾਏ ਜੀ ਨੂੰ ਕਹਿ ਦਿਓ ਇਸ ਐਤਵਾਰ ਨੂੰ, ਦੂਜ ਦੀ ਤਿਥੀ ਹੈ, ਦੂਜ ਵਾਲੇ ਦਿਨ ਐਤਵਾਰ ਦਾ ਦਿਹਾੜਾ ਹੈ, ਅਸੀਂ ਜਮੁਨਾ ਵਿੱਚ ਬੇੜੀ 'ਤੇ ਬਹਿ ਕੇ ਆਵਾਂਗੇ, ਉਹ ਪਰਲੇ ਪਾਸਿਓਂ ਬੇੜੀ 'ਤੇ ਬਹਿ ਕੇ ਆ ਜਾਣ, ਅਸੀਂ ਬੇੜੀ ਦੇ ਵਿੱਚ ਮੁਲਾਕਾਤ ਕਰਾਂਗੇ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਨਾਲ ਕੁਝ 94 ਸਿੱਖ ਲੈ ਕੇ ਇੱਧਰੋਂ ਚਾਲਾ ਪਾਇਆ, ਉੱਧਰੋਂ 94 ਬੰਦੇ ਲੈ ਕੇ ਬਾਬਾ ਰਾਮ ਰਾਏ ਜੀ ਆਏ। ਦੋਵਾਂ ਦਾ ਮੁਲਾਕਾਤ ਇਹ ਜਮੁਨਾ ਨਦੀ ਦੇ ਵਿਚਕਾਰ ਹੋਣੀ ਹੈ। ਅੱਜ ਇਹ ਕਥਾ ਆਪ ਜੀ ਸਰਵਣ ਕਰੋ, ਮਨ ਬਿਰਤੀਆਂ ਸ੍ਰੀ ਪੌਂਟਾ ਸਾਹਿਬ ਲੈ ਚੱਲੋ, ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਜਿਸ ਦਿਨ ਐਤਵਾਰ ਦਾ ਦਿਨ ਆਇਆ, ਦੂਜ ਵਾਲਾ ਦਿਨ ਆਇਆ, ਕਸ਼ਕ ਫਕੀਰਨ ਸੰਗ, ਕੁਝ ਆਪਣੀ ਸੰਪਰਦਾ ਦੇ ਬਾਬਾ ਰਾਮ ਰਾਏ ਜੀ ਨੇ ਫਕੀਰ ਨਾਲ ਲੈ ਲਏ, ਸਾਧੂ ਨਾਲ ਲੈ ਲਏ, ਕੇਤਕ ਸਿੱਖ ਜੁਗ ਤਿਆਰ ਹੋਏ, ਕੁਝ ਉਹਨਾਂ ਦੇ ਖਾਸ ਸਿੱਖ ਸਨ ਜਿਹੜੇ, ਜਿਹਨਾਂ ਵਿੱਚੋਂ ਭਾਈ ਬਹਿਲੋ ਜੀ ਦੇ ਪਰਿਵਾਰ ਚੋਂ ਭਾਈ ਗੁਰਦਾਸ ਤੇ ਉਹਦਾ ਭਰਾ ਤਾਰਾ ਚੰਦ, ਇਹ ਬਾਬੇ ਰਾਮ ਰਾਏ ਦੇ ਬਹੁਤ ਨੇੜਲੇ ਸਨ। ਇੱਕ ਪੰਮਾ ਸੀ, ਇੱਕ ਮਸੰਦ, ਇੱਕ ਤਾਰੂ
ਇਹ ਸਾਰੇ ਜਿਹੜੇ ਹਨ ਇਕੱਠੇ ਹੋ ਕੇ ਬਾਬੇ ਰਾਮ ਰਾਏ ਦੇ ਨਾਲ ਚੱਲੇ ਹਨ। ਇਹ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਦੇਹਰਾਦੂਨ ਤੋਂ ਚੱਲ ਪਏ ਹਨ। ਬਾਬਾ ਰਾਮ ਰਾਏ ਜੀ ਵੀ ਘੋੜੇ ਤੇ ਸਵਾਰ ਹੋਏ ਹਨ। ਸਤਿਗੁਰੂ ਪੂਰਨ ਸ਼੍ਰੀ ਹਰਿ ਰਾਏ, ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਸੱਤਵੇਂ ਪਾਤਸ਼ਾਹ ਸਿਮਰੋ ਸ਼੍ਰੀ ਹਰਿ ਰਾਏ। ਸੱਤਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ, ਸੋਤ ਸ਼੍ਰੀ ਰਾਮ ਰਾਏ ਹਰਿ ਖਾਏ, ਉਹਨਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਉਹ ਬੜੀ ਖੁਸ਼ੀ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਕਹਿੰਦੇ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਉਸੇ ਵੇਲੇ ਤਿਆਰ ਹੋਏ ਹਨ। ਐਤਵਾਰ ਵਾਲੇ ਦਿਨ ਸਵੇਰੇ ਹੀ ਤਿਆਰੀਆਂ ਕਰ ਲਈਆਂ ਹਨ। ਸੂਰਜ ਸੁਤਾ ਤੀਰ ਕੋ ਚਾਲਾ, ਜਮੁਨਾ ਨਦੀ ਜਿਹੜੀ ਸੂਰਜ ਦੀ ਪੁੱਤਰੀ ਹੈ ਉਹਦੇ ਕੰਢੇ ਵੱਲ ਰੁੱਖ ਕਰ ਲਿਆ ਬਾਬਾ ਰਾਮ ਰਾਏ ਜੀ ਨੇ। ਇੱਧਰ ਪੌਂਟਾ ਸਾਹਿਬ ਵਿੱਚੋਂ ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਵੀ ਤਿਆਰ ਹੋਏ ਨੇ ਬਾਬਾ ਰਾਮ ਰਾਏ ਜੀ ਨੂੰ ਮਿਲਣ ਵਾਸਤੇ। ਚਪਲ ਤੁਰੰਗਮ ਪਰ ਅਸਵਾਰ, ਬੜੇ ਚੰਚਲ ਬਲੀ ਘੋੜੇ ਤੇ ਸਵਾਰ ਹੋਏ ਨੇ। ਦਇਆ ਰਾਮ ਪੁਰੋਹਿਤ ਹੋਏ ਨਾਲੇ, ਕਹਿੰਦੇ ਦਇਆ ਰਾਮ ਪੁਰੋਹਿਤ ਨੂੰ ਨਾਲ ਲੈ ਲਿਆ ਪੰਡਿਤ ਜੀ ਨੂੰ, ਕਿਉਂਕਿ ਇਹ ਸੋਢੀ ਕੁਲ ਦੇ ਪੁਰੋਹਿਤ ਸਨ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕੁਲ ਦੇ ਪੁਰੋਹਿਤ ਸਨ। ਸੰਘਾ ਪੁਰੋਹਿਤ, ਸੰਘੇ ਦਾ ਪੁੱਤਰ ਜਾਤੀ ਮਲਕ ਅਤੇ ਜਾਤੀ ਮਲਕ ਦਾ ਪੁੱਤਰ ਦਇਆ ਰਾਮ, ਇਹ ਜਾਤ ਦੇ ਬ੍ਰਾਹਮਣ ਸਨ ਅਤੇ ਤਿੰਨੇ ਹੀ ਬੜੇ ਸੂਰਮੇ ਸਨ। ਜਾਤੀ ਮਲਕ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦਾ ਜਰਨੈਲ ਸੀ ਅਤੇ ਦਇਆ ਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦਾ ਜਰਨੈਲ ਹੋਇਆ। ਪੰਡਿਤ ਦਇਆ ਰਾਮ ਜੀ ਨੂੰ ਕਲਗੀਧਰ ਜੀ ਨੇ ਨਾਲ ਲਿਆ ਹੈ। ਪੰਜੇ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਾਧ ਸੰਗਤ ਜੀ ਮਹਾਰਾਜ ਦੀ ਭੂਆ ਦੇ ਪੁੱਤਰ ਸਨ, ਕਿਉਂਕਿ ਸਤਿਗੁਰੂ ਤਾਂ ਆਪਣੇ ਮਾਤਾ ਪਿਤਾ ਦੇ ਘਰ ਮਾਤਾ ਗੁਜਰੀ ਦੀ ਕੁੱਖ ਤੋਂ ਇਕੱਲੇ ਹੀ ਪ੍ਰਗਟ ਹੋਏ ਨੇ ਦਸਵੇਂ ਪਾਤਸ਼ਾਹ ਜੀ, ਨਾ ਕੋਈ ਭੈਣ ਨਾ ਕੋਈ ਭਾਈ ਹੋਇਆ, ਪਰ ਉਹਨਾਂ ਦੀ ਭੂਆ ਦੇ ਪੁੱਤਰ ਸਨ ਪੰਜ ਭਰਾ, ਜੀਤ ਮੱਲ, ਸੰਘੋ ਸ਼ਾਹ, ਜਾਤੀ ਮਲਕ, ਸੰਘੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੁਲਾਬ ਰਾਏ, ਗੰਗਾ ਰਾਮ, ਇਹ ਪੰਜ ਵਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਦੋਹਤੇ ਸਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਸਨ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੱਲੇ ਹਨ। ਮਾਤੁਲ ਲੇ ਕਿਰਪਾਲ ਕੋ ਸਾਥ, ਮਾਮੇ ਕਿਰਪਾਲ ਚੰਦ ਨੂੰ ਗੁਰੂ ਸਾਹਿਬ ਜੀ ਨੇ ਨਾਲ ਲਿਆ ਹੈ। ਗਮਨ ਕੀਨ ਕਲਗੀਧਰ ਨਾਥ, ਕਲਗੀਧਰ ਪਾਤਸ਼ਾਹ ਪੌਂਟੇ ਤੋਂ ਚਾਲਾ ਪਾਇਆ ਹੈ। ਬਾਕੀ ਫੌਜ ਸਾਰੀ ਨਹੀਂ ਛੱਡ ਦਿੱਤੀ ਪਿੱਛੇ, ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਰਹੋ ਇੱਥੇ ਪੌਂਟਾ ਸਾਹਿਬ। ਸਿਰਫ ਪੰਜ ਭਰਾ ਗੁਰੂ ਸਾਹਿਬ ਜੀ ਦੇ ਅਤੇ ਇੱਕ ਆਨੰਦ ਚੰਦ ਦੀਵਾਨ ਅਤੇ ਇੱਕ ਪੰਡਿਤ ਦਇਆ ਰਾਮ ਜੀ, ਇਹ ਕੁਝ ਖਾਸ ਖਾਸ ਯੋਧੇ ਮਹਾਰਾਜ ਨੇ ਆਪਣੇ ਨਾਲ ਲਏ ਹਨ। ਔਰ ਸਾਰੇ ਖਲੋ ਕੇ ਵੇਖ ਰਹੇ ਨੇ ਸਤਿਗੁਰੂ ਪਾਤਸ਼ਾਹ ਚੱਲ ਪਏ ਨੇ। ਜਮੁਨਾ ਤੀਰ ਤੀਰ ਜਮੁਨੰਤੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਮੁਨਾ ਦੇ ਕੰਢੇ ਕੰਢੇ ਉੱਪਰ ਨੂੰ ਜਾ ਰਹੇ ਨੇ। ਰੁਚਰ ਪ੍ਰਵਾਹ ਹੇਰ ਹਰ ਖੰਤੇ, ਬੜਾ ਸੋਹਣਾ ਜਮੁਨਾ ਦਾ ਨੀਲਾ ਨੀਲਾ ਪਾਣੀ ਹੈ ਅਤੇ ਉਹਦੇ ਕੰਢਿਆਂ ਦੇ ਉੱਤੇ ਸਤਿਗੁਰੂ ਜੀ ਘੋੜਿਆਂ ਦੇ ਨਾਲ ਸੈਰ ਕਰਦੇ ਜਾ ਰਹੇ ਨੇ। ਨੰਦ ਚੰਦ ਸੋ ਬੋਲਤ ਜਾਤੇ, ਨਾਲ ਦੀਵਾਨ ਆਨੰਦ ਚੰਦ ਨੂੰ ਆਪਣੇ ਘੋੜੇ ਤੇ ਬਰਾਬਰ ਤੋਰਿਆ ਹੋਇਆ ਹੈ ਅਤੇ ਨਾਲ ਆਨੰਦ ਚੰਦ ਦੇ ਗੱਲਾਂ ਬਾਤਾਂ ਬਚਨ ਬਿਲਾਸ ਕਰਦੇ ਜਾ ਰਹੇ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ।
ਸੁੰਦਰ ਨਦੀ ਵਿਪਨ ਬਹੁ ਭਾਂਤੇ, ਬੜੀ ਸੋਹਣੀ ਨਦੀ ਹੈ ਸਾਧ ਸੰਗਤ ਜੀ ਜਮਨਾ, ਅਤੇ ਜਮਨਾ ਦਾ ਕਿਨਾਰਾ ਜੰਗਲ ਵੀ ਬੜਾ ਸੋਹਣਾ ਹੈ। ਜਮਨਾ ਦੇ ਕੰਢੇ ਹਰੇ ਹਰੇ ਦਰਖਤ ਹਨ ਅਤੇ ਬੜਾ ਸੋਹਣਾ ਬਾਨ ਹੈ। ਸੰਗੋ ਸ਼ਾਹ ਜੀਤ ਮਲ ਸੰਗ, ਭਾਈ ਸੰਗੋ ਸ਼ਾਹ ਗੁਰੂ ਸਾਹਿਬ ਜੀ ਦੀ ਭੂਆ ਦੇ ਵੱਡੇ ਪੁੱਤਰ ਅਤੇ ਦੂਜੇ ਨੰਬਰ ਤੇ ਜੀਤ ਮਲ ਜੀ ਜਾ ਰਹੇ ਨੇ। ਗੰਗਾ ਰਾਮ ਅਨੇਕ ਪ੍ਰਸੰਗ, ਗੰਗਾ ਰਾਮ ਦੇ ਨਾਲ ਗੱਲਾਂ ਕਰਦੇ ਨੇ, ਕਦੀ ਦਇਆ ਰਾਮ ਨਾਲ ਗੱਲਾਂ ਕਰਦੇ ਨੇ ਸਤਿਗੁਰੂ, ਕਦੀ ਮਾਰੀ ਚੰਦ ਨਾਲ ਬੋਲਦੇ ਨੇ, ਕਦੀ ਆਪਣੇ ਮਾਮੇ ਕਿਰਪਾਲ ਚੰਦ ਨੂੰ ਕੋਈ ਗੱਲ ਪੁੱਛਦੇ ਨੇ। ਉਹਨਾਂ ਦੇ ਘੇਰੇ ਘੇਰੇ ਵਿੱਚ ਸਤਿਗੁਰਾਂ ਦਾ ਘੋੜਾ ਹੈ। ਇਹ 5-7 94 ਜਿਹੜੇ ਯੋਧੇ ਹਨ ਗੁਰੂ ਘਰ ਦੇ ਸੂਰਮੇ ਹਨ, ਇਹ ਗੁਰੂ ਸਾਹਿਬ ਦੇ ਅੱਗੇ ਪਿੱਛੇ ਤਿਆਰ ਬਰ ਤਿਆਰ ਬੰਦੂਕਾਂ ਤੀਰ ਕਮਾਨ ਸ਼ਸਤਰ ਬਸਤਰ ਪਹਿਨ ਕੇ ਘੋੜਿਆਂ 'ਤੇ ਜਾ ਰਹੇ ਨੇ। ਬਾਹੁਲ ਮਾਰੀ ਚੰਦ ਪਰਵੀਨ, ਮਾਰੀ ਚੰਦ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਬੜਾ ਹੀ ਜੰਗੀ ਯੋਧਾ ਹੈ। ਸੰਗ ਗੁਲਾਬ ਚੰਦ ਬਲਪੀਨ, ਤੇ ਗੁਲਾਬ ਚੰਦ ਵੀ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਬੜਾ ਸੂਰਮਾ ਹੈ। ਪੰਚੋ ਬੀਰਨ ਕੋ ਗੁਰਹੇਰ, ਇਹਨਾਂ ਪੰਜਾਂ ਭਰਾਵਾਂ ਨੂੰ ਮਹਾਰਾਜ ਆਪਣੇ ਪੰਜ ਪਾਂਡਵ ਕਿਹਾ ਕਰਦੇ ਸਨ। ਜਿਵੇਂ ਮਹਾਰਾਜ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਅਵਤਾਰ ਹੋਏ ਨੇ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੀ ਭੂਆ ਦੇ ਪੰਜ ਪੁੱਤਰ ਸਨ, ਮਹਾਰਾਜ ਯੁਧਿਸ਼ਟਰ, ਭੀਮਸੈਨ, ਅਰਜਨ, ਨਕੁਲ ਅਤੇ ਸਹਿਦੇਵ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਭੂਆ ਦੇ ਵੀ ਪੰਜ ਹੀ ਪੁੱਤਰ ਸਨ, ਬਾਈ ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ ਅਤੇ ਗੁਲਾਬ ਰਾਏ। ਪੰਜੇ ਹੀ ਬੜੇ ਸੂਰਮੇ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਤੇ ਮਹਾਰਾਜ ਦਸਵੇਂ ਪਾਤਸ਼ਾਹ ਉੱਥੇ ਕੁ ਪਹੁੰਚ ਗਏ ਜਿੱਥੇ ਬਾਬਾ ਰਾਮ ਰਾਏ ਜੀ ਨੇ ਆਉਣਾ ਸੀ। ਉੱਥੇ ਘੋੜਾ ਰੋਕ ਲਿਆ ਅਤੇ ਕਹਿਣ ਲੱਗੇ, ਭਰਾ ਜੀ ਆਓ ਫਿਰ ਅੱਜ ਘੋੜ ਦੌੜ ਕਰੀਏ, ਕਿਉਂਕਿ ਜਮਨਾ ਦੇ ਕੰਢੇ ਦੇ ਉੱਤੇ ਨਾ ਰੇਤਾ ਬੜਾ ਸੋਹਣਾ ਹੁੰਦਾ ਅਤੇ ਘੋੜਿਆਂ ਦੇ ਦੌੜਨ ਵਾਸਤੇ ਬੜੀ ਸਾਫ਼ ਸੁਥਰੀ ਜਗ੍ਹਾ ਸੀ। ਕਲਗੀਧਰ ਪਾਤਸ਼ਾਹ ਕਹਿੰਦੇ ਮਾਮਾ ਕਿਰਪਾਲ ਚੰਦ ਜੀ ਨੂੰ ਅਤੇ ਆਪਣੇ ਭਰਾਵਾਂ ਨੂੰ, ਆਪਾਂ ਆਪਣੇ ਆਪਣੇ ਘੋੜਿਆਂ ਦੀ ਦੌੜ ਲਾਈਏ। ਘੋੜੇ ਨੂੰ ਦੌੜਾ ਕੇ ਸ਼ਸਤਰ ਦਾ ਵਾਰ ਕਿਵੇਂ ਕਰੀਦਾ, ਕਿਉਂਕਿ ਜੰਗ ਦੇ ਮੈਦਾਨ ਵਿੱਚ ਘੋੜਾ ਹਵਾ ਦੀ ਤਰ੍ਹਾਂ ਦੌੜਦਾ ਹੋਵੇ ਅਤੇ ਉਹ ਚੱਲਦੇ ਹੋਏ ਘੋੜੇ ਤੋਂ ਬੰਦੂਕ ਨਾਲ ਨਿਸ਼ਾਨਾ ਲਾਉਣਾ ਸੌਖਾ ਕੰਮ ਨਹੀਂ ਹੈ, ਉੱਡਦੇ ਹੋਏ ਘੋੜੇ ਤੋਂ ਤੀਰ ਨਾਲ ਨਿਸ਼ਾਨਾ ਲਾਉਣਾ, ਉੱਡਦੇ ਹੋਏ ਘੋੜੇ ਤੋਂ ਨੇਜਾ ਵਗਾ ਕੇ ਦੁਸ਼ਮਣ ਦੀ ਛਾਤੀ 'ਚ ਮਾਰਨਾ, ਉੱਡਦੇ ਹੋਏ ਘੋੜੇ ਤੋਂ ਢਾਲ ਤਲਵਾਰ ਦੇ ਨਾਲ ਦੁਸ਼ਮਣ ਦਾ ਸਿਰ ਵੱਢ ਕੇ ਲੈ ਜਾਣਾ, ਇਹ ਸਾਰੀ ਵਿੱਦਿਆ ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਯੋਧਿਆਂ ਨੂੰ ਸਿਖਾਇਆ ਕਰਦੇ ਸਨ। ਕਹਿੰਦੇ ਆਓ ਭਰਾ ਜੀ ਅਜੇ ਬਾਬਾ ਰਾਮ ਰਾਏ ਜੀ ਦੇ ਆਉਣ 'ਚ ਥੋੜ੍ਹੀ ਦੇਰੀ ਹੈ, ਉਹਨਾਂ ਚਿਰ ਆਪਾਂ ਇੱਥੇ ਸ਼ਸਤਰ ਵਿੱਦਿਆ ਦਾ ਅਭਿਆਸ ਕਰ ਲਈਏ, ਆਪਣੀ ਕਵਾਇਦ ਕਰਕੇ ਪ੍ਰੈਕਟਿਸ ਕਰਕੇ ਅਭਿਆਸ ਕਰਕੇ ਵਿਖਾਓ ਸਾਨੂੰ, ਦੇਖਦੇ ਅੱਜ ਕਿਹੜਾ ਘੋੜਾ ਅੱਗੇ ਲੰਘਦਾ ਹੈ, ਕਿਹੜਾ ਨਿਸ਼ਾਨਾ ਟਿਕਾਣੇ ਤੇ ਵੱਜਦਾ ਹੈ। ਘੋੜਿਆਂ ਦੇ ਦੌੜਨ ਵਾਸਤੇ ਜਮਨਾ ਦੇ ਕੰਢੇ ਦੇ ਮੈਦਾਨ ਬੜਾ ਸਾਫ਼ ਸੁਥਰਾ ਸੀਗਾ। ਸ੍ਰੀ ਕਲਗੀਧਰ ਪਾਤਸ਼ਾਹ ਦਾ ਦਿਲ ਕਰ ਆਇਆ ਇੱਥੇ ਅੱਜ ਘੋੜ ਦੌੜ ਕਰਾਈਏ, ਤੇ ਆਪਣੇ ਆਪਣੇ ਬਲੀ ਘੋੜੇ, ਇੱਕ ਤੋਂ ਇੱਕ ਚੜ੍ਹਦਾ ਘੋੜਾ ਸੀ ਮਹਾਰਾਜ ਦੇ ਕੋਲ, ਮਹਾਰਾਜ ਦਸਵੇਂ ਪਾਤਸ਼ਾਹ ਦਾ ਘੋੜਾ, ਸੰਗੋ ਸ਼ਾਹ ਦਾ ਘੋੜਾ, ਮਾਮੇ ਕਿਰਪਾਲ ਚੰਦ ਦਾ ਘੋੜਾ, ਦੀਵਾਨ ਨੰਦ ਚੰਦ ਦਾ ਘੋੜਾ, ਪੰਡਿਤ ਦਇਆ ਰਾਮ ਜੀ ਦਾ ਘੋੜਾ, ਇੱਕ ਤੋਂ ਇੱਕ ਚੜ੍ਹਦੇ ਘੋੜੇ ਸਨ ਅਤੇ ਸੂਰਮਿਆਂ ਨੇ ਫਿਰ ਆਪਣੇ ਆਪਣੇ ਘੋੜਿਆਂ ਦੀ ਦੌੜ ਛੱਡੀ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਅਜੇ ਦੇਖ ਰਹੇ ਨੇ, ਪਹਿਲਾਂ ਆਪਣੀ ਫੌਜ ਦੇ, ਪਹਿਲਾਂ ਆਪਣਾ ਘੋੜਾ ਨਹੀਂ ਦੌੜਾਇਆ,
ਪਹਿਲਾਂ ਆਪਣੀ ਭੂਆ ਦੇ ਪੁੱਤਰਾਂ ਨੂੰ ਕਿਹਾ ਹੈ ਤੁਸੀਂ ਆਪਣੇ ਘੋੜੇ ਛੱਡੋ, ਤੇ ਸਾਰਿਆਂ ਨੇ ਵਾਰੀ ਵਾਰੀ ਘੋੜੇ ਛੱਡੇ ਹਨ, ਤੇ ਸਾਰੇ ਇੱਕ ਤੋਂ ਇੱਕ ਵੱਧ ਕੇ ਸੂਰਮੇ ਸਨ, ਸ਼ਸਤਰ ਵਿੱਦਿਆ ਵਿੱਚ ਮਾਹਰ ਸਨ। ਘੋੜਾ ਦੌੜਦਾ ਜਾ ਰਿਹਾ ਤੇ ਨੇਜੇ ਦੇ ਨਾਲ ਉਹ ਬਾਜੀ ਏਦਾਂ ਪੁੱਟ ਕੇ ਲਿਜਾਣੀ ਹੈ, ਨਿਸ਼ਾਨਾ ਲਾਉਣਾ, ਘੋੜੇ ਨੂੰ ਵੀ ਕੰਟਰੋਲ ਕਰਨਾ ਹੈ ਤੇ ਉਹਦੇ ਉੱਤੇ ਨਿਸ਼ਾਨਾ ਵੀ ਰੱਖਣਾ ਹੈ, ਤੇ ਐਨ ਜਦੋਂ ਮੌਕਾ ਆਉਣਾ ਉਦੋਂ ਹੀ ਉਹਨੂੰ ਮਾਰ ਕੇ ਲੈ ਕੇ ਜਾਣਾ। ਉਸ ਤੋਂ ਬਾਅਦ ਫਿਰ ਦੁਸ਼ਮਣ ਨੂੰ ਦੂਰੋਂ ਵਗਾ ਕੇ ਨੇਜਾ ਕਿਵੇਂ ਮਾਰਨਾ ਹੈ, ਨਿਸ਼ਾਨੇ ਦੇ ਉੱਤੇ ਤੀਰ ਕਿਵੇਂ ਨਿਸ਼ਾਨੇ 'ਤੇ ਚੱਲਦੇ ਘੋੜੇ ਤੋਂ ਛੱਡਣਾ ਹੈ, ਇਹ ਸਾਰੀ ਵਿੱਦਿਆ ਆਪਣੇ ਯੋਧਿਆਂ ਕੋਲੋਂ ਕਲਗੀਧਰ ਪਾਤਸ਼ਾਹ ਜੀ ਕਰਾ ਰਹੇ ਹਨ। ਦੀਵਾਨ ਆਨੰਦ ਚੰਦ ਮਹਾਰਾਜ ਦੇ ਕੋਲ ਖੜਾ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸ਼ਾਬਾਸ਼ ਦਿੱਤੀ ਹੈ, ਉਹਦਾ ਉਤਸ਼ਾਹ ਵਧਾਇਆ ਹੈ। ਇਹ ਦੀਵਾਨ ਆਨੰਦ ਚੰਦ ਸਾਧ ਸੰਗਤ ਜੀ ਭਾਈ ਉਮਰ ਸ਼ਾਹ ਦਾ ਪੋਤਰਾ ਸੀ। ਭਾਈ ਉਮਰ ਸ਼ਾਹ ਬ੍ਰਹਮ ਗਿਆਨੀ ਗੁਰੂ ਘਰ ਦਾ ਇੱਕ ਮਸੰਦ ਹੋਇਆ, ਡਰੌਲੀ ਭਾਈ ਕੀ ਪਿੰਡ ਹੈ ਇਹ ਮੋਗੇ ਦੇ ਕੋਲ, ਉੱਥੋਂ ਦਾ ਰਹਿਣ ਵਾਲਾ। ਇਹਦਾ ਸੰਸਕਾਰ ਦੀਵਾਨ ਆਨੰਦ ਚੰਦ ਦਾ ਕਾਲਾ ਸੰਘਿਆ ਪਿੰਡ ਹੈ ਕਪੂਰਥਲੇ ਜ਼ਿਲ੍ਹੇ ਵਿੱਚ, ਉੱਥੇ ਹੋਇਆ ਹੈ। ਸੋ ਸਾਧ ਸੰਗਤ ਜੀ ਇਹ ਬੜਾ ਸੂਰਮਾ ਕਲਗੀਧਰ ਪਾਤਸ਼ਾਹ ਦਾ ਬਹੁਤ ਵੱਡਾ ਦੀਵਾਨ ਸੀਗਾ, ਪੜ੍ਹਿਆ ਲਿਖਿਆ ਵੀ ਸੀ, ਸ਼ਸਤਰ ਵਿੱਦਿਆ ਵਿੱਚ ਵੀ ਬੜਾ ਮਾਹਰ ਸੀ, ਅਤੇ ਕਲਗੀਧਰ ਪਾਤਸ਼ਾਹ ਦੇ ਬਾਕੀ ਮਸੰਦਾਂ ਨਾਲੋਂ ਇਸ ਕਰਕੇ ਵੱਖਰਾ ਸੀ ਕਿ ਬਾਕੀ ਡਰਪੋਕ ਸਨ, ਇਹ ਸੂਰਮਾ ਸੀ। ਮਹਾਰਾਜ ਇਹਨੂੰ ਆਪਣੇ ਕੋਲ ਰੱਖਦੇ ਸਨ, ਉਹਨੇ ਆਪਣਾ ਘੋੜਾ ਦਿਖਾ ਦੌੜਾਇਆ ਹੈ। ਕਹਿੰਦੇ ਸ਼ਸਤਰ ਦਾ ਵਾਰ ਕਿਵੇਂ ਕਰਨਾ ਹੈ, ਇਹ ਦੀਵਾਨ ਆਨੰਦ ਚੰਦ ਕਰਕੇ ਵਿਖਾ ਰਿਹਾ ਪ੍ਰੈਕਟੀਕਲ। ਸੱਜੇ ਪਾਸੇ ਜੇ ਦੁਸ਼ਮਣ ਆ ਜਾਏ ਤੇ ਸੱਜੇ ਪਾਸੇ ਵਾਰ ਕਿਵੇਂ ਕਰਨਾ, ਜੇ ਘੋੜੇ ਦੇ ਖੱਬੇ ਪਾਸੇ ਦੁਸ਼ਮਣ ਆ ਜਾਏ ਤੇ ਖੱਬੇ ਪਾਸੇ ਵਾਰ ਕਿਵੇਂ ਕਰਨਾ, ਦੁਸ਼ਮਣ ਦਾ ਆਉਂਦਾ ਵਾਰ ਰੋਕਣਾ ਕਿਵੇਂ ਹੈ, ਦੁਸ਼ਮਣ ਦੇ ਤੀਰ ਤੋਂ, ਦੁਸ਼ਮਣ ਦੀ ਗੋਲੀ ਤੋਂ, ਦੁਸ਼ਮਣ ਦੇ ਬਰਛੇ ਤੋਂ ਬਚਣਾ ਕਿਵੇਂ ਹੈ, ਤੇ ਦੁਸ਼ਮਣ ਦੇ ਵਾਰ ਦਾ ਅੱਗੋਂ ਉੱਤਰ ਕਿਵੇਂ ਦੇਣਾ ਹੈ, ਇਹ ਦੀਵਾਨ ਆਨੰਦ ਚੰਦ ਨੇ ਕਰਕੇ ਵਿਖਾਇਆ ਹੈ। ਜਦੋਂ ਦੀਵਾਨ ਆਨੰਦ ਚੰਦ ਨੇ ਆਪਣੇ ਕਰਤੱਵ ਦਿਖਾਏ ਤੇ ਪੰਡਿਤ ਦਇਆ ਰਾਮ ਜੀ ਵੀ ਕਿਹੜਾ ਘੱਟ ਸਨ, ਉਹ ਵੀ ਆਪਣੇ ਪਿਓ ਦਾਦੇ ਦੀ ਤਰ੍ਹਾਂ ਗੁਰੂ ਘਰ ਦੇ ਬੜੇ ਮੰਨੇ ਸੂਰਮੇ ਸਨ। ਇਹਨਾਂ ਦੇ ਪਿਤਾ ਜਾਤੀ ਮਲਕ ਨੇ ਛੇਵੇਂ ਪਾਤਸ਼ਾਹ ਨਾਲ ਚਾਰੇ ਜੰਗਾਂ ਵਿੱਚ ਹਾਜ਼ਰੀ ਭਰੀ ਸੀ, ਬੜਾ ਸੂਰਮਾ ਸੀ ਔਰ ਜੰਗਾਂ ਵਿੱਚ ਹੀ ਲੜਦਾ ਹੋਇਆ ਸ਼ਹੀਦ ਹੋਇਆ ਸੀ। ਉਹ ਜਾਤੀ ਮਲਕ ਦਾ ਇਹ ਪੁੱਤਰ ਦਇਆ ਰਾਮ, ਇਹਦਾ ਵੀ ਹੌਸਲਾ ਹੋਇਆ ਵੀ ਮੈਂ ਵੀ ਹੁਣ ਆਪਣੇ ਕਰਤੱਵ ਦਿਖਾਵਾਂ। ਇਹਨੇ ਆਪਣੇ ਘੋੜੇ ਨੂੰ ਅੱਡੀ ਲਾਈ, ਘੋੜਾ ਤਿੱਖਾ ਕੀਤਾ ਤੇ ਹਵਾ ਨਾਲ ਘੋੜਾ ਗੱਲਾਂ ਕਰਨ ਲੱਗ ਪਿਆ। ਕਹਿੰਦੇ ਫਿਰ ਘੋੜਾ ਦੌੜਾ ਕੇ ਸ਼ਸਤਰ ਦਾ ਵਾਰ ਕਿਵੇਂ ਕਰੀਦਾ, ਪੰਡਿਤ ਦਇਆ ਰਾਮ ਜੀ ਆਪ ਯੋਧਿਆਂ ਨੂੰ ਸਿਖਾਇਆ ਕਰਦੇ ਸਨ। ਸਰਵ ਪ੍ਰਕਾਰ ਦੇ ਨਾਲ ਦਇਆ ਰਾਮ ਨੇ ਸ਼ਸਤਰ ਵਿੱਦਿਆ ਦੇ ਕੌਤਕ ਕਰਕੇ ਵਿਖਾਏ ਹਨ। ਫਿਰ ਮਾਮਾ ਕਿਰਪਾਲ ਚੰਦ ਦੀ ਵਾਰੀ ਆ ਗਈ, ਜਿਹੜਾ ਬਹੁਤ ਯੋਧਾ ਸੀ, ਕਿਉਂਕਿ ਮਾਮਾ ਕਿਰਪਾਲ ਮਾਤਾ ਗੁਜਰੀ ਦਾ ਛੋਟਾ ਭਰਾ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਫੌਜ ਵਿੱਚ ਭਰਤੀ ਹੋਇਆ ਸੀਗਾ। ਪੰਜ ਪਾਤਸ਼ਾਹੀਆਂ ਦੇ ਮਾਮੇ ਕਿਰਪਾਲ ਚੰਦ ਨੇ ਦਰਸ਼ਨ ਕੀਤੇ ਸਨ ਤੇ ਬੜਾ ਸੂਰਮਾ ਸੀ, ਫਿਰ ਉਹਨੇ ਆਪਣਾ ਘੋੜਾ ਦੌੜਾਇਆ ਹੈ। ਉਹਨੇ ਸਰਵ ਪ੍ਰਕਾਰ ਦੇ ਸ਼ਸਤਰ ਚਲਾਏ ਨੇ, ਗੋਲੀ ਕਿਵੇਂ ਚਲਾਈ ਦੀ ਹੈ ਘੋੜੇ ਤੋਂ, ਤੀਰ ਕਿਵੇਂ ਘੋੜੇ ਤੋਂ ਚਲਾਈਦਾ ਹੈ, ਨੇਜਾ ਕਿਵੇਂ ਮਾਰੀਦਾ ਹੈ ਔਰ ਢਾਲ ਤਲਵਾਰ ਨਾਲ ਘੋੜੇ ਤੇ ਬਹਿ ਕੇ ਜੰਗ ਕਿਵੇਂ ਕਰੀਦਾ ਹੈ,
ਇਹ ਸਾਰੇ ਸ਼ਸਤਰ ਉਹਨੇ ਚਲਾਏ ਹਨ। ਚੰਚਲ ਬਲੀ ਫੇਰ ਬਹੁ ਭਾਂਤ, ਉਹਨੇ ਆਪਣਾ ਬਲੀ ਘੋੜਾ ਚੰਚਲ ਘੋੜਾ ਕਈ ਤਰ੍ਹਾਂ ਫੇਰਿਆ। ਘੋੜਿਆਂ ਦੀ ਕਈ ਚਾਲਾਂ ਹੁੰਦੀਆਂ, ਘੋੜਾ ਰਵਾਲ ਚਾਲ, ਛੋਟੀ ਵੱਡੀ, ਰੇਵੀਆ, ਦੁੜਕੀ, ਇਹ ਸਾਰੀਆਂ ਘੋੜਿਆਂ ਦੀਆਂ ਚਾਲਾਂ ਹੁੰਦੀਆਂ। ਮਹਾਰਾਜ ਦੇ ਮਾਮੇ ਨੇ ਸਾਰੀਆਂ ਕੱਢ ਕੇ ਦਿਖਾਈਆਂ ਹਨ ਚਾਲਾਂ। ਜਥਾ ਹੋਤ ਯੋਧਨ ਕੀ ਘਾਤ, ਜਿਵੇਂ ਯੋਧਿਆਂ ਦੀ ਬਿਰਤੀ ਹੁੰਦੀ ਹੈ, ਯੋਧਿਆਂ ਦੇ ਦਾਹ ਹੁੰਦੇ ਨੇ, ਪੇਚ ਹੁੰਦੇ ਨੇ ਲੜਾਈ ਦੇ, ਸਾਰੇ ਮਾਮਾ ਕਿਰਪਾਲ ਚੰਦ, ਕਿਉਂਕਿ ਉਹਨੇ ਛੇਵੇਂ ਪਾਤਸ਼ਾਹ ਤੋਂ ਸਿੱਖੇ ਸਨ, ਉਹ ਪੁਰਾਣਾ ਯੋਧਾ ਸੀ, ਉਹਨੇ ਆਪਣੇ ਸਾਰੇ ਭਾਣਜੇ ਨੂੰ ਵੀ ਤੇ ਬਾਕੀਆਂ ਨੂੰ ਵੀ ਉਹ ਕੌਤਕ ਕਰਕੇ ਵਿਖਾਏ ਹਨ। ਸਭ ਵਿਦ ਕੀ ਕਰ ਕਰ ਦਿਖਾਈ, ਕਹਿੰਦੇ ਸਭ ਤਰ੍ਹਾਂ ਦੀ ਆਪਣੀ ਵਿਦਿਆ ਦੇ ਕਰਤੱਵ ਉਸ ਬੁੱਢੇ ਜਰਨੈਲ ਨੇ ਸ੍ਰੀ ਗੁਰੂ ਕਰਕਰਗੀਧਰ ਪਾਤਸ਼ਾਹ ਨੂੰ ਵਿਖਾਏ ਹਨ। ਭਗਨੀ ਸੁੱਤ ਕੇ ਖੁਸ਼ੀ ਉਪਾਈ, ਆਪਣੇ ਭਾਣਜੇ ਨੂੰ ਖੁਸ਼ ਕਰ ਦਿੱਤਾ ਹੈ। ਭਗਨੀ ਸੁੱਤ ਅਰਥਾਤ ਭੈਣ ਦਾ ਪੁੱਤਰ, ਮਾਂ ਗੁਜਰੀ ਦਾ ਲਾਲ, ਕਲਗੀਆਂ ਵਾਲਾ, ਮਾਮੇ ਕਿਰਪਾਲ ਚੰਦ ਦਾ ਭਾਣਜਾ ਹੈ ਨਾ, ਇਸ ਕਰਕੇ ਮਾਮੇ ਨੇ ਆਪਣੇ ਭਾਣਜੇ ਨੂੰ ਖੁਸ਼ ਕਰਨ ਲਈ ਆਪਣੇ ਕਰਤੱਵ ਸਾਰੇ ਹੀ ਵਿਖਾਏ ਹਨ। ਪ੍ਰਿਥਕ ਪ੍ਰਿਥਕ ਇਹ ਸਭ ਕੀ ਦੇਖ, ਸਾਰਿਆਂ ਦੇ ਮਹਾਰਾਜ ਨੇ ਕੌਤਕ ਵੇਖੇ, ਆਪਣੇ ਭੂਆ ਦੇ ਪੁੱਤਰਾਂ ਦੇ ਵੀ, ਆਪਣੇ ਦੀਵਾਨ ਆਨੰਦ ਚੰਦ ਦੇ ਵੀ, ਆਪਣੇ ਪੁਰੋਹਿਤ ਦਇਆ ਰਾਮ ਦੇ ਵੀ, ਆਪਣੇ ਮਾਮੇ ਕਿਰਪਾਲ ਚੰਦ ਦੇ ਵੀ ਜੌਹਰ ਵੇਖੇ ਹਨ। ਸ਼੍ਰੀ ਕਲਗੀਧਰ ਤੁਰੰਗ ਵਿਸ਼ੇਸ਼, ਹੁਣ ਕਲਗੀਧਰ ਦਾ ਘੋੜਾ ਕਿੱਥੇ ਰਹਿ ਸਕਦਾ ਸੀ, ਮਹਾਰਾਜ ਕਹਿੰਦੇ ਹੁਣ ਸਾਡੀ ਵਾਰੀ ਹੈ। ਕਰਿਓ ਤੇਜ ਪਗ ਮੋਰਤ ਦੌਣ, ਕਹਿੰਦੇ ਘੋੜਾ ਦੂਜਿਆਂ ਘੋੜਿਆਂ ਨੂੰ ਦੌੜਦਿਆਂ ਵੇਖ ਕੇ ਨਾ, ਤੇ ਉਹ ਕਹਿੰਦਾ ਮੈਨੂੰ ਛੱਡੋ ਹੁਣ, ਅਗਲੇ ਪੈਰ ਦੋਵੇਂ ਐਂ ਟੇਢੇ ਟੇਢੇ ਕਰ ਕਰਕੇ ਇਹਨਾਂ ਦੇ ਪੈਰ ਧਰਦਾ ਸੀ ਤੇ ਮਹਾਰਾਜ ਤੋਂ ਜ਼ੋਰ ਨਾਲ ਛੁਡਾਉਣਾ ਚਾਹੁੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਘੋੜਾ ਹੁਣ ਤੇਜ਼ ਹੋ ਗਿਆ ਹੈ। ਕਹਿੰਦੇ ਘੋੜਾ ਇੰਨੇ ਵੀਰ ਰਸ ਚ ਆ ਗਿਆ, ਕਹਿੰਦਾ ਵੀ ਹਵਾ ਹੁਣ ਜੇ ਮੇਰੇ ਤੋਂ ਅੱਗੇ ਲੰਘ ਗਈ ਤਾਂ ਫਿਰ ਮੈਂ ਕੀ ਹੋਇਆ। ਆਖੋ ਸਤਨਾਮ ਸ੍ਰੀ, ਜਿਵੇਂ ਪਾਤਸ਼ਾਹ ਨੇ ਲਿਖਿਆ ਨਾ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਨ ਕੋ ਜਾਤ ਨਿਵਾਰੀ। ਹਵਾ ਨੂੰ ਪਿੱਛੇ ਛੱਡ ਕੇ ਫਿਰ ਘੋੜਾ ਅੱਗੇ ਜਾਂਦਾ, ਇਹ ਦਸਵੇਂ ਪਾਤਸ਼ਾਹ ਦਾ ਘੋੜਾ ਹੈ। ਕਹਿੰਦੇ ਹਿਰਨ ਦਾ ਬੱਚਾ ਕੀ ਹੈ ਜਿਹੜਾ ਮੇਰੇ ਬਰਾਬਰ ਦੌੜ ਲਵੇ। ਕੋਟ ਤੁਰੰਗ ਕੁਰੰਗ, ਕੁਰੰਗ ਕੀ ਹੁੰਦਾ, ਤੁਰੰਗ ਹੁੰਦਾ ਘੋੜਾ ਤੇ ਕੁਰੰਗ ਹੁੰਦਾ ਹਿਰਨ। ਤੁਰੰਗ ਮੈਨੇ ਤੱਤੇ ਨਾਲ ਹੋ ਗਿਆ, ਤੁਰੰਗ ਘੋੜਾ ਤੇ ਕੁਰੰਗ ਹਿਰਨ। ਕਹਿੰਦੇ ਹਿਰਨ ਤੋਂ ਵੀ ਵੱਡੀਆਂ ਚੁੰਗੀਆਂ ਭਰ ਕੇ ਉੱਡਣ ਵਾਲੇ ਘੋੜੇ ਹਨ। ਦਸਵੇਂ ਪਾਤਸ਼ਾਹ ਨੇ ਕ੍ਰਿਸ਼ਨ ਰਾਮਾ ਅਵਤਾਰ ਵਿੱਚ ਇੱਕ ਸਵਈਆ ਲਿਖਿਆ, ਕਹਿੰਦੇ ਘੋੜਿਆਂ ਦੀ ਚੰਚਲਤਾ ਉੱਤੇ ਲਿਖਿਆ, ਕਹਿੰਦੇ ਕਿੰਨੇ ਸੋਹਣੇ ਨੇ ਘੋੜੇ, ਨਾਗਰਾ ਕੇ ਨੈਣ ਹੈ, ਜਿਵੇਂ ਇੱਕ ਸੁੰਦਰ ਚੰਚਲ ਇਸਤਰੀ ਦੀਆਂ ਅੱਖਾਂ ਮਟਕਦੀਆਂ ਨੇ, ਚੰਚਲ ਹੁੰਦੀਆਂ ਨੇ। ਕਹਿੰਦੇ ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ, ਜਿਵੇਂ ਇੱਕ ਵਿਦਵਾਨ ਵਕਤਾ ਦੀ ਜੀਭ ਚੱਲਦੀ ਹੈ ਕਿ ਬਘੂਲਾ ਮਨੋ ਗੈਨ ਕੇ। ਕਹਿੰਦੇ ਜਿਵੇਂ ਉਹ ਵਾਵਰੋਲੇ, ਉਹ ਬਘੂਲੇ ਵਾਵਰੋਲੇ ਹਵਾ ਨੂੰ ਉੱਡ ਜਾਂਦੇ, ਇੱਦਾਂ ਉਹਨਾਂ ਨੂੰ ਕਹਿੰਦੇ ਬਘੂਲਾ ਮਨੋ ਗੈਨ ਕੇ ਤੈਸੇ ਥਹਿਰਤ ਹੈ। ਘੋੜੇ ਏਦਾਂ ਦੌੜਦੇ ਹਨ। ਸ੍ਰੀ ਕਲਗੀਧਰ ਪਾਤਸ਼ਾਹ ਦਾ ਘੋੜਾ ਹੁਣ ਤੇਜ਼ ਹੋ ਗਿਆ ਹੈ। ਕਹਿੰਦੇ ਲੰਮੀਆਂ ਛਾਲਾਂ ਮਾਰਦਾ ਹੋਇਆ ਹਵਾ ਨੂੰ ਕੱਟਦਾ ਜਾ ਰਿਹਾ ਹੈ। ਮਹਾਰਾਜ ਹੁਣ ਆਪ ਸ਼ਸਤਰ ਵਿਦਿਆ, ਚੜ੍ਹਦੇ ਉੱਡਦੇ ਹੋਏ ਘੋੜੇ ਤੋਂ ਤੀਰ ਲਾ ਕੇ ਨਿਸ਼ਾਨੇ ਤੇ ਮਾਰਦੇ ਹਨ, ਤੇ ਬਰਛਾ ਘੁਮਾ ਕੇ ਦੂਰ ਸੁੱਟਦੇ ਤੇ ਉੱਥੇ ਹੀ ਜਾ ਕੇ ਵੱਜਦਾ ਜਿੱਥੇ ਨਿਸ਼ਾਨਾ ਮਿੱਥਿਆ ਹੁੰਦਾ, ਤੇ ਬੰਦੂਕ ਘੋੜਾ ਦੌੜ ਰਿਹਾ ਤੇ ਜਿਹੜਾ ਨਿਸ਼ਾਨਾ ਮਿੱਥਿਆ ਉੱਥੇ ਗੋਲੀ ਵੀ ਮਾਰ ਦਿੰਦੇ ਹਨ।
ਹੱਥ ਸਿਪਰ ਤਰ ਖਿੱਚ ਤਲਵਾਰਨ, ਕਹਿੰਦੇ ਹੱਥ ਵਿੱਚ ਢਾਲ ਲੈ ਕੇ ਤਲਵਾਰ ਖਿੱਚ ਕੇ ਮਿਆਨ ਵਿੱਚੋਂ, ਸਕਲ ਕਵਾਇਦ ਕੀਨ ਬਿਸਾਲਾ, ਮਹਾਰਾਜ ਨੇ ਉਹਦੇ ਵਾਰ ਕਿਵੇਂ ਲੋਕੀ ਦੇ ਕਿਵੇਂ ਕਰੀਦੇ ਨੇ, ਸਾਰੀ ਕਵਾਇਦ ਆਪਣੇ ਯੋਧਿਆਂ ਕੋਲੋਂ ਵੀ ਕਰਵਾਈ ਹੈ ਤੇ ਆਪ ਵੀ ਕੀਤੀ ਹੈ। ਤਦ ਸੁੰਦਰ ਜਮਨਾ ਤੱਟ ਪਾਸਾ, ਜਮਨਾ ਦਾ ਕੰਡਾ ਹੈ, ਬੜੀ ਸੁੰਦਰ ਸੋਹਣੀ ਜਗ੍ਹਾ ਹੈ, ਕਰੇ ਪਰਸ ਪਰ ਅਧਿਕ ਸਰਾਹਨ, ਆਪਸ ਵਿੱਚ ਬਹੁਤ ਸਰਾਹਨਾ ਕਰਦੇ ਹਨ। ਆਪਣੇ ਯੋਧਿਆਂ ਨੂੰ ਕਹਿੰਦੇ ਜੇ ਯੁੱਧ ਦਾ ਸਮਾਧਾਨ ਆਵੇਗਾ ਸਮਾਂ ਤੇ ਇਸ ਤਰ੍ਹਾਂ ਵੈਰੀਆਂ ਨੂੰ ਮਾਰਾਂਗੇ, ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਾਂਗੇ। ਤੀਰ ਤੀਰ ਰਵ ਤਨੁ ਜਾ ਗਏ, ਸੋ ਹੌਲੇ ਹੌਲੇ ਨਾਲੇ ਸਤਿਗੁਰੂ ਜੀ ਸਫ਼ਰ ਕਰਦੇ ਗਏ, ਨਾਲੇ ਘੋੜੇ ਦੌੜਾਂਦੇ, ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ, ਜਮਨਾ ਦੇ ਕੰਡੇ ਕੰਡੇ ਤੁਰੇ ਗਏ, ਜਿੱਥੇ ਕਿਸ਼ਤੀਆਂ ਦਾ ਘਾਟ ਬਣਿਆ ਸੀ, ਬੇੜੀਆਂ ਦਾ, ਦਰਿਆਵਾਂ ਦੇ ਉੱਤੇ ਘਾਟ ਬਣੇ ਹੁੰਦੇ ਨੇ, ਬੇੜੀਆਂ ਨਾਲ ਇੱਧਰੋਂ ਉੱਧਰ ਜਾਣ ਦੇ ਰਸਤੇ ਹੁੰਦੇ ਆ, ਉੱਥੇ ਜਿੱਥੇ ਬੇੜੀਆਂ ਦਾ ਘਾਟ ਆ ਗਿਆ, ਉੱਥੇ ਸਤਿਗੁਰੂ ਜੀ ਘੋੜਾ ਰੋਕ ਲਿਆ। ਉੱਤਰ ਤੁਰੰਗਨ ਤੇ ਹੋਏ ਤਰੇ, ਮਹਾਰਾਜ ਘੋੜੇ ਤੋਂ ਉੱਤਰ ਕੇ ਥੱਲੇ ਖਲੋ ਗਏ, ਤਰੇ ਚ ਹੰਤ ਤੀਰ ਪਰ ਖਰੇ, ਮਹਾਰਾਜ ਹੁਣ ਜਮਨਾ ਚ ਤਰਨਾ ਚਾਹੁੰਦੇ, ਭਾਵ ਜਮਨਾ ਚ ਬੇੜੀ ਦੇ ਸੈਰ ਕਰਨੀ ਚਾਹੁੰਦੇ ਆ, ਇਸ ਕਰਕੇ ਜਮਨਾ ਦੇ ਕੰਡੇ ਤੇ ਘੋੜੇ ਤੋਂ ਉੱਤਰ ਕੇ ਖਲੋ ਗਏ। ਹਰੇ ਹਰੇ ਦਰਖਤ ਜਮਨਾ ਦੇ ਦੋਵੇਂ ਪਾਸੇ ਬੜੇ ਬੜੇ ਉੱਚੇ, ਕਦੀ ਪੌਂਡਾ ਸਾਹਿਬ ਜਾਓ ਨਾ, ਉੱਥੋਂ ਦੀ ਸੁੰਦਰਤਾ ਫਿਰ ਵੇਖੋ, ਪਤਾ ਲੱਗਦਾ ਹੈ, ਨੀਲਾ ਜਲ ਜਮਨਾ ਦਾ ਤੇ ਹਰੇ ਹਰੇ ਦਰਖਤ, ਮਹਾਰਾਜ ਕਲਗੀਧਰ ਪਾਤਸ਼ਾਹ ਸਾਫ ਸੁਥਰੀ ਜਮਨਾ ਦੇ ਕੰਡੇ ਤੇ ਉਤਰੇ ਹਨ। ਹਰੇ ਪਾਪ ਜਲ ਮੈਂ ਜਲ ਜਹਿ ਥਲ ਕਰੇ, ਕਹਿੰਦੇ ਉਹ ਜਮਨਾ ਜਿਹਦੇ ਇਸ਼ਨਾਨ ਕਰਨ ਨਾਲ ਪਾਪ ਕੱਟੇ ਜਾਂਦੇ ਹਨ, ਪਾਪ ਨਾਸ਼ਨੀ ਜਮਨਾ ਕਹਿੰਦੇ ਆ, ਕਿਉਂਕਿ ਦੁਆਪਰ ਯੁੱਗ ਵਿੱਚ ਮਹਾਰਾਜ ਭਗਵਾਨ ਕ੍ਰਿਸ਼ਨ ਜੀ ਨੇ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ, ਤੇ ਆਹ ਦਸਵੇਂ ਜਾਮੇ 'ਚ ਫੇਰ ਪੌਂਡਾ ਸਾਹਿਬ ਉਹਦੇ ਕੰਡੇ ਦੇ ਵਸਾਇਆ ਹੈ, ਉਹ ਜਮਨਾ ਦੇ ਦਰਸ਼ਨ ਕਰਕੇ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਹਿੰਦੇ ਮਲਾਵਾਂ ਨੇ ਵੇਖਿਆ ਵੀ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਨਾਲ ਦੇ ਸਾਥੀਆਂ ਸਮੇਤ ਆਏ ਨੇ ਤੇ ਨੌਕਾ ਵਿਹਾਰ ਕਰਨਗੇ। ਨੌਕਾ ਵਿਹਾਰ ਦਾ ਮਤਲਬ ਹੁੰਦਾ ਵੀ ਬੇੜੀਆਂ 'ਚ ਬਹਿ ਕੇ ਪਾਣੀ ਦੀ ਸੈਰ ਕਰਨੀ, ਮਹਾਰਾਜ ਨੌਕਾ ਵਿਹਾਰ ਕਰਨ ਵਾਸਤੇ ਆਏ ਨੇ। ਮਲਾਵਾਂ ਨੇ ਆਪਣੀਆਂ ਆਪਣੀਆਂ ਬੇੜੀਆਂ ਨੇੜੇ ਲਿਆਂਦੀਆਂ ਹਨ। ਕਰਨੀ ਬਾਏ ਸੁਖ ਕੀ ਗੁਰ ਕਰਨੀ, ਮਹਾਰਾਜ ਦਸਵੇਂ ਪਾਤਸ਼ਾਹ ਦੀ ਜਵਾਨੀ ਦੀ ਉਮਰ ਹੈ, ਅਜੇ ਮਹਾਰਾਜ ਦੇ ਮੂੰਹ ਤੇ ਮਾੜੀ ਮਾੜੀ ਮੁੱਛ ਫੁੱਟੀ ਹੈ, ਬੜਾ ਸੋਹਣਾ ਸੁੰਦਰ ਰੂਪ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ, ਜਿਹੜਾ ਵੀ ਦਰਸ਼ਨ ਕਰਦਾ ਹੈ ਨਾ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਮੋਹਿਆ ਜਾਂਦਾ ਹੈ। ਕਰਨੀ ਕਰੀ ਪਗਨ ਗਨ ਖੋਜ, ਮਹਾਰਾਜ ਨੇ ਉੱਥੇ ਇਹ ਵੇਖਿਆ ਵੀ ਇੱਥੇ ਤੇ ਹਾਥੀਆਂ ਦਾ ਝੁੰਡ ਆਉਂਦਾ ਹੈ, ਉਹ ਜਗ੍ਹਾ ਦਾ ਨਾਮ ਵੀ ਹਾਥੀ ਕੁੰਡ ਜਾਂ ਹਾਥੀ ਝੁੰਡ ਕਰਕੇ ਹੱਥਨੀ ਕੁੰਡ ਕਰਕੇ ਕਹਿੰਦੇ ਹਨ, ਉੱਥੇ ਹਾਥੀ ਪਾਣੀ ਪੀਣ ਆਉਂਦੇ ਹਨ, ਹਾਥੀਆਂ ਦੀ ਪੈੜਾਂ ਲੱਗੀਆਂ ਹੋਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨਾਲੇ ਹਾਥੀਆਂ ਦੇ ਪੈਰ ਵੇਖੀ ਜਾਂਦੇ ਆ ਤੇ ਨਾਲੇ ਮਾਮੇ ਕਿਰਪਾਲ ਚੰਦ ਨਾਲ, ਆਨੰਦ ਚੰਦ ਨਾਲ, ਦਇਆ ਰਾਮ ਨਾਲ ਉਹਨਾਂ ਬਾਰੇ ਗੱਲਾਂ ਕਰਦੇ ਆ। ਬੋਲੇ ਸਤਿਗੁਰ ਸਾਰੰਗ ਪਾਨੀ, ਮਹਾਰਾਜ ਦਸਵੇਂ ਪਾਤਸ਼ਾਹ ਕਲਗੀਆਂ ਵਾਲੇ ਧਨੁਸ਼ਮਾਰ ਧਾਰੀ ਸਤਿਗੁਰੂ ਬੋਲੇ, ਪਾਣੀ ਪਏਗੇ ਥਾਏ ਪਛਾਣੀ, ਕਹਿਣ ਲੱਗੇ ਮਾਮਾ ਜੀ ਆਹ ਤੇ ਹਾਥੀਆਂ ਦੇ ਪਾਣੀ ਪੀਣ ਵਾਲੀ ਥਾਂ ਹੈ, ਕਿਉਂਕਿ ਹਾਥੀ ਇੱਥੇ ਆ ਕੇ ਪਾਣੀ ਪੀਂਦੇ ਹਨ। ਸ਼ਾਨੀ ਨਹਿ ਜਗ ਵਿਦਤ ਕਹਾਨੀ, ਇਹ ਗੱਲ ਲੁਕੀ ਛੁਪੀ ਨਹੀਂ ਹੈ, ਪ੍ਰਗਟ ਹੈ। ਹਾਨੀ ਕਰਨ ਬਹੁਤ ਇਸ ਥਾਨੀ, ਇੱਥੇ ਬਹੁਤ ਜ਼ਿਆਦਾ ਹੀ
ਜਿਹੜੀਆਂ ਹਾਥਣੀਆਂ ਆਉਂਦੀਆਂ, ਹਾਥੀ ਆਉਂਦੇ, ਬੱਚੇ ਆਉਂਦੇ ਹਨ, ਇਸ ਤਰ੍ਹਾਂ ਹਾਥੀਆਂ ਦੇ ਬਾਰੇ ਗੱਲਾਂ ਕਰਦੇ ਕਰਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬੇੜੀ ਦੇ ਕੋਲ ਚਲੇ ਗਏ। ਬੜੀ ਸੋਹਣੀ ਮਲਾਹ ਨੇ ਬੇੜੀ ਤਿਆਰ ਕਰਕੇ ਲਿਆਂਦੀ, ਸਤਿਗੁਰੂ ਜੀ ਉਹਦੇ ਵਿੱਚ ਸਵਾਰ ਹੋ ਗਏ ਤੇ ਸਾਰੇ ਸਾਥੀਆਂ ਨੂੰ ਵਿੱਚ ਬਿਠਾ ਲਿਆ, ਮਾਮੇ ਕਿਰਪਾਲ ਚੰਦ ਨੂੰ, ਦਇਆ ਰਾਮ ਜੀ ਨੂੰ, ਨੰਦ ਚੰਦ ਨੂੰ ਤੇ ਆਪਣੇ ਭਾਈਆਂ ਨੂੰ, ਤੇ ਸਤਿਗੁਰੂ ਜੀ ਨੇ ਮਲਾਹ ਨੂੰ ਇਸ਼ਾਰਾ ਕੀਤਾ ਤੇ ਉਹਨੇ ਪਾਣੀ ਦੇ ਵਿੱਚ ਬੇੜੀ ਠੇਲ ਦਿੱਤੀ, ਭਾਵ ਜਲ ਦੇ ਵਿੱਚ ਬੇੜੀ ਤੁਰਨ ਲੱਗੀ ਹੈ। ਕਹਿੰਦੇ ਬੜਾ ਸਾਫ ਨੀਲਾ ਪਾਣੀ, ਸਾਫ ਸੁਥਰਾ ਥੱਲੇ ਪਈ ਹੋਈ ਚੀਜ਼ ਦਿਸਦੀ। ਹੁਣ ਤਾਂ ਸਾਡੇ ਇੰਡੀਆ ਦੇ ਲੋਕਾਂ ਨੇ ਇੰਨਾ ਗੰਦ ਨਦੀਆਂ 'ਚ ਪਾ ਤਾ ਨਾ ਵੀ ਉੱਥੇ ਨਦੀਆਂ ਸਾਫ ਨਹੀਂ ਰਹੀਆਂ, ਪਰ ਉਸ ਵੇਲੇ ਲੋਕ ਨਦੀਆਂ ਨੂੰ ਬੜਾ ਪਵਿੱਤਰ ਸੁੱਚਾ ਮੰਨਦੇ ਸੀ, ਗੰਦੇ ਹੱਥ ਨਹੀਂ ਸੀ ਨਦੀ 'ਤੇ ਧੋਂਦੇ ਹੁੰਦੇ, ਪਾਣੀ ਦੇ ਉੱਤੇ ਜਾ ਕੇ ਗੰਦੇ ਹੱਥ ਨਹੀਂ ਸੀ ਧੋਂਦੇ, ਕਹਿੰਦੇ ਪਵਿੱਤਰ ਨਦੀ ਹੈ। ਅਤੇ ਅੱਜ ਜਿੰਨਾ ਫੈਕਟਰੀਆਂ ਦਾ ਗੰਦਾ ਪਾਣੀ, ਨਾਲਿਆਂ ਦਾ, ਅਤੇ ਉਹ ਸਾਰਾ ਹੀ ਨਦੀਆਂ 'ਚ ਸੁੱਟਦੇ ਹੈ, ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਹਾਲਾਂ ਇਸ ਮਸਲੇ 'ਤੇ ਆ ਬਾਹਰ ਵਾਲੇ ਲੋਕ ਚੰਗੇ ਹੈ ਜਿਨ੍ਹਾਂ ਨੇ ਆਪਣੀਆਂ ਨਦੀਆਂ ਅਜੇ ਸਾਫ਼ ਰੱਖੀਆਂ ਹੋਈਆਂ। ਹਾਲਾਂਕਿ ਸਾਡੇ ਦੇਸ਼ 'ਚ ਨਦੀਆਂ ਦੀ ਪੂਜਾ ਕਰਦੇ ਆ ਪਰ ਗੰਦ ਪਾਉਂਦੇ ਨਦੀਆਂ ਵਿੱਚ। ਇਹ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਉਹਨਾਂ 'ਚ ਗੰਦ ਕਿਉਂ ਪਾਉਂਦੇ ਹਾਂ। ਮਹਾਰਾਜ ਕਰਗੀਧਰ ਪਾਤਸ਼ਾਹ ਜਮੁਨਾ ਦੇ ਜਲ 'ਚ ਨਦੀ ਦੇ ਵਿੱਚ ਆਪਣੀ ਬੇੜੀ ਰਾਹੀਂ ਸੈਰ ਕਰ ਰਹੇ ਹੈ ਤੇ ਥੱਲੇ ਪਈ ਹੋਈ ਚੀਜ਼ ਦਿਸਦੀ ਹੈ, ਇੰਨਾ ਸਾਫ਼ ਸੁਥਰਾ ਜਲ ਹੈ। ਉਧਰੋਂ ਬਾਬਾ ਰਾਮ ਰਾਏ ਜੀ ਵੀ ਦੇਹਰਾਦੂਨ ਤੋਂ ਚੱਲੇ ਹੋਏ ਸਨ ਸਵੇਰ ਦੇ, ਉਹ ਵੀ ਇੱਥੇ ਇਸ ਘਾਟ ਉੱਤੇ ਆ ਪਹੁੰਚੇ ਹਨ। ਉਹਨਾਂ ਨੇ ਪਰਲੇ ਪਾਸਿਓਂ, ਇਹ ਗੁਰੂ ਸਾਹਿਬ ਉਰਲੇ ਪਾਸਿਓਂ, ਇਹ ਜਦੋਂ ਘੋੜੇ ਇੱਧਰ ਖੜ੍ਹੇ ਹੋਏ ਸਨ ਉੱਧਰ ਉਹਨਾਂ ਦੇ ਘੋੜੇ ਆ ਕੇ ਰੁਕ ਗਏ। ਬਾਬਾ ਰਾਮ ਰਾਏ ਜੀ ਨੇ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨਾ ਦੂਰੋਂ ਹੀ, ਅਤੇ ਨੇਤਰ ਠੰਡੇ ਹੋ ਗਏ, ਮਨ ਨੂੰ ਬੜੀ ਸ਼ਾਂਤੀ, ਬੜੀ ਖੁਸ਼ੀ ਮਿਲੀ ਹੈ। ਉਹਨਾਂ ਦਾ ਘੋੜਾ ਬੜੀ ਛੇਤੀ ਨਾਲ ਆਇਆ ਜਮੁਨਾ ਦੇ ਕੰਢੇ ਤੇ ਘੋੜਾ ਛੱਡ ਕੇ ਤੇ ਬਾਬਾ ਰਾਮ ਰਾਏ ਜੀ ਉਸ ਮਲਾਹ ਨੂੰ ਆਖਿਆ ਜਿਹੜਾ ਉਸ ਪਾਸੇ ਬੇੜੀ ਲਾਈ ਖੜਾ ਸੀ ਵੀ ਮੈਨੂੰ ਉਹ ਸਤਿਗੁਰੂ ਪਾਤਸ਼ਾਹ ਦੇ ਕੋਲ ਲੈ ਚੱਲ, ਤੇ ਉਹ ਦੂਸਰੀ ਬੇੜੀ 'ਚ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਆ ਗਏ। ਕਹਿੰਦੇ ਜਿੰਨੇ ਚਿਰ ਨੂੰ ਬਾਬਾ ਰਾਮ ਰਾਏ ਜੀ ਉੱਧਰ ਘੋੜੇ 'ਤੇ ਆ ਰਹੇ ਸਨ ਨਾ, ਮਹਾਰਾਜ ਨੇ ਪਹਿਲਾਂ ਹੀ ਮਲਾਹ ਨੂੰ ਕਹਿ ਛੱਡਿਆ ਸੀ ਵੀ ਤੂੰ ਉਹਨਾਂ ਨੂੰ ਨਾਲ ਲੈ ਕੇ ਆਉਣਾ। ਉੱਥੇ ਨੂੰ ਮਹਾਰਾਜ ਦੀ ਬੇੜੀ ਉੱਥੇ ਪਹੁੰਚ ਗਈ। ਜਦੋਂ ਮਹਾਰਾਜ ਦੀ ਬੇੜੀ ਪਹੁੰਚ ਗਈ ਤੇ ਬਾਬਾ ਰਾਮ ਰਾਏ ਜੀ ਬੜੀ ਛੇਤੀ ਨਾਲ ਘੋੜੇ ਤੋਂ ਉਤਰ ਕੇ ਸਤਿਗੁਰਾਂ ਦੀ ਬੇੜੀ ਵਿੱਚ ਆ ਗਏ। ਬਾਬਾ ਰਾਮ ਰਾਏ ਦੋਵੇਂ ਹੱਥ ਜੋੜ ਕੇ ਨਾ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵੱਲ ਝੁਕੇ ਹਨ ਤੇ ਬੜੇ ਆਨੰਦ ਦੇ ਨਾਲ ਉਹਨਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਹਾਲਾਂਕਿ ਉਮਰ ਵਿੱਚ ਬਾਬਾ ਜੀ ਮਹਾਰਾਜ ਤੋਂ 20-22 ਸਾਲ ਵੱਡੇ ਸਨ। ਬਾਬਾ ਰਾਮ ਰਾਏ ਜੀ ਸਤਿਗੁਰਾਂ ਤੋਂ ਲਗਭਗ 20 ਸਾਲ ਵੱਡੇ ਸਨ, ਪਰ ਰਿਸ਼ਤੇ ਵਿੱਚ ਭਤੀਜੇ ਸਨ ਅਤੇ ਕਲਗੀਧਰ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਸਨ। ਕਿਉਂਕਿ ਇਹ ਰਿਸ਼ਤਾ ਇਉਂ ਸੀਗਾ, ਸੰਗਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਿਰਾਏ ਸਾਹਿਬ ਜੀ ਅਤੇ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਬਾਬਾ
ਰਾਮ ਰਾਏ ਜੀ। ਇਸ ਕਰਕੇ ਬਾਬਾ ਰਾਮ ਰਾਏ ਜੀ ਛੇਵੇਂ ਪਾਤਸ਼ਾਹ ਦੇ ਪੜਪੋਤਰੇ ਹਨ। ਔਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਪੁੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਕਰਕੇ ਇਹਨਾਂ ਦਾ ਚਾਚੇ ਭਤੀਜੇ ਦਾ ਰਿਸ਼ਤਾ ਹੈ। ਪਰ ਉਮਰ ਵਿੱਚ ਬਾਬਾ ਰਾਮ ਰਾਏ ਜੀ ਲਗਭਗ 20 ਸਾਲ, ਕਿਉਂਕਿ 9ਵੇਂ ਪਾਤਸ਼ਾਹ ਤਾਂ 40 ਸਾਲ 45 ਸਾਲ ਦੀ ਉਮਰ ਦੇ ਹੋ ਗਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਇਆ। ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ 1621 ਵਿੱਚ। 45 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ 1666 ਵਿੱਚ। ਅਤੇ ਉਹਨਾਂ ਦੇ ਪਰਿਵਾਰ ਜਿਹੜੇ ਸੀ ਉਹ ਪਹਿਲਾਂ ਹੀ ਚਲੇ ਆਉਂਦੇ ਸੀ। ਉਮਰ 'ਚ ਬਾਬਾ ਰਾਮ ਰਾਏ ਵੱਡੇ, ਪਰ ਰਿਸ਼ਤੇ ਵਿੱਚ ਪਦਵੀ ਵਿੱਚ ਕਰਗੀ ਧਰ ਜੀ ਵੱਡੇ ਹਨ। ਇਸ ਕਰਕੇ ਬਾਬਾ ਰਾਮ ਰਾਏ ਜੀ ਨੇ ਇਹ ਨਹੀਂ ਸੋਚਿਆ ਮੈਂ ਉਮਰ 'ਚ ਵੱਡਾ ਹਾਂ। ਉਹਨਾਂ ਨੇ ਆਖਿਆ ਇਹ ਰਿਸ਼ਤੇ 'ਚ ਵੀ ਵੱਡੇ ਨੇ, ਗੁਰੂ ਦੀ ਗੱਦੀ ਦੇ ਮਾਲਕ ਨੇ। ਕਹਿੰਦੇ ਇੱਦਾਂ ਦੋਵੇਂ ਹੱਥ ਮਹਾਰਾਜ ਦੇ ਚਰਨਾਂ ਵੱਲ ਵਧਾਏ ਹਨ। ਜਦੋਂ ਮਹਾਰਾਜ ਨੂੰ ਮੱਥਾ ਟੇਕਣ ਲੱਗੇ ਤਾਂ ਮਹਾਰਾਜ ਨੇ ਦੋਵੇਂ ਹੱਥ ਫੜ ਲਏ, ਬੜਾ ਹੀ ਸਨਮਾਨ ਕੀਤਾ। ਆਓ ਬਾਬਾ ਜੀ, ਆ ਸਾਡੇ ਕੋਲ ਬੈਠ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਬਾਬਾ ਰਾਮ ਰਾਏ ਜੀ ਨੂੰ ਬਿਠਾ ਲਿਆ ਹੈ, ਬਿਲਕੁਲ ਆਪਣੇ ਕੋਲ। ਬੜਾ ਸੋਹਣਾ ਆਸਣ ਲੱਗਾ ਹੋਇਆ ਸੀ ਬੇੜੀ ਦੇ ਵਿੱਚ, ਕਿਸ਼ਤੀ ਦੇ ਵਿੱਚ, ਅਤੇ ਮਹਾਰਾਜ ਉਹਦੇ ਉੱਤੇ ਆਪਣੇ ਕੋਲ ਬਿਠਾ ਲਿਆ ਆਪਣੇ ਭਤੀਜੇ ਰਾਮ ਰਾਏ ਨੂੰ। ਕਹਿੰਦੇ ਬਾਬਾ ਰਾਮ ਰਾਏ ਜੀ, ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚੰਦਰਮਾ ਵਰਗੇ ਸੋਹਣੇ ਮੁਖੜੇ ਵੱਲ ਵੇਖੀ ਜਾਂਦੇ ਹੈ। ਕਹਿੰਦੇ ਅੱਖਾਂ ਉਹਨਾਂ ਦੀਆਂ ਨਾ ਮਹਾਰਾਜ ਦੇ ਚਿਹਰੇ ਵੱਲ ਇੱਦਾਂ ਗੱਡੀਆਂ ਗਈਆਂ ਜਿਵੇਂ ਚੰਦ ਵੱਲ ਚਕੋਰ ਦੀਆਂ ਗੱਡੀਆਂ ਜਾਂਦੀਆਂ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ। ਕਹਿੰਦੇ ਇਸ ਤਰ੍ਹਾਂ ਮਹਾਰਾਜ ਸਾਹਿਬ ਕਲਗੀਧਰ ਦਾ ਸੁੰਦਰ ਸਰੂਪ ਵੇਖ ਕੇ ਬਾਬਾ ਰਾਮ ਰਾਏ ਜੀ ਉੱਥੇ ਹੀ ਦਰਸ਼ਨਾਂ ਵਿੱਚ ਹੀ ਮੰਤਰ ਮੁਗਦ ਹੋ ਗਏ। ਤੇ ਸਤਿਗੁਰਾਂ ਦੇ ਚਿਹਰੇ ਤੇ ਬੜਾ ਤੇਜ ਪ੍ਰਤਾਪ ਸੀਗਾ, ਬਹੁਤ ਜ਼ਿਆਦਾ, ਜਿਵੇਂ ਕਰੋੜਾਂ ਸੂਰਜ ਚੜ੍ਹੇ ਹੋਣ ਨਾ, ਇੰਨਾ ਤੇਜ ਪ੍ਰਕਾਸ਼ 10ਵੇਂ ਪਾਤਸ਼ਾਹ ਦੇ ਚਿਹਰੇ ਤੇ ਬਾਬਾ ਰਾਮ ਰਾਏ ਜੀ ਨੂੰ ਨਜ਼ਰ ਆਇਆ ਹੈ। ਕਹਿੰਦੇ ਮਹਾਰਾਜ ਸਾਰੀਆਂ ਸ਼ਕਤੀਆਂ, ਬਾਬਾ ਰਾਮ ਰਾਏ ਜੀ ਵੀ ਕਿਹੜਾ ਘੱਟ ਸਨ, ਉਹ ਵੀ ਬੜੀ ਸ਼ਕਤੀਆਂ ਦੇ ਮਾਲਕ ਸਨ, ਸਤਿਗੁਰਾਂ ਦੇ ਪੁੱਤਰ ਸਨ, ਗੁਰੂ ਹਰ ਰਾਏ ਸਾਹਿਬ ਦੇ। ਉਹਨਾਂ ਨੂੰ ਸੋਝੀ ਸੀ ਵੀ ਜੋਤ ਕੀ ਹੁੰਦੀ ਹੈ, ਗੁਰੂ ਕੀ ਹੁੰਦਾ, ਅਵਤਾਰੀ ਕਲਾ ਕੀ ਹੁੰਦੀ। ਉਹਨਾਂ ਨੇ ਪਛਾਣ ਲਿਆ ਵੀ ਇਹ ਕੋਈ ਆਮ ਸਧਾਰਨ ਨਹੀਂ ਹਨ, ਇਹ ਰੱਬੀ ਜੋਤ, ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਹਨੇ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ, ਤਰ ਤੇਜ ਕਰਾਰਾ, ਸਿਰ ਕੇਸ ਧਾਰ ਗਏ ਖੜਗ ਕੋ ਤਾ ਦੁਸ਼ਟ ਪਛਾਰਾ, ਕੁੱਦੇ ਸਿੰਘ ਪੁਚੰਗੀਏ ਨੀਲੰਬਰ ਧਾਰਾ, ਤਿੰਨੇ ਆਗੇ ਕੋਏ ਨਾ ਠਹਿਰਿਓ ਭਾਗੇ ਸਿਰਦਾਰਾ। ਉਹ 10ਵੇਂ ਪਾਤਸ਼ਾਹ ਦਾ ਤਪ ਤੇਜ ਵੇਖ ਕੇ ਬਾਬਾ ਰਾਮ ਰਾਏ ਜੀ ਅੰਦਾਜ਼ਾ ਲਾ ਗਏ ਬਈ ਕੋਈ ਸਧਾਰਨ ਨਹੀਂ ਹਨ, ਇਹ ਕੋਈ ਅਕਾਲ ਪੁਰਖ ਦੀ ਨਿਰੰਜਨੀ ਜੋਤ ਪ੍ਰਗਟ ਹੋਏ ਹਨ। ਕਹਿੰਦੇ ਇਹਨਾਂ ਦਾ ਪ੍ਰਤਾਪ ਵਧੇਗਾ, ਇਹ ਜਿਵੇਂ ਮੇਰੇ ਪੜਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ, ਉਦਾਂ ਦੇ ਹੀ ਪ੍ਰਤਾਪਵਾਨ ਇਹ ਸਾਡੇ ਪਰਿਵਾਰ ਵਿੱਚ ਪ੍ਰਗਟ ਹੋਏ ਹਨ। ਇਹ ਜੋ ਚਾਹਣਗੇ ਕਰ ਦੇਣਗੇ, ਇਹ ਮਿਟਣਗੇ ਨਹੀਂ, ਇਹ ਟਲਣਗੇ ਨਹੀਂ, ਕਿਉਂਕਿ ਇਹਨਾਂ ਦੇ ਚਾਲ ਢਾਲ ਤੌਰ ਤਰੀਕੇ ਹੁਣੇ ਦੱਸ ਰਹੇ ਨੇ ਵੀ ਇਹ 6ਵੇਂ ਪਾਤਸ਼ਾਹ ਦੀ ਤਰ੍ਹਾਂ ਜੋਧੇ ਸੂਰਮੇ ਗੁਰੂ ਹੋਣਗੇ। ਗੁਰੂ ਨੰਦਨ ਸ਼੍ਰੀ ਗੁਰੂ ਕੋ ਦੇਖਾ, ਮਹਾਰਾਜ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ
ਬਾਬਾ ਰਾਮ ਰਾਏ ਜੀ ਨੇ ਦਰਸ਼ਨ ਕੀਤੇ, ਅਧਿਕ ਲਾਇਕੀ ਉਚਿਤ ਪਰੇਖਾ, ਉਹਨਾਂ ਨੇ ਪਰਖ ਲਿਆ ਕਿ ਬਾਬਾ ਰਾਮ ਰਾਏ ਜੀ ਨੂੰ ਨਜ਼ਰ ਆ ਗਿਆ ਕਿ ਸਾਰੀਆਂ ਗੱਲਾਂ ਦੇ ਲਾਇਕ ਨੇ, ਸਰਬ ਉਪਮਾ ਯੋਗ ਨੇ ਦਸਵੇਂ ਪਾਤਸ਼ਾਹ, ਇਹਨਾਂ ਵਿੱਚ ਸਾਰੇ ਹੀ ਗੁਣ ਨੇ, ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਕੁਸ਼ਲ ਪ੍ਰਸ਼ਨ ਕਹਿ ਆਪਸ ਮਾਹੀ, ਬਾਬਾ ਰਾਮ ਰਾਏ ਜੀ ਨੂੰ ਗੁਰੂ ਕਲਗੀਧਰ ਜੀ ਪੁੱਛਦੇ, ਬਾਬਾ ਜੀ ਸਿਹਤ ਸੁਣਾਓ ਪਰਿਵਾਰ ਦਾ, ਕਿਉਂਕਿ ਬਾਬਾ ਜੀ ਦੇ ਘਰ ਬੱਚਾ ਨਹੀਂ ਹੋਇਆ, ਚਾਰ ਵਿਆਹ ਹੋਏ ਸਨ, ਬਾਬਾ ਰਾਮ ਰਾਏ ਜੀ ਨੇ ਚਾਰ ਵਿਆਹ ਕਰਾਏ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਸੱਦਿਆ ਔਰੰਗਜ਼ੇਬ ਨੇ, ਬਾਬਾ ਰਾਮ ਰਾਏ ਜੀ ਨੇ ਚੁੱਕਣਾ ਦਿੱਤੀ ਸੀ ਨਾ, ਔਰੰਗਜ਼ੇਬ ਦੇ ਕੰਨ ਭਰੇ ਸੀ, ਇਸ ਗੱਲ ਤੋਂ ਦੁਖੀ ਹੋ ਕੇ ਵੀ ਪਿਤਾ ਜੀ ਨੇ ਗੱਦੀ ਮੈਨੂੰ ਨਹੀਂ ਦਿੱਤੀ, ਮੈਂ ਹੱਕਦਾਰ ਸੀ, ਮੈਨੂੰ ਕੱਢ ਦਿੱਤਾ, ਛੋਟੇ ਭਰਾ ਨੂੰ ਗੱਦੀ ਦੇ ਦਿੱਤੀ ਹੈ। ਅਤੇ ਔਰੰਗਜ਼ੇਬ ਨੂੰ ਕਿਹਾ ਵੀ ਬਾਦਸ਼ਾਹ ਮੇਰੀ ਕਰਾਮਾਤਾਂ ਤਾਂ ਵੇਖ ਲਈਆਂ ਨੇ, ਮੇਰੇ ਛੋਟੇ ਭਰਾ ਕੋਲ ਮੇਰੇ ਤੋਂ ਵੀ ਜ਼ਿਆਦਾ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਵੇਖ ਲਓ। ਮਨ 'ਚ ਥੋੜ੍ਹੀ ਖੋਟ ਬੇਈਮਾਨੀ ਆ ਗਈ ਸੀ ਵੀ ਉਹਨਾਂ ਨੇ ਕਰਾਮਾਤ ਦਿਖਾਉਣੀ ਕੋਈ ਨਹੀਂ, ਫਿਰ ਮੇਰੀ ਟੌਹਰ ਬਣ ਜਾਣੀ ਹੈ, ਲੋਕਾਂ ਨੇ ਆਖਣਾ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਕੋਈ ਕਲਾ ਨਹੀਂ ਹੈ, ਰਾਮ ਰਾਏ ਕੋਲ ਬੜੀਆਂ ਸ਼ਕਤੀਆਂ ਨੇ, ਉਹ ਥੋੜ੍ਹਾ ਜਿਹਾ ਬੜਾ ਵੱਡਾ ਉਹਨਾਂ ਕੋਲੋਂ, ਫਿਰ ਭੁੱਲ ਹੋਈ ਸੀ। ਫਿਰ ਮਹਾਰਾਜ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਚਲੇ ਗਏ, ਉਹਨਾਂ ਦਾ ਪ੍ਰਤਾਪ ਉੱਦਾਂ ਹੀ ਵੱਧ ਗਿਆ ਬਿਨਾਂ ਕਰਾਮਾਤ ਦਿਖਾਉਣ ਦੇ, ਉਹ ਤਾਂ ਸੁੱਤੇ ਸਿਰ ਦੀ ਕਲਾ ਵਰਤ ਕੇ, ਗੁਰੂ ਦਾ ਗੁਰੂ ਹੀ ਹੁੰਦਾ, ਗੁਰੂ ਦੀ ਤਾਂ ਹਰ ਗੱਲ ਹੀ ਕਰਾਮਾਤ ਹੁੰਦੀ, ਆਖੋ ਸਤਨਾਮ। ਗੁਰੂ ਕਰਾਮਾਤ ਵਿਖਾਉਂਦਾ ਨਹੀਂ, ਗੁਰੂ ਦੀ ਕਲਾ ਵਰਤਦੀ ਆ ਸੁੱਤੇ ਸਿਰ ਦੀ। ਪਹਿਲਾਂ ਮਹਾਰਾਜ ਅੱਠਵੇਂ ਪਾਤਸ਼ਾਹ ਰਾਜਾ ਬੰਗਲਾ ਸਾਹਿਬ ਗਏ ਨੇ ਜੈ ਸਿੰਘ ਦੇ ਘਰ, ਉਹਦੀਆਂ ਰਾਣੀਆਂ ਨੇ ਸਵਾਗਤ ਕਰਨਾ ਸੀ, ਵੱਡੀ ਰਾਣੀ ਗੋਲੀ ਬਣ ਕੇ ਬਹਿ ਗਈ, ਛੋਟੀਆਂ ਰਾਣੀਆਂ ਬੜੇ ਸੋਹਣੇ ਕੱਪੜੇ ਪਾ ਕੇ ਬਹਿ ਗਈਆਂ। ਵੱਡੀ ਰਾਣੀ ਨੇ ਮਨ 'ਚ ਫੁਰਨਾ ਕੀਤਾ, ਜੇ ਅੰਤਰਜਾਮੀ ਹੋਣਗੇ ਮੇਰੀ ਗੋਦੀ 'ਚ ਆ ਕੇ ਬਹਿਣਗੇ। ਬਾਲਾ ਪ੍ਰੀਤਮ ਪਾਤਸ਼ਾਹ ਛੜੀ ਰੱਖਦੇ ਸੀ ਹੱਥ ਵਿੱਚ, ਰਾਣੀਆਂ ਦੇ ਸਿਰ 'ਤੇ ਰੱਖਦੇ, ਇਹ ਰਾਣੀ ਨਹੀਂ, ਇਹ ਰਾਣੀ ਨਹੀਂ, ਇਹ ਵੱਡੀ ਰਾਣੀ ਨਹੀਂ, ਇਹ ਪਟਰਾਣੀ ਨਹੀਂ, ਇਹ ਨਹੀਂ। ਜਦੋਂ ਉਹ ਪਿੱਛੇ ਬੈਠੀ ਸੀ, ਇਹ ਪਟਰਾਣੀਆਂ ਕਹਿ ਕੇ ਗੋਦੀ 'ਚ ਬਹਿ ਗਏ, ਉੱਥੇ ਚਰਨਾਂ 'ਤੇ ਢਹਿ ਪਈ ਸੀ। ਬੇਅੰਤ ਇੱਦਾਂ ਬੇਅੰਤ ਕਲਾ ਵਰਤਾ ਕੇ ਸ਼ਹਿਰ ਦੇ ਦੁੱਖਾਂ ਦੇ ਜਿੰਨੇ ਬਿਮਾਰ ਸਨ, ਰੋਗੀ ਸਨ, ਬਿਮਾਰੀਆਂ ਫੈਲ ਗਈਆਂ ਸਾਰੀਆਂ ਦੂਰ ਕਰਤੀਆਂ, ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ। ਅਤੇ ਬਾਬਾ ਰਾਮ ਰਾਏ ਜੀ ਪਹਿਲਾਂ ਤਾਂ ਸੀਗਾ ਵੀ ਕਰਾਮਾਤ ਨਹੀਂ ਦਿਖਾਉਣਗੇ ਅਤੇ ਇਹਨਾਂ ਦੀ ਮਹਿਮਾ ਘਟੇਗੀ, ਪਰ ਬਿਨਾਂ ਕਰਾਮਾਤ ਦਿਖਾਇਆ ਹੀ ਕਰਾਮਾਤ ਹੋ ਗਈ, ਸਾਰੀ ਦੁਨੀਆ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਂ ਲੈਣ ਲੱਗ ਪਈ, ਖਿੱਚ ਗਏ, ਕਹਿਣ ਲੱਗੇ ਇਹ ਮਾਤਾ ਦੇ ਸੀਤਲਾ ਦੇ ਖਾਜੇ ਬਣਨਗੇ। ਬਾਬਾ ਰਾਮ ਰਾਏ ਨੇ ਸਤਿਗੁਰੂ ਜੀ ਨੂੰ ਅੱਠਵੇਂ ਪਾਤਸ਼ਾਹ ਨੂੰ ਸਰਾਪ ਦਿੱਤਾ ਕਿ ਮਹਾਰਾਜ ਚੇਚਕ ਦੇ ਨਾਲ ਸੀਤਲਾ ਦੇ ਨਾਲ ਇਸ ਦੁਨੀਆਂ ਤੋਂ ਚਲੇ ਜਾਣਗੇ। ਇਹ ਸਿੱਖਾਂ ਨੇ ਸੁਣ ਕੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ, ਮਹਾਰਾਜ ਤੁਹਾਡੇ ਵੱਡੇ ਭਰਾ ਇੰਨੇ ਜ਼ਿਆਦਾ ਖਫਾ ਹੋ ਗਏ ਨੇ ਵੀ ਉਹਨਾਂ ਨੇ ਆਪ ਜੀ ਨੂੰ ਇੱਦਾਂ ਜਾਣ ਦਾ ਬਚਨ ਕਰ ਦਿੱਤਾ, ਅਤੇ ਤੁਸੀਂ ਮਹਾਰਾਜ ਉਹਨਾਂ ਦਾ ਬਚਨ ਬਦਲ ਦਿਓ, ਉਹਨਾਂ ਦਾ ਬਚਨ ਖਾਲੀ ਕਰ ਦਿਓ। ਸਤਿਗੁਰੂ ਕਹਿਣ ਲੱਗੇ, ਭਾਈ ਜੇ ਭਰਾ ਜੀ ਦਾ ਬਚਨ ਹੁੰਦਾ ਤਾਂ ਅਸੀਂ ਖਾਲੀ ਕਰ ਵੀ ਦਿੰਦੇ, ਇਹ ਸਾਡੇ ਪਿਤਾ ਜੀ ਦਾ ਬਚਨ ਬਾਬੇ ਰਾਮ ਰਾਏ ਜੀ ਨੂੰ ਹੋਇਆ ਸੀ ਵੀ ਰਾਮ ਰਾਏ ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ, ਇਸ ਕਰਕੇ ਸਾਡਾ ਭਰਾ ਨਹੀਂ ਬੋਲ ਰਿਹਾ, ਗੁਰੂ ਨਾਨਕ ਦੀ ਕਲਾ ਵਰਤ ਰਹੀ ਹੈ,
ਅਸੀਂ ਸਰੀਰ ਤੇ ਛੱਡਣਾ ਹੀ ਹੈ, ਅਸੀਂ ਉਹਨਾਂ ਦੇ ਬਚਨ ਸਿਰ ਮੱਥੇ ਤੇ ਲੈ ਕੇ ਜੋਤੀ ਜੋਤ ਸਮਾਣਾ ਹੈ। ਸੇ ਕਹਿਣ ਲੱਗੇ ਮਹਾਰਾਜ, ਫਿਰ ਤਾਂ ਲੋਕ ਨਿੰਦਾ ਬੜੀ ਕਰਨਗੇ, ਕਹਿਣਗੇ ਗੁਰੂ ਦੇ ਵਿੱਚ ਕਲਾ ਹੀ ਕੋਈ ਨਹੀਂ ਸੀ, ਸ਼ਰਧਾ ਟੁੱਟੇਗੀ ਸਿੱਖਾਂ ਦੀ, ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਅਸੀਂ ਨਹੀਂ ਬਚਨ ਛੱਡਣਾ। ਕਹਿੰਦੇ ਨਾ ਮਹਾਰਾਜ, ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਬਾਬਾ ਰਾਮ ਰਾਏ ਜੀ ਈਰਖਾ ਦੀ ਅੱਗ 'ਚ ਸੜਦੇ ਨੇ, ਉਹ ਜਿਉਂਦੇ ਸੜਨਗੇ। ਦੂਸਰਾ ਬਚਨ ਇਹ ਕਰਤਾ ਬਈ ਜਿਹੜੀ ਗੱਦੀ ਦਾ ਲਾਲਚ ਪਰਿਵਾਰ ਦਾ ਕਰਦੇ ਨੇ, ਇਹ ਸੰਸਾਰ ਤੋਂ ਇਸੇ ਤਰ੍ਹਾਂ ਹੀ ਜਾਣਗੇ, ਪਰਿਵਾਰ ਬੱਚੇ ਨਹੀਂ ਹੋਣਗੇ। ਚਾਰ ਵਿਆਹ ਹੋਏ ਸਨ ਅਤੇ ਇਹਨਾਂ ਦੇ ਘਰ ਔਲਾਦ ਨਹੀਂ ਹੋਈ, ਬੱਚਾ ਨਹੀਂ ਹੋਇਆ। ਤੋ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਹੁਣ ਦਰਸ਼ਨ ਕਰ ਰਹੇ ਨੇ ਅਤੇ ਮਨ 'ਚ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋ ਗਿਆ ਆਪਣਾ, ਕਿਉਂਕਿ ਮਹਾਂਪੁਰਸ਼ ਸੀ, ਅਕਸਰ ਨੂੰ ਸ਼ਕਤੀਆਂ ਸਨ ਸਾਰੀਆਂ ਅਤੇ ਆਪਣੀਆਂ ਭੁੱਲਾਂ ਦਾ ਵੀ। ਸਾਧੂ ਉਹ ਹੀ ਹੁੰਦਾ ਜਿਹਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਜਾਵੇ, ਆਖੋ ਸਤਨਾਮ। ਸਾਧੂ ਵਿੱਚ ਅਤੇ ਆਮ ਬੰਦੇ 'ਚ ਫਰਕ ਹੀ ਹੈ, ਭੁੱਲ ਸਾਧੂ ਕੋਲੋਂ ਵੀ ਹੁੰਦੀ ਹੈ। ਇਹ ਦੁਨੀਆਂ 'ਤੇ ਕੋਈ ਨਹੀਂ ਜਿਹੜਾ ਸਾਧ ਸੰਗਤ ਜੀ ਦੁੱਧ ਦਾ ਧੋਤਾ, ਗਲਤੀ ਸਾਰਿਆਂ 'ਤੇ ਹੁੰਦੀ ਹੈ। ਪਰ ਸਾਡੇ ਵਰਗੇ ਗਲਤੀ ਕਰਕੇ ਵੀ ਕਹਿੰਦੇ ਨਹੀਂ ਅਸੀਂ ਨਹੀਂ ਮੰਨਣਾ। ਸਾਧੂ ਹੁੰਦਾ ਜਿਹੜਾ ਹੋ ਜਾਵੇ ਅਤੇ ਕਹੇ ਮਹਾਰਾਜ ਮੇਰੇ ਤੋਂ ਹੋ ਗਈ। ਹੁਣ ਬਾਬੇ ਰਾਮ ਰਾਏ ਜੀ ਦੇ ਅੰਦਰ ਆਪਣੀਆਂ ਅੰਤਲਾ ਸਮਾਂ ਵੀ ਨੇੜੇ ਦਿਸਦਾ ਸੀਗਾ ਅਤੇ ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਗਿਆ। ਹਾਂਜੀ, ਪ੍ਰੇਮ ਸਹਿਤ ਮੋਦ ਉਪਜਾ ਹੀ, ਪ੍ਰੇਮ ਅਤੇ ਪ੍ਰਸੰਨਤਾ, ਮਨ ਵਿੱਚ ਪ੍ਰੇਮ ਸੀਗਾ ਅਤੇ ਦਰਸ਼ਨ ਕਰਕੇ ਮੋਦ ਕਹਿੰਦੇ ਨੇ ਖੁਸ਼ੀ ਨੂੰ, ਆਨੰਦ ਪ੍ਰਸੰਨ ਹੋ ਰਹੇ ਦਸਵੇਂ ਪਾਤਸ਼ਾਹ ਦੇ ਕੋਲ ਬੈਠੇ ਹਨ। ਉਧਰੋਂ ਉਹਦੇ ਨਾਲ ਕੌਣ ਕੌਣ ਆਏ ਨੇ? ਭਾਈ ਬਹਿਲੋ, ਸਭ ਤੋਂ ਪਹਿਲੋਂ ਪੰਜਵੇਂ ਪਾਤਸ਼ਾਹ ਦੇ ਬ੍ਰਹਮ ਗਿਆਨੀ ਸਿੱਖ ਹੋਏ ਨੇ ਭਾਈ ਬਹਿਲੋ ਜੀ। ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਭਾਈ ਗੁਰਦਾਸ, ਚਾਰ ਗੁਰਦਾਸ ਹੋਏ ਨੇ। ਇੱਕ ਭਾਈ ਗੁਰਦਾਸ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਨ੍ਹਾਂ ਦੀਆਂ ਵਾਰਾਂ ਅਤੇ ਕਵਿਤ ਸਵਈਆਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ, ਉਹ ਪਹਿਲਾਂ ਹੋ ਚੁੱਕੇ ਨੇ। ਦੂਜਾ ਗੁਰਦਾਸ ਇਹ ਭਾਈ ਬਹਿਲੋ ਦੇ ਪਰਿਵਾਰ 'ਚੋਂ ਹੋਇਆ, ਸੱਤਵੇਂ ਪਾਤਸ਼ਾਹ ਦਾ ਮੁਖੀ ਮਸੰਦ ਸੀ ਗੁਰੂ ਹਰਿਰਾਏ ਸਾਹਿਬ ਦਾ। ਜਦੋਂ ਬਾਬਾ ਰਾਮ ਰਾਏ ਜੀ ਨੂੰ ਮਹਾਰਾਜ ਸੱਤਵੇਂ ਪਾਤਸ਼ਾਹ ਦਿੱਲੀ ਤੋਰਿਆ, ਉਦੋਂ ਭਾਈ ਗੁਰਦਾਸ ਨੂੰ ਅਤੇ ਉਹਦੇ ਭਰਾ ਤਾਰਾ ਚੰਦ ਨੂੰ ਕਿਹਾ, ਤੁਸੀਂ ਬਾਬਾ ਜੀ ਦੇ ਨਾਲ ਜਾਣਾ। ਉਹਨਾਂ ਨੇ ਸਤਿਗੁਰੂ ਸੱਤਵੇਂ ਪਾਤਸ਼ਾਹ ਦਾ ਬਚਨ ਮੰਨ ਲਿਆ, ਉਹ ਸਾਰੀ ਉਮਰ ਹੀ ਬਾਬੇ ਰਾਮ ਨਾਲ ਹੀ ਰਹੇ ਨੇ, ਉਹ ਉੱਧਰੋਂ ਵਾਪਸ ਨਹੀਂ ਆਏ। ਤੋ ਬਹਿਲੋ ਕਾ ਗੁਰਦਾਸ ਅਵਤਾਰਾ, ਗੁਰਦਾਸ ਅਤੇ ਤਾਰਾ ਚੰਦ, ਇੱਕ ਤੋਂ ਹੋਰ ਖਾਸ ਪੰਮਾ ਅਤੇ ਇੱਕ ਸੀ ਤਾਰੂ ਮਸੰਦ, ਇਹ ਚਾਰ ਮਸੰਦ ਨਾਲ ਹਨ। ਸਤਿਗੁਰ ਸੰਗ ਅਸ਼ਟ ਇਹ ਵੀਰ, ਤੇ ਗੁਰੂ ਸਾਹਿਬ ਨਾਲ ਅੱਠ ਯੋਧੇ ਸਨ। ਕਿਹੜੇ ਸਨ? ਪੰਜ ਤੇ ਉਹਨਾਂ ਦੀ ਭੂਆ ਦੇ ਪੁੱਤਰ ਸਨ, ਤੇ ਇੱਕ ਮਾਮਾ ਸੀ, ਇੱਕ ਦਇਆ ਰਾਮ ਸੀ, ਤੇ ਇੱਕ ਆਨੰਦ ਚੰਦ। ਅੱਠ ਗੁਰੂ ਸਾਹਿਬ ਨਾਲ ਸਨ ਤੇ ਚਾਰ ਪੰਜ ਬੰਦੇ ਜਿਹੜੇ ਸਨ ਉਹ ਬਾਬਾ ਰਾਮ ਰਾਏ ਦੇ ਖਾਸ ਜਿਹੜੇ ਸਨ ਉਹ ਨਾਲ ਸਨ। ਬਾਕੀ ਸਾਰਿਆਂ ਨੂੰ ਜਮਨਾ ਦੇ ਕੰਡੇ ਖੜੇ ਕਰਤਾ ਸੀ ਬਾਬਾ ਰਾਮ ਰਾਏ ਜੀ ਨੇ, ਆਪਣੇ ਸਾਥੀ ਜਿਹੜੇ ਉਹ ਵੀ ਪਿੱਛੇ ਛੱਡ ਤੇ, ਤੇ ਮਹਾਰਾਜ ਨੇ ਵੀ ਪਿੱਛੇ ਛੱਡ ਤੇ। ਕਿਉਂਕਿ ਭਰਾਵਾਂ ਦੇ ਵਿੱਚ ਸ਼ਰੀਕਾ ਹੁੰਦਾ। ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਦੋਵੇਂ ਹੀ ਬਾਬਾ ਰਾਮ ਰਾਏ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿੱਚ ਸ਼ਰੀਕੇਪਣੇ ਦੇ ਤੀਰ ਚੱਲੇ ਸਨ। ਉਹਨਾਂ ਨੇ ਉਹਨਾਂ ਨੂੰ ਬਚਨ ਛੱਡਿਆ ਸੀ ਕਿ ਉਹ ਸੀਤਲਾ ਦੇ ਖਾਜੇ ਬਣਨਗੇ, ਅਤੇ ਉਹਨਾਂ ਦਾ ਬਚਨ ਚੱਲਿਆ ਸੀ ਵੀ ਬੇ ਔਲਾਦੇ ਜਾਣਗੇ ਜਿਉਂਦੇ ਸੜਨਗੇ।
ਉਹ ਦੋਵੇਂ ਤੀਰ ਜਿਹੜੇ ਚੱਲੇ ਸੀ ਸ਼ਰੀਕ ਪੁਣੇ ਦੇ ਚੱਲੇ ਸੀ। ਬਾਬਾ ਰਾਮ ਰਾਏ ਜੀ ਸੋਚਦੇ ਮੈਂ ਆਪਣੇ ਛੋਟੇ ਭਰਾ ਨਾਲ ਈਰਖਾ ਕਰਦਾ ਰਿਹਾ, ਉਹ ਸਾਧੂ ਸੀ ਰੱਬ ਦੇ ਪਿਆਰੇ ਸੀ ਅਤੇ ਮੈਂ ਉਹਨਾਂ ਨੂੰ ਪਰੇਸ਼ਾਨ ਕੀਤਾ। ਪਹਿਲਾਂ ਔਰੰਗਜ਼ੇਬ ਦੇ ਕੰਨ ਭਰੇ, ਉਹਨਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਦਿੱਲੀ ਸੱਦਿਆ। ਮਹਾਰਾਜ ਗੁਰੂ ਅੱਠਵੇਂ ਪਾਤਸ਼ਾਹ ਦੀ ਉਮਰ ਕੀ ਸੀ ਉਦੋਂ? 5.25 ਸਾਲ ਜਦੋਂ ਗੱਦੀ 'ਤੇ ਬੈਠੇ ਆ, ਜਦੋਂ ਜੋਤੀ ਜੋਤ ਸਮਾਏ ਆ 8.25 ਸਾਲ, 8.25 ਸਾਲ ਦੀ ਉਮਰ ਜੋਤੀ ਜੋਤ ਵੀ ਸਮਾ ਗਏ ਸਨ। ਅਤੇ ਉਹਨਾਂ ਨੂੰ ਦਿੱਲੀ ਸੱਦਣਾ, ਇਹ ਸਾਰੀ ਸਾਰੀ ਜਿਹੜੀ ਸਾਜ਼ਿਸ਼ ਸੀਗੀ ਇਹ ਬਾਬੇ ਰਾਮ ਰਾਏ ਹੋਰਾਂ ਨੇ ਰਚੀ ਸੀ ਨਾ ਸੱਕੇ ਭਰਾ ਨਾਲ। ਹੁਣ ਉਹ ਜਿਹੜੀ ਗੱਲ ਸੀ ਨਾ ਮੈਂ ਕੀਤੀ ਆ, ਬੰਦੇ ਨੂੰ ਆਪਣੀ ਗਲਤੀਆਂ ਦਾ ਆਪਣੀਆਂ ਕੀਤੀਆਂ ਦਾ ਯਾਦ ਤਾਂ ਆਉਂਦਾ ਹੀ ਆ, ਖੋ ਸਤਨਾਮ ਸ੍ਰੀ, ਹਰ ਬੰਦੇ ਨੂੰ ਪਤਾ ਹੁੰਦਾ ਮੈਂ ਕਿੱਥੇ ਗਲਤੀ ਕੀਤੀ ਹੈ, ਮੈਂ ਵਾਧਾ ਕੀਤਾ। ਹੁਣ ਉਹ ਗੱਲਾਂ ਚੇਤੇ ਆ ਰਹੀਆਂ ਨੇ, ਪੂਰਬ ਅਨੇਕ ਪ੍ਰਕਾਰ ਉਠਾਵਾਂ, ਬਹੁਤ ਜ਼ਿਆਦਾ ਕਈ ਤਰ੍ਹਾਂ ਦੇ ਉਪਦਰਵ ਖੜ੍ਹੇ ਕਰ ਬੈਠੇ ਗੁਰੂ ਮਹਾਰਾਜ ਅੱਠਵੇਂ ਪਾਤਸ਼ਾਹ ਦੇ ਖਿਲਾਫ। ਬਾਬੇ ਰਾਮ ਰਾਏ ਨੇ ਬੜੀਆਂ ਵੱਡੀਆਂ ਗਲਤੀਆਂ ਕਰ ਲਈਆਂ, ਚਿਤ ਸ਼੍ਰੀ ਰਾਮ ਰਾਏ ਪਛਤਾਵਾ, ਪਰ ਹੁਣ ਬਾਬੇ ਰਾਮ ਰਾਏ ਨੂੰ ਆਪਣੀਆਂ ਕੀਤੀਆਂ ਦਾ ਪਛਤਾਵਾ ਹੋ ਰਿਹਾ, ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਰਿਹਾ ਹੈ। ਤਰੀ ਸਰਲਤਾ ਔਰ ਮੈਂ ਭਲੇ, ਹੁਣ ਮਨ ਸਾਫ਼ ਕਰ ਲਿਆ, ਮਨ ਸਰਲ ਕਰ ਲਿਆ। ਉਹ ਜਿਹੜੀਆਂ ਗੱਲਾਂ ਸੀ ਨਾ ਮਨ ਦੀਆਂ ਘੁੰਡੀਆਂ, ਹੁਣ 10ਵੇਂ ਪਾਤਸ਼ਾਹ ਦੇ ਸਾਹਮਣੇ ਖੋਲ੍ਹਣ ਲੱਗੇ ਹੈ। ਭਾਈ ਸਫਲਤਾ ਗੁਰ ਸੰਗ ਮਿਲੇ, ਕਹਿੰਦੇ ਅੱਜ ਮੇਰਾ ਜੀਵਨ ਸਫਲ ਹੋ ਗਿਆ, ਇੰਨੇ ਸਮੇਂ ਬਾਅਦ ਗੁਰੂ ਜੋਤੀ ਦੇ ਦਰਸ਼ਨ ਹੋ ਰਹੇ ਆ। ਕਿਉਂਕਿ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੱਥੇ ਨਹੀਂ ਲੱਗੇ, 8ਵੇਂ ਪਾਤਸ਼ਾਹ ਨੇ ਮੱਥੇ ਲਾਇਆ ਨਹੀਂ, 7ਵੇਂ ਪਾਤਸ਼ਾਹ ਨੇ, 8ਵੇਂ ਪਾਤਸ਼ਾਹ ਨੂੰ ਵੀ ਨਹੀਂ ਮਿਲੇ, 9ਵੇਂ ਪਾਤਸ਼ਾਹ ਨੂੰ ਵੀ ਨਹੀਂ ਮਿਲੇ, ਹੁਣ 10ਵੇਂ ਪਾਤਸ਼ਾਹ ਨੂੰ ਮਿਲੇ ਆ। ਅਤੇ ਬਾਬਾ ਜੀ ਕਹਿੰਦੇ ਚਲੋ ਪਿਛਲੀਆਂ ਭੁੱਲਾਂ ਬਖਸ਼ਾ ਲਈਏ, ਬੂਝਤ ਭਇਓ ਅਨੰਦਪੁਰ ਗਾਥਾ, ਅਤੇ ਗੁਰੂ ਸਾਹਿਬ ਦੇ ਕੋਲ ਬਹਿ ਕੇ ਅਨੰਦਪੁਰ ਸਾਹਿਬ ਦੀ ਗੱਲ ਪੁੱਛਣ ਲੱਗੇ। ਮਹਾਰਾਜ ਜੀ ਸੁਣੋ, ਸੁਣਾਓ ਅਨੰਦਪੁਰ ਸਾਹਿਬ ਦਾ ਕੀ ਹਾਲ ਹੈ? ਉੱਥੇ ਸੁਣਿਆ ਰਾਜੇ ਨਾਲ ਤੁਹਾਡਾ ਵਿਗਾੜ ਪੈ ਗਿਆ, ਭੀਮ ਚੰਦ ਦੇ ਨਾਲ ਵਿਰੋਧ ਉਪਜਿਓ ਨਿਰਖ ਸਾਥਾ, ਭੀਮ ਚੰਦ ਦੇ ਨਾਲ ਤੁਹਾਡਾ ਵਿਰੋਧ ਕਿਉਂ ਪੈਦਾ ਹੋਇਆ, ਉਹਦਾ ਵਿਰੋਧ ਦਾ ਕਾਰਨ ਕੀ ਬਣਿਆ ਗੁਰੂ ਜੀ, ਇਹ ਦੱਸੋ। ਸ਼ਿਮਾ ਧਾਰ ਇਕ ਦਿਸ਼ ਕੋ ਆਏ, ਪਤਾ ਲੱਗਾ ਆਪ ਜੀ ਉਹਦੀਆਂ ਗਲਤੀਆਂ ਨਾ ਚਿਤਾਰਦੇ ਹੋਏ ਰਾਜੇ ਭੀਮ ਚੰਦ ਨੂੰ ਖਿਮਾ ਕਰਕੇ ਇੱਧਰ ਪੌਂਟੇ ਸਾਹਿਬ ਵੱਲ ਆ ਗਏ ਹੋ। ਦੇਸ਼ ਚਾਲ ਹਮ ਤੇ ਪੁੰਨ ਪਹੀ, ਸ਼ਹਿਰ ਪਾਮਟਾ ਕੀ ਸੁਧ ਲਈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਆਪ ਇੱਧਰ ਆਏ ਹੋ, ਨਹਿਨ ਜੰਗ ਤਿੰਨ ਸੰਗ ਬਚਾਏ। ਮਹਾਰਾਜ ਜੀ ਗਰੀਬ ਨਿਵਾਜ ਜੀ, ਤੁਸੀਂ ਉਹਨਾਂ ਦੇ ਨਾਲ ਜੰਗ ਨਹੀਂ ਕੀਤਾ ਰਾਜੇ ਭੀਮ ਚੰਦ ਨਾਲ, ਤੇ ਉਹਨੂੰ ਖਿਮਾ ਕਰਕੇ ਆ ਗਏ ਹੋ। ਸੁਣ ਕਲਗੀਧਰ ਸਕਲ ਬਖਾਨਾ, ਬਾਬੇ ਰਾਮ ਰਾਏ ਜੀ ਦਾ ਬਚਨ ਸੁਣ ਕੇ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਲੱਗੇ ਹਨ। ਮੂੜ ਚਾਹੇ ਹਮ ਸੋ ਛਲ ਠਾਨਾ, ਸਤਿਗੁਰੂ ਕਹਿੰਦੇ ਬਾਬਾ ਜੀ ਅਸਲ ਵਿੱਚ ਭੀਮ ਚੰਦ ਮੂਰਖ ਹੈ, ਉਹ ਸਾਡੇ ਨਾਲ ਕਪਟ ਕਰਨਾ ਚਾਹੁੰਦਾ ਸੀ, ਉਹ ਸਾਡੇ ਨਾਲ ਛਲ ਧੋਖਾ ਕਰਨਾ ਚਾਹੁੰਦਾ ਸੀ। ਕਪਟ ਸੰਗ ਚਾਹੇ ਲਹਿਓ ਮਤੰਗਾ, ਸਾਡਾ ਪ੍ਰਸਾਦੀ ਹਾਥੀ, ਸਾਡਾ ਕੀਮਤੀ ਤੰਬੂ, ਸਾਡੀਆਂ ਕੀਮਤੀ ਸੁਗਾਤਾਂ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ, ਅਤੇ ਉਹ ਸਾਡੇ ਕੋਲੋਂ ਜੇ ਤਾਂ ਪ੍ਰੇਮ ਨਾਲ ਮੰਗਦਾ ਤਾਂ ਅਸੀਂ ਦੇ ਦਿੰਦੇ, ਉਹ ਛਲ ਨਾਲ ਲੈਣੀਆਂ ਚਾਹੁੰਦਾ ਸੀ, ਕਪਟ ਨਾਲ ਲੈਣੀਆਂ ਚਾਹੁੰਦਾ ਸੀ ਵੀ ਇੱਕ ਵਾਰੀ ਲੈ ਲਵਾਂਗਾ ਗੁਰੂ ਦਾ ਪ੍ਰਸ਼ਾਦੀ ਹਾਥੀ, ਅਤੇ ਪਿੱਛੋਂ ਮੈਂ ਨਾ ਕਰ ਦਿਆਂਗਾ ਵੀ ਮੈਂ ਨਹੀਂ ਦਿੰਦਾ, ਫਿਰ ਗੁਰੂ ਮੇਰਾ ਕੀ ਵਿਗਾੜ ਲਏਗਾ।
ਉਹ ਕਪਟ ਨਾਲ ਬੇਈਮਾਨੀ ਨਾਲ ਸਾਥੋਂ ਲੈਣਾ ਚਾਹੁੰਦਾ ਸੀ। ਗੁਰ ਘਰ ਸੋ ਕਿਨ ਪੁਜਿਆ ਹੈ ਪਟੰਗਾ। ਪਰ ਬਾਬਾ ਜੀ ਤੁਹਾਨੂੰ ਪਤਾ ਗੁਰੂ ਘਰ ਦੇ ਨਾਲ ਛਲ ਨਹੀਂ ਚੱਲਦਾ, ਗੁਰੂ ਦੇ ਨਾਲ ਏਦਾਂ ਦੇ ਕਪਟ ਨਹੀਂ ਚੱਲਦੇ। ਸਰਬ ਪ੍ਰਕਾਰ ਪਈ ਰਣ ਤਿਆਰੀ। ਬਾਬਾ ਜੀ ਸਾਡੇ ਵੱਲੋਂ ਤਾਂ ਜੰਗ ਦੀ ਪੂਰੀ ਤਿਆਰੀ ਹੋ ਗਈ ਸੀ, ਅਸੀਂ ਤਾਂ ਨਗਾਰੇ ਚੋਭਾਂ ਲਾਤੀਆਂ ਸੀ, ਅਸੀਂ ਤਾਂ ਤਿਆਰ ਬੈਠੇ ਸੀ। ਮਿਲ ਭਰਾ ਤਨ ਸੋ ਤਬ ਹੈ ਵਿਚਾਰੀ। ਰਾਜੇ ਭੀਮ ਚੰਦ ਨੇ ਆਪਣੇ ਰਾਜਿਆਂ ਨਾਲ ਭਰਾਵਾਂ ਨਾਲ ਵਿਚਾਰ ਕੀਤੀ ਵੀ ਆਪਾਂ ਹੁਣ ਵਿਆਹ ਕਰੀਏ ਕਿ ਲੜਾਈ ਕਰੀਏ, ਕਿਉਂਕਿ ਭੀਮ ਚੰਦ ਦੇ ਮੁੰਡੇ ਦਾ ਵਿਆਹ ਆਇਆ ਹੋਇਆ ਸੀ। ਉੱਤੋਂ ਉਹਦੀ ਰਾਣੀ ਨੇ ਵੀ ਆਖਿਆ, ਉਹਦੇ ਸਾਥੀਆਂ ਨੇ ਵੀ ਆਖਿਆ ਵੀ ਜੇ ਤੂੰ ਵਿਆਹ ਤੋਂ ਪਹਿਲਾਂ ਲੜਾਈ ਕਰ ਲਈ ਤਾਂ ਲੜਾਈ 'ਚ ਪਤਾ ਨਹੀਂ ਕੌਣ ਕੌਣ ਮਾਰਿਆ ਜਾਵੇ, ਜੇ ਘਰ ਦਾ ਕੋਈ ਵੱਡਾ ਬੰਦਾ ਮਾਰਿਆ ਗਿਆ ਤਾਂ ਵਿਆਹ ਵਿੱਚ ਗਮੀ ਸੋਗ ਪੈ ਜਾਏਗਾ, ਵਿਆਹ ਦੇ ਵਿੱਚ ਰੰਗ 'ਚ ਭੰਗ ਪੈ ਜਾਏਗਾ। ਇਸ ਕਰਕੇ ਗੁਰੂ ਮਹਾਰਾਜ ਦੇ ਨਾਲ ਲੜਾਈ ਅਜੇ ਥੋੜ੍ਹੇ ਸਮੇਂ ਲਈ ਟਾਲਦੇ। ਰਾਜੇ ਭੀਮ ਚੰਦ ਨੇ ਸਲਾਹ ਕਰਕੇ ਮੰਤਰੀਆਂ ਨਾਲ ਲੜਾਈ ਤੋਂ ਟਾਲਾ ਕਰ ਲਿਆ। ਵਿਆਹ ਵਿਖਾ ਹੋਏ ਸ਼ੋਕ ਮਹਾਨਾ। ਵੀ ਵਿਆਹ ਦੇ ਵਿੱਚ ਮੌਤਾਂ ਹੋ ਗਈਆਂ ਲੜਾਈ ਵਿੱਚ, ਵਿਆਹ ਤੋਂ ਪਹਿਲਾਂ ਤੇ ਬੜਾ ਸ਼ੋਕ ਹੋਵੇਗਾ। ਚਾਰ ਕਰ ਗਇਓ ਵੀਰ ਰਸ ਹਾਨਾ। ਇਸ ਕਰਕੇ ਰਾਜਾ ਭੀਮ ਚੰਦ ਵੀਰ ਰਸ ਛੱਡ ਕੇ ਕਾਇਰ ਹੋ ਗਿਆ ਤੇ ਸਾਡੇ ਨਾਲ ਲੜਾਈ ਤੋਂ ਟਾਲਾ ਕਰ ਗਿਆ। ਅਸੀਂ ਤਾਂ ਤਿਆਰ ਬੈਠੇ ਸੀ ਪਰ ਉਹ ਹੀ ਨਹੀਂ ਆਇਆ ਲੜਨ ਵਾਸਤੇ। ਇਧਰੋਂ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸਾਨੂੰ ਆਪਣੇ ਇਲਾਕੇ 'ਚ ਸੱਦ ਲਿਆ, ਨਾਨ ਦੇ ਇਲਾਕੇ ਵਿੱਚ। ਚਾਹਤ ਆਪ ਕੇ ਨਿਕਟ ਟਿਕਾਇਓ। ਤੇ ਕਿਉਂਕਿ ਬਾਬਾ ਜੀ ਤੁਸੀਂ ਉੱਧਰ ਬੈਠੇ ਹੋ, ਅਸੀਂ ਇੱਧਰ ਬੈਠੇ ਹਾਂ, ਤੁਸੀਂ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ ਅਤੇ ਅਸੀਂ ਵੀ ਸਤਿਗੁਰਾਂ ਦੇ ਹਾਂ, ਇਸ ਕਰਕੇ ਆਪਣਾ ਤੁਹਾਡਾ ਸਾਡਾ ਨੇੜੇ ਘਰ ਬਣ ਗਿਆ, ਇਹ ਮੁਲਾਕਾਤ ਹੋਣੀ ਸੀ, ਤਾਂ ਹੀ ਪਰਮੇਸ਼ਰ ਨੇ ਇਹ ਵਿਧੀ ਬਣਾਈ ਹੈ। ਜਮੁਨਾ ਤੱਟ ਸੁੰਦਰ ਕੋ ਹੇਰਾ। ਜਮੁਨਾ ਦਾ ਸੋਹਣਾ ਟਿਕਾਣਾ ਵੇਖ ਕੇ ਕਾਲਿਓ ਆਨ ਆਪਣੋ ਡੇਰਾ। ਅਸੀਂ ਉੱਥੇ ਆਪਣਾ ਡੇਰਾ ਬਣਾ ਲਿਆ ਤੇ ਉੱਥੇ ਅਸੀਂ ਘਰ ਬਣਾ ਲਿਆ, ਪੌਂਟਾ ਸਾਹਿਬ ਕਿਲ੍ਹਾ ਰਚ ਲਿਆ ਹੈ। ਕਾਰਨ ਅਨੇਕ ਜਾਣ ਕਰ ਆਏ। ਅਨੇਕਾਂ ਕਾਰਨ ਜਾਣ ਕੇ ਬਾਬਾ ਜੀ ਇਸ ਇਲਾਕੇ 'ਚ ਆਏ ਹਾਂ। ਬਸ ਸੁਬਹਿਰਤ ਆਨੰਦ ਉਪਾਏ। ਬੜੇ ਆਨੰਦ ਨਾਲ ਵਸ ਰਹੇ ਹਾਂ, ਬੜੀ ਮੌਜ ਨਾਲ ਸ਼ਿਕਾਰ ਖੇਡਦੇ ਹਾਂ, ਇਸ ਇਲਾਕੇ ਵਿੱਚ ਵਿਚਰਦੇ ਹਾਂ। ਸੁਣ ਸ਼੍ਰੀ ਰਾਮ ਰਾਏ ਪੁਨ ਭਾਖਾ। ਬਾਬਾ ਰਾਮ ਰਾਏ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਬੋਲੇ, ਕੋਈ ਨਾ ਹਟਾਏ ਸਕੈ ਤੁਮ ਕਾਖਾ। ਮਹਾਰਾਜ ਤੁਹਾਡੀ ਇੱਛਾ ਨੂੰ ਕੌਣ ਹਟਾ ਸਕਦਾ, ਜੋ ਵੀ ਤੁਸੀਂ ਫੁਰਨਾ ਕਰੋ ਪੂਰਾ ਹੁੰਦਾ ਹੈ। ਜਾਨੀ ਪਰੈ ਵੈਸ ਮਮ ਥੋਰੀ। ਬਾਬਾ ਜੀ ਰਾਮ ਰਾਏ ਜੀ ਹੁਣ ਆਪਣੇ ਟਿਕਾਣੇ 'ਤੇ ਆ ਗਏ, ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਲੱਗਦਾ ਕਿ ਮੇਰੇ ਦਿਨ ਥੋੜ੍ਹੇ ਰਹਿ ਗਏ ਆ। ਆਖੋ ਸਤਨਾਮ ਜਾਨੀ ਪਰੈ, ਮੈਨੂੰ ਲੱਗਦਾ ਕਿ ਉਮਰ ਮੇਰੀ ਹੁਣ ਥੋੜ੍ਹੀ ਰਹਿ ਗਈ ਹੈ, ਥੋੜ੍ਹੇ ਕੁ ਦਿਨਾਂ ਨੂੰ ਮੇਰਾ ਸੰਸਾਰ ਤੋਂ ਕੂਚ ਹੋ ਜਾਣਾ, ਕਿਉਂਕਿ ਮਹਾਂਪੁਰਸ਼ ਸੀਗੇ, ਬੰਦਗੀ ਵਾਲੇ ਗੁਰੂ ਦੇ ਪੁੱਤਰ ਸੀਗੇ, ਅਤੇ ਇਹ ਤਾਂ ਮਹਾਂਪੁਰਸ਼ਾਂ ਨੂੰ ਸੋਝੀ ਹੁੰਦੀ ਹੈ ਨਾ ਵੀ ਕਦੋਂ ਜਾਣਾ। ਬਾਣੀ 'ਚ ਪੰਗਤੀ ਆਉਂਦੀ ਹੈ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਧ ਮਿਲੇ। ਮਾਰੂ ਰਾਗ ਦਾ ਪਹਿਲਾ ਹੀ ਸ਼ਬਦ ਹੈ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਨੂੰ ਪਹਿਲਾਂ ਹੀ ਸੱਦਾ ਮਿਲ ਜਾਂਦਾ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਵਾਲੇ ਤਰਨੇ ਦਲ ਦੇ ਜਥੇਦਾਰ ਹੋਏ ਨੇ। ਉੱਥੇ ਇੱਕ ਉਹਨਾਂ ਦੇ ਸਮੇਂ ਜਿਹੜਾ ਸਿੰਘ ਕੋਲ ਬੈਠਾ ਸੀ ਉਹ ਅੰਬਾਲੇ ਸਾਡੇ ਮਿਸਤਰੀ ਸੀ ਮੋਹਨ ਸਿੰਘ। ਉਹ ਕਹਿੰਦਾ ਮੈਂ ਉਦੋਂ ਖਾਲਸਾ ਸਕੂਲ ਬਾਬੇ ਬਕਾਲੇ ਦਾ ਵਿਦਿਆਰਥੀ ਸੀ, ਅਤੇ ਉਹ ਕਹਿੰਦੇ ਵੀ ਮੈਂ ਦਸਵੀਂ ਪੜ੍ਹਦਾ ਸੀ। ਇਹ ਗੱਲ 1930-32 ਦੀ ਗੱਲ ਹੈ, ਅੱਜ ਦੀ ਗੱਲ ਨਹੀਂ।
ਉਦੋਂ ਕਹਿੰਦਾ ਮੈਂ 10ਵੀਂ ਪੜ੍ਹਦਾ ਸੀ, ਹੁਣ ਤਾਂ ਬਜ਼ੁਰਗ ਚੜ੍ਹਾਈ ਕਰ ਗਿਆ, ਸਾਡੇ ਵਾਲੇ 'ਚ ਖਰਾਦ ਦਾ ਮਿਸਤਰੀ ਸੀ। ਉਹ ਕਹਿੰਦਾ ਮੈਂ 10ਵੀਂ ਪੜ੍ਹਦਾ ਸੀ ਅਤੇ ਘੜੀ ਉਦੋਂ ਹੁੰਦੀ ਨਹੀਂ ਸੀ ਕਿਸੇ ਕੋਲ, ਕਿ 100 ਬੰਦੇ 'ਚੋਂ ਲੱਭ ਕੇ ਅਤੇ ਇੱਕ ਅੱਧੇ ਕੋਲ ਹੱਥ ਵਾਲੀ ਘੜੀ ਹੁੰਦੀ ਸੀ, ਅੰਗਰੇਜ਼ਾਂ ਦਾ ਟਾਈਮ ਸੀ। ਕਹਿੰਦੇ ਬਾਬੇ ਗੁਰਮੁਖ ਸਿੰਘ, ਕਹਿੰਦੇ ਬਾਈ ਟਾਈਮ ਦੱਸੋ ਕੀ ਹੋਇਆ। ਕਹਿੰਦੇ ਮਸੀਂ ਕਹਿੰਦੇ ਕਿਸੇ ਮੁੰਡੇ ਨੂੰ ਪੁੱਛਿਆ, ਇੱਧਰੋਂ ਪੁੱਛਿਆ, ਉੱਧਰੋਂ ਪੁੱਛਿਆ ਘੜੀ ਦਾ, ਉਹ ਕਹਿੰਦਾ ਜੀ 10 ਵਜੇ। ਅਤੇ ਉਸ ਬੰਦੇ ਨੇ ਅੱਖੀਂ ਵੇਖਿਆ, ਕੰਨੀ ਸੁਣਿਆ, ਬਚਨ ਮੈਨੂੰ ਸੁਣਾਇਆ, ਮੋਹਨ ਸਿੰਘ ਸੀ ਮਿਸਤਰੀ ਅੰਬਾਲੇ, ਉਹਨੇ ਦੱਸੀ ਗੱਲ। ਕਹਿੰਦਾ ਸੀ ਬਾਬੇ ਬਕਾਲੇ ਮੈਂ ਕੋਲ ਬੈਠਾ ਬਾਬਿਆਂ ਦੇ, ਬਾਬਿਆਂ ਨੇ ਟਾਈਮ ਪੁੱਛਿਆ ਗੁਰਮੁਖ ਸਿੰਘ ਹੋਰਾਂ ਨੇ, ਕਹਿੰਦੇ ਜਦੋਂ ਟਾਈਮ ਪੁੱਛਿਆ ਕਹਿੰਦੇ 10 ਵਜੇ। ਕਹਿੰਦੇ ਅੱਜ ਵਾਲੇ ਦਿਨ ਅਗਲੇ ਸਾਲ 10 ਵਜੇ ਚਾਲੇ ਮਾਰਾਂਗੇ। ਇੱਕ ਸਾਲ ਪੂਰਾ, 365 ਦਿਨ ਪੂਰੇ ਹੋਏ, 10 ਵਜੇ ਬਾਬੇ ਚਾਲੇ ਮਾਰ ਗਏ। ਸਾਧੂਆਂ ਦੀ ਕਮਾਈ ਹੁੰਦੀ, ਉਹਨਾਂ ਨੂੰ ਪਤਾ ਲੱਗ ਜਾਂਦਾ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ, ਸੱਦੇ ਮਿਲ ਜਾਂਦੇ ਆ, ਪਤਾ ਲੱਗ ਜਾਂਦਾ। ਸੋ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਕੀ ਕਹਿੰਦੇ ਆ, ਸੱਚੇ ਪਾਤਸ਼ਾਹ ਜਾਨੀ ਪਰੈ ਬੈਸ ਮਮ ਥੋੜੀ, ਲੱਗਦਾ ਪਿਆ ਮੇਰੀ ਉਮਰ ਥੋੜੀ ਰਹਿ ਗਈ ਹੈ, ਸਮਾਂ ਥੋੜਾ ਰਹਿ ਗਿਆ ਹੈ, ਬਸ ਮੇਰੇ ਵੱਲ ਕਿਰਪਾ ਕਰਦੇ ਰਿਹਾ, ਜੇ ਖੁਸ਼ੀਆਂ ਹੀ ਰੱਖਿਆ, ਜੇ ਮੇਰਾ ਹੱਥ ਰੱਖਿਆ, ਜੇ ਹੁਣ ਸਮੇਂ ਦਾ ਕੋਈ ਪਤਾ ਨਹੀਂ ਮਹਾਰਾਜ ਕੀ ਬਾਣਾ ਵਰਤੇਗਾ, ਸੋ ਸਦਾ ਹੀ ਇੱਧਰ ਨਿਗਾਹ ਰੱਖਿਆ ਜੇ ਮੇਰੇ ਡੇਰੇ ਵੱਲ। ਮਹਾਰਾਜ ਜੀ, ਪਿਛਲੀਆਂ ਜਿਹੜੀਆਂ ਸਾਡੇ ਪਰਿਵਾਰਾਂ ਵਿੱਚ ਗੱਲਾਂ ਹੋਈਆਂ ਨੇ, ਭੇਦ ਭਾਵ ਹੋਏ ਨੇ, ਵਾਦ ਵਿਵਾਦ ਹੋਏ ਨੇ, ਭਰਾਵਾਂ ਦੇ ਹੋਏ ਨੇ, ਸ਼ਰੀਕੇ 'ਚ ਹੋਏ ਨੇ, ਹਾਂਜੀ, ਉਹ ਹੁਣ ਆਪਣੇ ਮਨ 'ਚ ਨਾ ਰੱਖਿਆ ਜੇ, ਇਹ ਨਾ ਸੋਚਿਆ ਜੇ ਵੀ ਮਹਾਰਾਜ ਰਾਮ ਰਾਏ ਤੁਹਾਡੇ ਤੋਂ ਬਾਹਰ ਹੈ, ਮਹਾਰਾਜ ਮੈਨੂੰ ਆਪਣਾ ਪੁੱਤਰ ਸਮਝਿਆ ਜੇ, ਆਪਣਾ ਭਤੀਜਾ ਸਮਝਿਆ ਜੇ, ਤੁਸੀਂ ਮੇਰੇ ਲਈ ਗੁਰੂ ਹਰਿਰਾਏ ਸਾਹਿਬ ਹੀ ਹੋ, ਕਿਉਂ ਤੁਸੀਂ ਗੱਦੀ ਉਸ 'ਤੇ ਬੈਠੇ ਹੋ, ਅਤੇ ਰਿਸ਼ਤਾ ਵੀ ਪਿਓ, ਪਰ ਪਿਓ ਦਾ ਅਤੇ ਚਾਚੇ ਦਾ ਕੀ ਫਰਕ ਹੁੰਦਾ, ਤੁਸੀਂ ਮਹਾਰਾਜ ਮੇਰੇ ਪਿਓ ਹੀ ਵਰਗਿਆਂ, ਮੇਰੇ 'ਤੇ ਕਿਰਪਾ ਰੱਖਿਆ ਜੇ, ਮੇਰੇ ਨਾਲ ਹੁਣ ਕੋਈ ਮਨ ਵਿੱਚ ਮਨ ਮੁਟਾਵ ਨਾ ਰੱਖਿਆ ਜੇ, ਹਾਂਜੀ, ਅਤੇ ਨਾਲੇ ਚਾਚਾ ਜੀ ਮੇਰੇ ਮਸੰਦ ਬੜੇ ਵਿਗੜੇ ਹੋਏ ਨੇ, ਮੈਨੂੰ ਲੱਗਦਾ ਉਹਨਾਂ ਦੇ ਚਾਲ ਢਾਲ ਜਿਹੜੇ ਮੇਰੇ ਮਸੰਦਾਂ ਦੇ ਨਾ, ਮੇਰੇ ਜਿਹੜੇ ਮੁਖੀ ਨੇ ਡੇਰੇ ਦੇ, ਉਹ ਹੁਣ ਤੌਰ ਤਰੀਕੇ ਉਹਨਾਂ ਦੇ ਬਦਲ ਗਏ ਨੇ, ਉਹਨਾਂ ਦੀ ਨੀਤ ਬਦਲੀ ਹੋਈ ਹੈ, ਜੇਕਰ ਪਿੱਛੇ ਕਰਹਿ ਬਿਗਾਰੇ, ਕਿਉਂਕਿ ਮੇਰਾ ਕੋਈ ਬੱਚਾ ਤਾਂ ਹੈ ਨਹੀਂ, ਅਤੇ ਉਹ ਸੋਚਦੇ ਆ ਵੀ ਬਾਬੇ ਦਾ ਕੰਮ ਕਰੀਏ ਅਤੇ ਆਪਾਂ ਡੇਰਾ ਸਾਂਭੀਏ, ਮਹਾਰਾਜ ਮੈਂ ਤਾਂ ਚਲੇ ਜਾਣਾ, ਪਰ ਜੇ ਮੇਰੇ ਪਿੱਛੋਂ ਕੋਈ ਵਿਗਾੜ ਕਰਨ, ਮੇਰੇ ਡੇਰੇ ਨੂੰ ਮੇਰੀ ਸੰਗਤ ਨੂੰ ਪਰੇਸ਼ਾਨ ਕਰਨ, ਸਭ ਡੇਰੇ ਕੀ ਕਾਰ ਸੁਧਾਰੋ, ਅਤੇ ਹੁਣ ਤੁਸੀਂ ਆਪਣਾ ਜਾਣ ਕੇ ਮੇਰੇ ਡੇਰੇ ਦੀ ਕੰਮ ਸੁਧਾਰ ਲਿਆ ਜੇ, ਮੈਂ ਚਲੇ ਗਿਆ ਅਤੇ ਮੇਰਾ ਡੇਰਾ ਨਾ ਰੁਲ ਜਾਵੇ, ਤੁਸੀਂ ਡੇਰਾ ਤੁਹਾਡਾ ਹੈ ਹੁਣ, ਕਿਰਪਾ ਰੱਖਿਆ ਜੇ, ਉਚਿਤ ਵਿਚਾਰ ਸੰਭਾਲੋ, ਯੋਗ ਅਯੋਗ ਦੀ ਸਿਆਣੇ ਤੁਸੀਂ ਬੜੇ ਹੋ ਸਤਿਗੁਰੂ ਹੋ, ਆਪ ਵਿਚਾਰ ਕਰ ਲਿਆ ਜੇ, ਅਤੇ ਡੇਰਾ ਜਿਵੇਂ ਵੀ ਹੋਵੇ ਚਲਾਈ ਜਾਏ ਜੇ ਮਹਾਰਾਜ, ਕਿਉਂਕਿ ਹੁਣ ਮੇਰੇ ਪਿੱਛੋਂ ਮੇਰਾ ਕੋਈ ਵਾਲੀ ਵਾਰਸ ਨਹੀਂ ਹੈ, ਤੁਸੀਂ ਸਾਡੀ ਸੋਢੀ ਕੁੱਲ ਦੇ ਗੁਰੂ ਰਾਮਦਾਸ ਪਾਤਸ਼ਾਹ ਦੀ ਕੁੱਲ ਦੇ ਗਹਿਣੇ ਹੋ, ਮਹਾਰਾਜ ਤੁਸੀਂ ਸੋਢੀ ਕੁੱਲ ਦੇ ਸਿਰਮੋਰ ਹੋ, ਤੁਸੀਂ ਸਾਰਿਆਂ 'ਚ ਹੁਣ ਵੱਡੀ ਥਾਂ 'ਤੇ ਹੋ, ਮਹਾਰਾਜ ਵਿਘਨ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਸੂਰਜ ਵਰਗੇ, ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰ ਦਿੰਦਾ ਨਾ, ਮਹਾਰਾਜ ਵਿਘਨਾਂ ਦਾ ਹਨੇਰਾ ਤੁਹਾਡੇ ਹੁੰਦਿਆਂ ਨੇੜੇ ਆ ਹੀ ਨਹੀਂ ਸਕਦਾ, ਬਹੁ ਕਾਰਨ ਕਰ ਜਨਮ ਤੁਹਾਰਾ, ਮੈਂ ਵੇਖ ਲਿਆ ਮਹਾਰਾਜ ਤੁਹਾਡਾ ਜਨਮ ਐਵੇਂ ਨਹੀਂ ਹੋਇਆ ਦੁਨੀਆਂ 'ਤੇ, ਤੁਸੀਂ ਕੋਈ ਅਵਤਾਰ ਹੋ, ਉਸ ਪਰਮੇਸ਼ਰ ਦੀ ਕੋਈ ਮਹਾਨ ਸ਼ਕਤੀ ਹੋ,
ਦੁਨੀਆ ਦਾ ਕੋਈ ਭਲਾ ਕਰਨ ਆਏ ਹੋ, ਤੁਹਾਡਾ ਆਮ ਲੋਕਾਂ ਵਰਗਾ ਜਨਮ ਨਹੀਂ ਹੋਇਆ। ਮੈਂ ਚੰਗੀ ਤਰ੍ਹਾਂ ਨਿਰਣਾ ਕਰਕੇ ਵਿਚਾਰ ਲਿਆ, ਤੁਹਾਨੂੰ ਰੱਬ ਨੇ, ਪਰਮਾਤਮਾ ਨੇ, ਵਾਹਿਗੁਰੂ ਨੇ ਦੁਨੀਆਂ ਤੇ ਭੇਜਿਆ ਹੈ। ਹੇ ਮਹਾਰਾਜ, ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਤਰਨਾ ਬੜਾ ਔਖਾ ਹੈ। ਪਾਣੀ ਦਾ ਸਮੁੰਦਰ ਤੇ ਬੇੜੀਆਂ ਨਾਲ, ਜਹਾਜ਼ਾਂ ਨਾਲ, ਸ਼ਿਪਾਂ ਨਾਲ ਤਰ ਜਾਈਦਾ, ਪਰ ਦੁਨੀਆਂ ਦਾ ਸਮੁੰਦਰ ਤਰਨਾ ਬਹੁਤ ਔਖਾ ਹੈ। ਭਵ ਸਾਗਰ ਤਰਨਾ ਬੜਾ ਔਖਾ ਹੈ। ਇਹ ਸੰਸਾਰ ਸਾਗਰ ਨੂੰ ਤਾਰਨ ਵਾਸਤੇ ਸ੍ਰੀ ਨਾਨਕ ਜੀ ਭਰੇ ਹੋ ਜਹਾਜ਼ਾਂ, ਗੁਰੂ ਨਾਨਕ ਦੇਵ ਜੀ ਜਹਾਜ਼ ਬਣਾਇਆ। ਆਖੋ ਸਤਨਾਮ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ। ਬਾਬੇ ਨਾਨਕ ਨੇ ਜਹਾਜ਼ ਬਣਾਇਆ ਇਹ ਦੁਨੀਆਂ ਤੋਂ ਪਾਰ ਲੰਘਣ ਲਈ, ਗੁਰੂ ਬਾਬੇ ਨੇ ਸਿੱਖੀ ਦਾ ਜਹਾਜ਼ ਬਣਾਇਆ ਹੈ। ਇਸ ਦੁਨੀਆਂ 'ਚ ਅਨੇਕਾਂ ਤਰ੍ਹਾਂ ਦੇ ਜੀਵ ਨੇ, ਚੰਗੇ ਨੇ, ਮਾੜੇ ਨੇ, ਚੋਰ ਨੇ, ਸਾਧ ਨੇ, ਦਇਆਲੂ ਨੇ, ਕਿਰਪਾਲੂ ਨੇ ਅਤੇ ਕਸਾਈ ਵੀ ਨੇ। ਇਸ ਦੁਨੀਆਂ 'ਤੇ ਹਰ ਤਰ੍ਹਾਂ ਦੇ ਲੋਕ ਨੇ ਮਹਾਰਾਜ। ਹਾਂਜੀ, ਅਤੇ ਮਹਾਰਾਜ ਜਿਹੜਾ ਗੁਰੂ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਜਹਾਜ਼ ਬਣਾਇਆ, ਉਹਦੇ ਵਿੱਚ ਵਿਘਨ ਪੈ ਗਏ। ਵਿਘਨ ਪਾਉਣ ਵਾਲੇ ਵੀ ਆ ਹੀ ਜਾਂਦੇ ਹਨ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਖੀ ਆਉਂਦੀ ਹੈ ਇੱਥੇ, ਬਾਬਾ ਜੀ ਉਹਦੀ ਜ਼ਿਕਰ ਕਰ ਰਹੇ ਨੇ ਹੁਣ, ਬਾਬਾ ਰਾਮ ਰਾਏ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਨਾ, ਗੁਰੂ ਹਰਿਰਾਏ ਸਾਹਿਬ ਇੱਕ ਵਾਰੀ ਕੀਰਤਪੁਰ ਸਾਹਿਬ ਉੱਚੀ ਪਹਾੜੀ 'ਤੇ ਜਾ ਖਲੋਤੇ ਅਤੇ ਢਾਈ ਪੈਰ ਇੱਕੋ ਪਾਸੇ ਵੇਖੀ ਗਏ। ਢਾਈ ਪੈਰ ਸੰਗਤਾਂ ਖੜ੍ਹੀਆਂ, ਥੱਕ ਗਈਆਂ, ਮਹਾਰਾਜ ਖੜ੍ਹੇ ਵੇਖੀ ਗਏ, ਵੇਖੀ ਗਏ, ਵੇਖੀ ਗਏ। ਕਿਸੇ ਦੀ ਇੰਨੀ ਜ਼ਰੂਰਤ ਨਹੀਂ ਵੀ ਸਤਿਗੁਰਾਂ ਨੂੰ ਪੁੱਛ ਲਈਏ ਵੀ ਮਹਾਰਾਜ ਕੀ ਕਰਦੇ। ਪੈਰ ਨਾਲ ਸ਼ਰਧਾ ਨਾਲ ਖੜ੍ਹੇ, ਢਾਈ ਪੈਰ ਪਿੱਛੋਂ ਮਹਾਰਾਜ ਵਾਪਸ ਆ ਕੇ ਦੀਵਾਨ ਲਾਇਆ। ਜਦੋਂ ਬੈਠ ਗਏ, ਸੰਗਤ ਨੇ ਪੁੱਛਿਆ, ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਆਪ ਲਗਾਤਾਰ 6-7 ਘੰਟੇ ਇੱਕੋ ਪਾਸੇ ਵੇਖਦੇ ਰਹੇ, ਕੀ ਵੇਖਦੇ ਰਹੇ ਹੋ, ਕੀ ਤੱਕਦੇ ਰਹੇ ਹੋ? ਮਹਾਰਾਜ ਕਹਿੰਦੇ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਹਾਜ਼ ਬਣਾਇਆ ਸੀ ਨਾ, ਉਹ ਟੁੱਟ ਗਿਆ, ਉਹ ਵੇਖ ਰਹੇ ਹਾਂ। ਜੋ ਜਹਾਜ਼ ਸ੍ਰੀ ਨਾਨਕ ਕਰਿਓ, ਜੋ ਗੁਰੂ ਨਾਨਕ ਸਾਹਿਬ ਨੇ ਜਹਾਜ਼ ਬਣਾਇਆ, ਉਹ ਫੂਟ ਗਏ। ਉਹਦੇ ਟੁੱਟ ਜਿਵੇਂ ਜਹਾਜ਼ ਪਾਣੀ ਦੇ ਵਿੱਚ ਥਪੇੜੇ ਲਾ ਕੇ ਟੁੱਟ ਜਾਵੇ ਤਾਂ ਕਿੱਡੀ ਖਤਰਨਾਕ ਗੱਲ ਹੁੰਦੀ ਹੈ। ਗੁਰੂ ਨਾਨਕ ਦਾ ਜਹਾਜ਼ ਟੁੱਟ ਗਿਆ ਜੇ, ਸਿੱਖ ਡਰ ਗਏ, ਕਹਿੰਦੇ ਜਿਹੜਾ ਗੁਰੂ ਨਾਨਕ ਦਾ ਜਹਾਜ਼ ਟੁੱਟ ਗਿਆ ਜੇ ਮਹਾਰਾਜ, ਇਹ ਤਾਂ ਮਲਾਹ ਤਾਂ ਫਿਰ ਤੁਸੀਂ ਹੋ ਨਾ, ਕਿਉਂ ਜਹਾਜ਼ ਨੂੰ ਜਦੋਂ ਖਤਰਾ ਹੁੰਦਾ ਉਦੋਂ ਮਲਾਹ ਹੀ ਸਾਂਭਦਾ, ਅਤੇ ਹੁਣ ਜਹਾਜ਼ ਦੇ ਮਲਾਹ, ਜਹਾਜ਼ ਦੇ ਡਰਾਈਵਰ ਤੁਸੀਂ ਹੋ, ਅਤੇ ਤੁਸੀਂ ਇਹਨੂੰ ਮਹਾਰਾਜ ਕਿਰਪਾ ਕਰਕੇ ਠੀਕ ਕਰੋ। ਅਤੇ ਸੱਤਵੇਂ ਪਾਤਸ਼ਾਹ ਕਹਿੰਦੇ, ਦਸਵੇਂ ਜਾਮੇ 'ਚ ਕਰਾਂਗੇ। ਆਖੋ ਸਤਨਾਮ, ਜੋ ਜਹਾਜ਼ ਗੁਰੂ ਨਾਨਕ ਸਾਹਿਬ ਦਾ ਬਣਿਆ ਟੁੱਟ ਗਿਆ, ਉਹ ਦਸਵੇਂ ਜਾਮੇ 'ਚ ਕਰਾਂਗੇ। ਉਹ ਕੀ ਇਸ਼ਾਰਾ ਸੀ ਭਲਾ? ਜਹਾਜ਼ ਬਾਬੇ ਨਾਨਕ ਦਾ, ਸਿੱਖੀ ਦਾ ਜਹਾਜ਼, ਉਹਦੇ ਵਿੱਚ ਇੱਕ ਪਾਸੇ 'ਤੇ ਬਣ ਗਏ ਮੀਣੇ ਬਾਬੇ ਪਿਰਥੀ ਚੰਦ ਵਾਲੇ ਹਰਿਮੰਦਰ ਸਾਹਿਬ 'ਤੇ 100 ਸਾਲ ਕਬਜ਼ਾ ਰਿਹਾ ਉਹਨਾਂ ਦਾ, ਗੁਰੂ ਅਰਜਨ ਦੇਵ ਦੇ ਵੱਡੇ ਭਰਾ ਸੀਗੇ। ਉਹਨਾਂ ਨੇ ਆਪਣੀ ਗੱਦੀ ਵੱਖਰੀ ਚਲਾ ਲਈ ਮੀਣਿਆਂ ਨੇ। ਬਾਬਾ ਮਿਹਰਵਾਨ ਜੀ, ਮਿਹਰਵਾਨ ਜੀ ਦੇ ਪੁੱਤਰ ਚਤਰ ਭੁੱਜ ਜੀ, ਹਰ ਜੀ, ਅੱਗੋਂ ਉਹਨਾਂ ਦੇ ਨਿਰੰਜਨ ਰਾਏ ਜੀ, ਗਾਂ ਫਿਰ ਦੱਖਣੀ ਰਾਏ ਜੀ, ਇਹ ਕਾਫੀ ਉਹਨਾਂ ਦਾ ਲੰਮਾ ਚੌੜਾ ਪਰ ਇਤਿਹਾਸ ਹੈ। ਉਹ ਜਿਹੜਾ ਪਰਿਵਾਰ, ਇੱਕ ਉਹ ਗੱਦੀ ਵੱਖਰੀ, ਇੱਕ ਫਿਰ ਬਾਬਾ ਧੀਰਮਲ ਜੀ, ਗੁਰੂ ਹਰਿਰਾਏ ਸਾਹਿਬ ਦੇ ਵੱਡੇ ਭਰਾ, ਉਹ ਕੀ ਕਰਤਾਰਪੁਰ, ਦੁਆਬੇ, ਜਲੰਧਰ ਵੱਖਰਾ ਡੇਰਾ, ਵੱਖਰੀ ਗੱਦੀ ਲਾ ਕੇ ਬਹਿ ਗਏ।
ਅਤੇ ਇੱਧਰ ਅੰਧਾਲੀਏ ਜਿਹੜੇ ਨੇ ਆਪਣਾ ਡੰਡਿਆਲੇ 'ਚ ਵੱਖਰਾ ਡੇਰਾ ਬਣਾ ਕੇ ਬਹਿ ਗਏ, ਇੱਧਰ ਬਾਬਾ ਰਾਮ ਰਾਏ ਜੀ ਹੋਰੀ ਇੱਥੇ ਡੇਰਾਦੂਨ ਆ ਬੈਠੇ। ਮਹਾਰਾਜ ਗੁਰੂ ਹਰਿਰਾਇ ਸਾਹਿਬ ਦਾ ਇਸ਼ਾਰਾ ਇਹ ਸੀ ਵੀ ਗੁਰੂ ਨਾਨਕ ਦਾ ਜਹਾਜ ਸਿੱਖੀ ਦਾ ਵੱਖਰਾ ਵੱਖਰਾ ਹੋ ਗਿਆ। ਅਤੇ ਗੁਰੂ ਹਰਿਰਾਇ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਇਕੱਠਾ ਕਦੋਂ ਕਰੋਗੇ? ਕਹਿੰਦੇ ਦਸਵੇਂ ਜਾਮੇ 'ਚ ਕਰਾਂਗੇ। ਅੱਜ ਆ ਗਏ ਨਾ ਮਹਾਰਾਜ ਬੇੜੀ 'ਚ ਬਹਿ ਕੇ, ਦਸਵਾਂ ਜਾਮਾ ਕਲਾ ਪੂਰੀ ਵਰਤ ਰਹੀ ਹੈ ਗੁਰੂ ਸਾਹਿਬ ਜੀ ਦੀ। ਬਾਬਾ ਰਾਮ ਰਾਏ ਜੀ ਕਹਿੰਦੇ, ਸ੍ਰੀ ਨਾਨਕ ਜੀ ਭਰਿਓ ਜਹਾਜਾ, ਅਨਗਰੀਤ ਕਹਿ ਜੀਵ ਸਮਾਜਾ। ਗੁਰੂ ਨਾਨਕ ਦੇ ਜਹਾਜ਼ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਚੰਗੇ ਮਾੜੇ ਵੜ ਜਾਂਦੇ ਆ, ਉਹ ਫੁੱਟ। ਅੱਜ ਵੀ ਸਾਧ ਸੰਗਤ ਜੀ ਗੁਰੂ ਨਾਨਕ ਦਾ ਜਹਾਜ਼ ਸਿੱਖੀ ਹੈ, ਪਰ ਇੱਕ ਅੱਧਾ ਬੰਦਾ ਇਹੋ ਜਿਹਾ ਆ ਕੇ ਚਿੰਗਾੜੀ ਸੁੱਟਦਾ, ਸਿੱਖਾਂ ਦੀਆਂ ਪੱਗਾਂ ਲਵਾ ਦਿੰਦਾ, ਹਾਂ ਸਿੱਖ ਨੂੰ ਸਿੱਖ ਦਾ ਵੈਰੀ ਬਣਾ ਦਿੰਦਾ, ਬਿਨਾਂ ਮਤਲਬ ਦੇ ਭਰਾ ਭਰਾ ਦਾ ਵੈਰੀ ਬਣ ਜਾਂਦਾ। ਫਤਿਹ ਨਹੀਂ ਬੁਲਾਉਂਦੇ ਇੱਕ ਦੂਜੀ 'ਤੇ, ਹੋਰ ਕੋਈ ਤੋਪ ਨਹੀਂ ਚੱਲਣੀ, ਇੱਕੋ ਹੀ ਬੜਾ ਵੱਡਾ ਬੰਬ ਦਾ ਗੋਲਾ ਰੱਖਿਆ, ਉਹ RSS ਦਾ ਬੰਦਾ, ਉਹਨੇ ਇਹਨੂੰ ਕਹਿ ਦੇਣਾ ਇਹ RSS ਦਾ ਬੰਦਾ। ਅਤੇ RSS ਕਿਸ ਬਲਾ ਨੂੰ ਕਹਿੰਦੇ ਨੇ ਪਤਾ ਕਿਸੇ ਨੂੰ ਵੀ ਨਹੀਂ, ਪੁੱਛੋ ਵੀ ਕੀ ਹੁੰਦੀ ਹੈ, ਨਾ ਕੋਈ ਪਤਾ ਨਹੀਂ, ਬਸ ਤੋਪ ਦਾ ਗੋਲਾ ਹੈ, ਛੱਡੀ ਜਾਓ ਅਤੇ ਇੱਕ ਦੂਜੀ ਨੂੰ ਭੰਡੀ ਜਾਓ ਅਤੇ ਲੜੀ ਜਾਓ। ਸੋਚ ਸਮਝ ਨੂੰ ਪਤਾ ਨਹੀਂ ਤਾਲੇ ਵੱਜ ਕੇ ਸਾਡੀ ਨੂੰ, ਗੁਰੂ ਕਿਰਪਾ ਕਰੇ ਸਾਡੇ ਅੰਦਰ ਉਹ ਗੱਲ ਆਵੇ ਜਿਹੜੀ ਮਾਤਾ ਨੇ ਪਤਾਸੇ ਪਾਏ ਸੀ ਅਤੇ ਆਖਿਆ ਸੀ ਆਪਸ 'ਚ ਭਰਾਵਾਂ ਤਰ੍ਹਾਂ ਰਹਿਣਗੇ, ਅੰਮ੍ਰਿਤ ਦੀ ਸ਼ਕਤੀ ਨੂੰ ਸਮਝੋ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ, ਬਾਬਾ ਰਾਮ ਰਾਏ ਜੀ ਕਹਿ ਰਹੇ ਨੇ ਕਿ ਸਾਡੇ ਗੁਰੂ ਨਾਨਕ ਨੇ ਜਹਾਜ਼ ਬਣਾਇਆ ਸੀ। ਮਹਾਰਾਜ ਵਿੱਚ ਬੰਦੇ ਇਹੋ ਜਿਹੇ ਆ ਜਾਂਦੇ ਜਿਹੜੇ ਫੁੱਟ ਪਾ ਦਿੰਦੇ। ਹਾਂਜੀ, ਉਹ ਜਹਾਜ਼ ਜਿਹੜਾ ਸੀ ਨਾ, ਇਹਨਾਂ ਮੂਰਖ ਲੋਕਾਂ ਨੇ ਪਾੜ ਦਿੱਤਾ, ਮਸੰਦਾਂ ਨੇ। ਬਾਬੇ ਰਾਮ ਰਾਏ ਜੀ ਹੋਰਾਂ ਨੇ ਸ਼ਾਇਦ ਨਾ ਗੁਰੂ ਤੋਂ ਦੂਰ ਆਉਣਾ ਹੁੰਦਾ, ਚੁੱਕਾਣਾ ਦੇਣ ਵਾਲਿਆਂ ਨੇ ਕਰਤਾ, ਚੁੱਕ ਚੁੱਕ ਕੇ ਵੇਖੋ ਬਾਬਾ ਜੀ ਤੁਸੀਂ ਐਡੇ ਵੱਡੇ ਮਹਾਂਪੁਰਸ਼, ਤੁਹਾਨੂੰ ਪਿਤਾ ਜੀ ਨੇ ਕੱਢਤਾ। ਹੈ ਉਹ ਬਾਬੇ ਰਾਮ ਰਾਏ ਦੇ ਇਹੋ ਜਿਹੇ ਕੰਨ ਭਰੇ, ਉਹਨਾਂ ਨੂੰ ਵੱਖਰਾ ਕਰਤਾ, ਬਾਬੇ ਧੀਰਮਲ ਨੂੰ ਵੱਖਰਾ ਕਰਤਾ, ਬਾਬੇ ਪ੍ਰਿਥੀ ਚੰਦ ਦਾ ਡੇਰਾ ਵੱਖਰਾ ਕਰਤਾ, ਕਿੰਨਾ ਗੁਰੂ ਘਰ 'ਚ ਪਾੜ ਪਾਤਾ। ਮਹਾਰਾਜ ਇਹ ਜਹਾਜ਼ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾ ਟੁਕੜੇ ਟੁਕੜੇ ਹੋ ਗਿਆ। ਆਪ ਜੀ ਹੁਣ ਇਹਦੇ ਮਲਾਹੋ, ਬਾਬਾ ਰਾਮ ਰਾਏ ਜੀ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਨੇ ਕਿ ਕਲਗੀਧਰ ਜੀ ਹੁਣ ਤੁਸੀਂ ਇਹਨੂੰ ਇਕੱਠੇ ਕਰੋ ਸਾਰੇ ਟੋਟਿਆਂ ਨੂੰ ਅਤੇ ਇੱਕ ਬਣਾ ਦਿਓ। ਹਾਂਜੀ, ਇਹ ਗੁਰੂ ਨਾਨਕ ਦਾ ਜਹਾਜ਼ ਬਣਾ ਕੇ ਪਾਰ ਲੰਘਾਓ ਜੀਵਾਂ ਨੂੰ ਸੰਸਾਰ ਸਾਗਰ ਤੋਂ, ਇਹਨਾਂ ਦਾ ਬੇੜਾ ਬੰਨੇ ਲਾਓ। ਪਿਤਾ ਗੁਰੂ ਇੱਕ ਵਾਰ ਬਖਾਨੀ, ਸਾਡੇ ਪਿਤਾ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਨੇ ਇੱਕ ਵਾਰੀ ਇਹ ਬਚਨ ਕਿਹਾ ਸੀ, ਮੈਂ ਪੁਰਾਣੇ ਸਿੱਖਾਂ ਤੋਂ ਸੁਣਿਆ ਹੈ, ਮੈਨੂੰ ਸਿੱਖਾਂ ਨੇ ਦੱਸਿਆ ਵੀ ਤੁਹਾਡੇ ਪਿਤਾ ਜੀ ਸਤਿਗੁਰੂ ਸੱਤਵੇਂ ਪਾਤਸ਼ਾਹ ਨੇ ਬਚਨ ਸੰਗਤ ਨੂੰ ਕਹੇ ਸੀ, ਜਾ ਪਹਾੜ 'ਤੇ ਖੜ੍ਹੇ ਲਗਭਗ 2.5 ਪਹਿਰ ਵੇਖੀ ਗਏ ਅਤੇ ਜਦੋਂ ਪੁੱਛਿਆ ਵੀ ਮਹਾਰਾਜ ਕੀ ਵੇਖਦੇ ਸੋ, ਅਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਜਹਾਜ਼ ਦੇ ਟੁਕੜੇ ਟੁਕੜੇ ਹੋਏ ਉਹ ਵੇਖਦੇ ਸਾਂ। ਹਾਂਜੀ, ਪਿਤਾ ਜੀ ਨੇ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਦਾ ਜਹਾਜ਼ ਜਿਹੜਾ ਬਹੁਤ ਭਰਿਆ ਹੋਇਆ ਹੈ, ਉਹਨੂੰ ਧਿਆਨ ਲਾ ਕੇ ਵੇਖਿਆ ਸੀ ਦਿਵ ਦ੍ਰਿਸ਼ਟੀ ਨਾਲ ਸੱਤਵੇਂ ਪਾਤਸ਼ਾਹ ਨੇ, ਕਹਿੰਦੇ ਜਹਾਜ਼ ਦੇ ਟੋਟੇ ਟੋਟੇ ਹੋ ਗਏ ਨੇ ਪਰ ਇਕੱਠਾ ਹੋ ਜਾਏਗਾ। ਇਹੋ ਜਿਹਾ ਕੋਈ ਪੁਰਖ ਪੈਦਾ ਹੋਵੇਗਾ, ਕੋਈ ਮਹਾਂਪੁਰਸ਼ ਕਰਨੀ ਵਾਲਾ। ਅੱਜ ਵੀ ਸਾਧ ਸੰਗਤ ਜੀ ਸਾਨੂੰ ਜਦੋਂ ਸਾਰੇ ਪਾਸਿਓਂ ਨਿਰਾਸ਼ਤਾ ਦਿਖਦੀ ਹੈ ਨਾ, ਫਿਰ ਅਰਦਾਸ ਕਰੀਦੀ ਵੀ ਮਹਾਰਾਜ ਕੋਈ ਐਸੀ ਆਤਮਾ ਭੇਜ
ਜਿਹੜੀ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਿਆਂ ਕਰ ਦੇਵੇ, ਅਸੀਂ ਸਮਾਜ ਦੇ ਵਿੱਚ ਕੋਈ ਚੰਗਾ ਰੋਲ ਅਦਾ ਕਰ ਸਕੀਏ, ਅਸੀਂ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕੀਏ, ਇਹ ਅਰਦਾਸ ਕਰਨੀ ਚਾਹੀਦੀ ਹੈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਵੱਲ ਗੁਰੂ ਸੱਤਵੇਂ ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿੰਦੇ ਇੱਕ ਪੁਰਸ਼ ਆਵੇਗਾ ਸਾਡੇ ਤੋਂ ਬਾਅਦ ਆਵੇਗਾ, ਉਹ ਇਸ ਜਹਾਜ਼ ਨੂੰ ਇਕੱਠਿਆਂ ਕਰ ਦੇਵੇਗਾ। ਬਾਬਾ ਰਾਮ ਰਾਏ ਜੀ ਕਹਿੰਦੇ, ਸਤਿਗੁਰੂ ਜੀ ਮੈਂ ਉਸ ਦਿਨ ਦਾ ਸੋਚੀ ਪਿਆ ਸੀ ਵੀ ਉਹ ਪੁਰਸ਼ ਕਿਹੜਾ ਹੋਵੇਗਾ, ਕੌਣ ਆਵੇਗਾ ਜਿਹੜਾ ਬਾਬੇ ਨਾਨਕ ਦੇ ਜਹਾਜ਼ ਨੂੰ ਇਕੱਠਿਆਂ ਕਰੇਗਾ। ਬਸ ਤੁਹਾਡੇ ਦਰਸ਼ਨ ਕਰਕੇ ਭਰੋਸਾ ਹੋ ਗਿਆ ਵੀ ਹੁਣ ਗੱਲ ਬਣ ਜਾਏਗੀ, ਹੁਣ ਕੰਮ ਬਣ ਜਾਏਗਾ, ਤੁਸੀਂ ਉਹ ਪੁਰਸ਼ ਹੋ ਜਿਹਨਾਂ ਬਾਰੇ ਮੇਰੇ ਪਿਤਾ ਜੀ ਸੱਤਵੇਂ ਪਾਤਸ਼ਾਹ ਬਚਨ ਕਰ ਗਏ ਸਨ। ਤੁਹਾਡੇ ਦਰਸ਼ਨ ਕਰਕੇ ਮੈਨੂੰ ਭਰੋਸਾ ਹੋ ਗਿਆ ਵੀ ਤੁਸੀਂ ਗੁਰੂ ਨਾਨਕ ਦਾ ਜਹਾਜ਼ ਇਕੱਠਿਆਂ ਕਰੋਗੇ। ਆਹ ਜਿਹਨਾਂ ਦੇ ਚਿੱਤ ਵਿਗੜੇ ਹੋਏ ਨੇ, ਇੱਧਰ ਉੱਧਰ ਫਿਰਦੇ ਨੇ, ਬੇਮੁੱਖ ਹੋਏ ਫਿਰਦੇ ਨੇ, ਤੁਸੀਂ ਸੁਧਾਰ ਲਓਗੇ ਸਾਰਿਆਂ ਨੂੰ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬਾਬਾ ਰਾਮ ਰਾਏ ਜੀ ਦੇ ਅੰਦਰ ਦੀ ਆਵਾਜ਼ ਸੁਣੀ, ਕਿਉਂਕਿ ਬਾਬਾ ਰਾਮ ਰਾਏ ਜੀ ਮੂੰਹ ਤੋਂ ਨਹੀਂ ਸੀ ਬੋਲਦੇ, ਉਹ ਦਿਲੋਂ ਬੋਲ ਰਹੇ ਸਨ। ਜੋ ਉਹਨਾਂ ਦਾ ਅੰਦਰ ਦਾ ਦਰਦ ਸੀ ਉਹ ਗੁਰੂ ਦਸਵੇਂ ਪਾਤਸ਼ਾਹ ਨੂੰ ਦੱਸ ਰਹੇ ਸਨ, ਅਤੇ ਸਤਿਗੁਰੂ ਕਲਗੀਧਰ ਜੀ ਸੁਣ ਕੇ ਮਹਾਰਾਜ ਕਹਿਣ ਲੱਗੇ, ਬਾਬਾ ਰਾਮ ਰਾਏ ਜੀ ਵੱਲ ਵੇਖ ਕੇ ਵੀ ਗੁਰੂ ਸਾਹਿਬ ਦੇ ਪੁੱਤਰ ਹਨ, ਤੇ ਗੱਲ ਬੜੀ ਸਾਫ਼ ਤੇ ਸਪਸ਼ਟ ਕਹਿ ਰਹੇ ਹਨ। ਰਾਮ ਰਾਏ ਗੁਰ ਸਾਚਾ। ਮਹਾਰਾਜ ਕਹਿਣ ਲੱਗੇ, ਬਾਬਾ ਰਾਮ ਰਾਏ ਤਾਂ ਸੱਚਾ ਗੁਰੂ ਹੈ, ਗੁਰ ਪਰ ਕੇ ਸੋ ਚਿਤ ਰਾਚਾ, ਕਿਉਂਕਿ ਇਹਦਾ ਮਨ ਗੁਰੂ ਨਾਨਕ ਦੀ ਸਿੱਖੀ ਦੇ ਭਲੇ ਵਾਸਤੇ ਹੈ। ਇਹ ਸਾਧ ਸੰਗਤ ਜੀ ਇੱਕ ਗੁਰੂ ਅਵਤਾਰ ਹੁੰਦੇ ਨੇ, ਇੱਕ ਗੁਰੂ ਗਿਆਨ ਦੇਣ ਵਾਸਤੇ ਟੀਚਰ, ਉਸਤਾਦ, ਮੁਰਸ਼ਦ ਵੀ ਹੁੰਦੇ ਨੇ। ਉਹਨਾਂ ਅੱਜ ਕੱਲ੍ਹ ਆਪਾਂ ਉਹਨਾਂ ਨੂੰ ਸੰਤ ਕਹਿ ਦਿੰਦੇ ਹਾਂ, ਮਹਾਂਪੁਰਸ਼ ਕਹਿ ਦਿੰਦੇ ਹਾਂ, ਪਹਿਲਾਂ ਗੁਰੂ ਕਹਿੰਦੇ ਹੁੰਦੇ ਸੀ। ਆ ਕਈ ਵਾਰੀ ਰੌਲਾ ਪੈ ਜਾਂਦਾ ਵੀ ਉਹ ਪੁਰਾਣੇ ਮਹਾਂਪੁਰਸ਼ ਨਾਲ ਗੁਰੂ ਲਿਖਿਆ ਪੁਰਾਣੇ ਸਮੇਂ, ਉਦੋਂ ਗੁਰੂ ਹੀ ਕਹਿੰਦੇ ਸੀਗੇ। ਪਰ ਹੁਣ ਦਾ ਜ਼ਮਾਨਾ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਨਾ, ਸਾਡੀ ਸ਼ਬਦਾਵਲੀ 'ਚ ਬੜਾ ਫਰਕ ਆ ਗਿਆ ਹੈ। ਸੋ ਉਸ ਅਰਥਾਂ ਵਿੱਚ ਇੱਥੇ ਬਾਬਾ ਰਾਮ ਰਾਏ ਜੀ ਬਾਰੇ ਦਸਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਬਾਬਾ ਰਾਮ ਰਾਏ ਤਾਂ ਸੱਚਾ ਗਾਈਡ ਕਰਦਾ ਲੋਕਾਂ ਨੂੰ, ਪਰ ਚੇਲਿਆਂ ਦੇ ਮਨ ਕੀ ਕਪਟੀ ਨੇ, ਕਿਉਂਕਿ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈ ਹੈ, ਬਾਂਸ ਫੂਕ ਮਾਰੀ ਅੱਗੇ ਗੰਢ ਅੜ ਗਈ, ਉਹ ਭੰਨੀ ਅੱਗੇ ਹੋਰ ਅੜ ਗਈ, ਇਹ ਸਾਡੇ ਅੰਦਰ ਗੰਢਾਂ ਹੀ ਨਹੀਂ ਭੱਜਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਪਰ ਕੇ ਹਿੱਤ ਸੋ ਚਿੱਤ ਰਾਚਾ, ਗੁਰੂ ਜਿਹੜਾ ਹੁੰਦਾ ਨਾ ਉਹ ਦੂਜਿਆਂ ਦਾ ਭਲਾ ਸੋਚਦਾ, ਆਪਣਾ ਭਲਾ ਨਹੀਂ ਸੋਚਦਾ, ਉਹ ਸਮਾਜ ਦਾ ਭਲਾ ਸੋਚਦਾ। ਹਾਂਜੀ, ਫਿਰ ਮਹਾਰਾਜ ਨੇ ਨਦੀ ਜਮੁਨਾ ਦੇ ਕੰਢੇ ਵੱਲ ਵੇਖਿਆ, ਕੇਤਕ ਸੰਗਤ ਥਿਤ ਤਿਸ ਕੇਰੀ, ਬਾਬੇ ਰਾਮ ਰਾਏ ਦੇ ਸਿੱਖ ਖੜੇ ਸੀਗੇ, ਕਿਉਂਕਿ ਸਾਰਿਆਂ ਨੂੰ ਤਾਂ ਬੇੜੀ 'ਚ ਬਿਠਾਇਆ ਨਹੀਂ ਸੀ ਨਾ, ਮਹਾਰਾਜ ਨੇ ਬੇੜੀ 'ਚ ਤੇ ਖਾਸ ਖਾਸ ਬਿਠਾਏ ਸੀ, ਬਾਕੀ ਬਾਬੇ ਰਾਮ ਰਾਏ ਦੇ ਬੰਦੇ ਵੀ ਤੇ ਗੁਰੂ ਸਾਹਿਬ ਦੇ ਵੀ ਉਰਲੇ ਪਾਸੇ ਸਾਈਡਾਂ ਦੇ ਆਪਣੇ ਆਪਣੇ ਕਿਨਾਰਿਆਂ ਦੇ ਖੜੇ ਸੀ। ਰਾਮ ਰਾਏ ਦੀ ਸੰਗਤ ਵੱਲ ਮਹਾਰਾਜ ਦਸਵੇਂ ਪਾਤਸ਼ਾਹ ਨੇ ਵੇਖਿਆ, ਬੇਮੁਖ ਹੋਏ ਕਰ ਖੜੇ ਉਚਾਰੀ, ਉਹ ਨਾ ਮੂੰਹ ਪਰਾਂ ਕਰਕੇ ਪਿੱਠ ਕਰਕੇ ਖੜੇ ਸੀ, ਉਹ ਗੱਲਾਂ ਆਪਸ 'ਚ ਕਰ ਰਹੇ ਸੀ, ਨਾ ਤਾਂ ਉਹ ਦਸਵੇਂ ਪਾਤਸ਼ਾਹ ਵੱਲ ਵੇਖ ਰਹੇ ਸੀ ਅਤੇ ਨਾ ਹੀ ਬਾਬੇ ਰਾਮ ਰਾਏ ਵੱਲ ਵੇਖ ਰਹੇ ਸੀ। ਬਾਬਾ ਰਾਮ ਰਾਏ ਦੀ ਸੰਗਤ ਵੱਲ ਵੇਖ ਕੇ ਕਲਗੀਧਰ ਪਾਤਸ਼ਾਹ ਸਮਝ ਗਏ ਵੀ ਇਹਨਾਂ ਦੇ ਅੰਦਰ ਸ਼ਰਧਾ ਹੀ ਕੋਈ, ਇਹਨਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਬੈਠੇ ਨੇ, ਉਹਨਾਂ ਦੇ ਵੀ ਗੁਰੂ ਬੈਠੇ ਨੇ, ਇੱਧਰ ਗੁਰੂ ਦਸਵੇਂ ਪਾਤਸ਼ਾਹ ਬੈਠੇ ਨੇ, ਅਤੇ ਜਿਹਨਾਂ ਨੂੰ ਗੁਰੂ ਮੰਨਦੇ ਹੋ ਉਹਨਾਂ ਵੱਲ ਪਿੱਠ ਕਰਕੇ ਖੜੀਦਾ।
ਮਹਾਰਾਜ ਨੇ ਵੇਖਿਆ ਇਹ ਤਾਂ ਖੋਟੇ ਨੇ, ਕੁਚਾਲ ਇਹਨਾਂ ਦੀ ਰਾਮ ਰਾਈਆਂ ਦੀ ਭੈੜੀ ਹੈ। ਸਤਿਗੁਰ ਕੀ ਦਿਸ ਕੀਰ ਪਛਾਰੀ, ਗੁਰੂ ਵੱਲ ਪਿੱਠ ਕਰਕੇ ਖੜੇ ਹਨ। ਮੰਦ ਭਾਗ ਮਤ ਮੰਦ ਮਲੀਨੇ, ਮੰਦ ਭਾਗ ਮਾੜੇ ਭਾਗ ਨੇ ਇਹਨਾਂ ਦੇ, ਮਲੀਨ ਬੁੱਧੀ ਹੈ ਇਹਨਾਂ ਦੀ, ਜਿਹਨਾਂ ਨੂੰ ਇੰਨਾ ਵੀ ਪਤਾ ਨਹੀਂ ਮੈਂ ਆਪਣੇ ਗੁਰੂ ਵੱਲ ਪਿੱਠ ਨਹੀਂ ਕਰੀਦੀ ਹੁੰਦੀ। ਸਨਮੁਖ ਹੋਏ ਨਾ ਦਰਸ਼ਨ ਕੀਨੇ, ਇਹਨਾਂ ਨੇ ਸਨਮੁਖ ਹੋ ਕੇ ਦਰਸ਼ਨ ਨਹੀਂ ਕੀਤੇ, ਨਾ ਸਾਡੇ ਦਰਸ਼ਨ ਕੀਤੇ, ਨਾ ਆਪਣੇ ਗੁਰੂ ਦਾ ਸਤਿਕਾਰ ਰੱਖਿਆ। ਇੰਨਾ ਵੀ ਨਹੀਂ ਸੋਚਿਆ ਵੀ ਚਲੋ ਸਾਡਾ ਗੁਰੂ ਹੀ ਮਿਲਣ ਆਇਆ ਤੇ ਅਸੀਂ ਵੀ ਤੇ ਮਿਲੀਏ, ਅਸੀਂ ਤੇ ਹੱਥ ਜੋੜੀਏ। ਗੁਰੂ ਸਾਨੂੰ ਪੈਰੀ ਮੱਥਾ ਟੇਕਦਾ ਪਿਆ ਹੈ ਤੇ ਚੇਲੇ ਸਾਡੇ ਨਾਲ ਪਿੱਠ ਕਰਕੇ ਖੜੇ ਨੇ। ਹਾਂਜੀ, ਗਣ ਪਾਪਨ ਅਸ ਫਲ ਉਪਜਾਇਓ, ਮਹਾਰਾਜ ਸੱਚੇ ਪਾਤਸ਼ਾਹ ਸੋਚਦੇ ਨੇ ਇਹਨਾਂ ਦੇ ਭੈ ਪੂਰਵਲੇ ਪਾਪ ਜਾਗ ਪਏ ਨੇ। ਗੁਰਦੁਆਰੇ ਬੰਦਾ ਆਵੇ, ਗੁਰੂ ਦੇ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਪੇਸ਼ ਨਾ ਆਵੇ, ਗੁਰਦੁਆਰੇ ਆ ਕੇ ਕਿਸੇ ਦੀ ਦਾੜੀ ਪੁੱਟੇ, ਕਿਸੇ ਦੀ ਪੱਗ ਲਾਏ, ਗੁਰਦੁਆਰੇ 'ਚ ਆ ਕੇ ਕੋਈ ਇਹੋ ਜਿਹਾ ਕੰਮ ਕਰੇ ਵੀ ਗੁਰੂ ਘਰ ਦੀ ਬਿੱਦ ਵੀ ਹੋਵੇ, ਸਮਝੋ ਉਸ ਬੰਦੇ ਦੇ ਪੂਰਵਲੇ ਪਾਪ ਅੱਗੇ ਆ ਗਏ, ਹੋਰ ਪਾਪ ਕਰ ਰਿਹਾ। ਇਹਨਾਂ ਦੇ ਪਿਛਲੇ ਪਾਪਾਂ ਦਾ ਫਲ ਹੈ ਵੀ ਅੱਜ ਗੁਰੂ ਦੇ ਦਰਸ਼ਨ ਹੋਏ ਨੇ ਤੇ ਦਰਸ਼ਨ ਕਰ ਨਹੀਂ ਸਕੇ। ਜਿਸ ਤੇ ਨਹਿ ਗੁਰ ਦਰਸ਼ਨ ਪਾਏ, ਮਾੜੇ ਕਰਮ ਨੇ ਵੀ ਗੁਰੂ ਦੇ ਦਰਸ਼ਨ ਹੁੰਦਿਆਂ ਵੀ ਨਹੀਂ ਕਰ ਸਕੇ। ਹਾਂਜੀ, ਪ੍ਰਭ ਬਿਲੋਕ ਤਿੰਨ ਕੋ ਮੁਸਕਾਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਬੰਦਿਆਂ ਵੱਲ ਜਿਹੜੇ ਬਾਬੇ ਰਾਮ ਰਾਏ ਦੇ ਚੇਲੇ ਉਹ ਪਰਾਂ ਖੜੇ ਸੀ ਨਾ ਤੇ ਘੁਸਰ ਮੁਸਰ ਕਰੀ ਜਾਂਦੇ ਸੀ ਆਪਸ 'ਚ, ਕੋਈ ਕਹਿ ਇਹ ਤਾਂ ਨਵੀਂ ਉਮਰ ਦਾ ਮੁੰਡਾ ਜਿਹਾ ਹੀ ਹੈ ਗੁਰੂ ਦਸਵੇਂ ਪਾਤਸ਼ਾਹ ਬਾਰੇ, ਹਾਂ ਉਹ 20-22 ਸਾਲ ਦਾ, ਹਾਂ ਇਹ ਤਾਂ ਬੰਦੂਕਾਂ ਚੁੱਕੀ ਫਿਰਦਾ, ਹੈਂ ਇਹ ਤਾਂ ਤੀਰ ਕਮ ਇੱਦਾਂ ਦੀਆਂ ਘੁਸਰ ਮਹਾਰਾਜ ਸੁਣ ਰਹੇ ਸੀ ਅੰਤਰਜਾਮਤਾ ਨਾਲ, ਉਹਦੇ ਘੱਟ ਘੱਟ ਦੀ ਜਾਣ ਵਾਲੇ ਨੇ। ਮਹਾਰਾਜ ਕਹਿੰਦੇ ਕਿੱਡੇ ਮਾੜੇ ਕਰਮ ਨੇ ਇਹਨਾਂ ਦੇ ਪਾਪੀਆਂ ਦੇ, ਵੀ ਦਰਸ਼ਨ ਹੋ ਰਹੇ ਨੇ ਦਰਸ਼ਨ ਨਹੀਂ ਕਰ ਰਹੇ। ਦਰਸ਼ਨ ਦੇ ਤਾਂ ਦਰਸ਼ਨ ਹੁਕੋ ਮੋਕੋ ਦਰਸ਼ ਦਿਓ, ਉਹ ਦਰਸ਼ਨ ਜਿਹੜੇ ਬੜੇ ਵੱਡਿਆਂ ਨੂੰ ਨਹੀਂ ਹੁੰਦੇ ਉਹ ਦਰਸ਼ਨ ਹੋ ਰਹੇ ਨੇ, ਪਰ ਭਾਗਾਂ ਤੋਂ ਹੀਣਿਆਂ ਨੂੰ ਦਰਸ਼ਨ ਹੋ ਨਹੀਂ ਰਹੇ। ਹਾਂਜੀ, ਸਭ ਕੇ ਸੁਣਦੇ ਪੁਨਹ ਬਖਾਨੇ, ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਰਿਆਂ ਦੇ ਸੁਣਦਿਆਂ ਉੱਚੇ ਬੋਲ ਪਏ। ਕਲਗੀਧਰ ਜੀ ਲਿਹਾਜ਼ ਨਹੀਂ ਸੀ ਕਰਦੇ ਹੁੰਦੇ, ਜਿਹੜੀ ਗੱਲ ਫਿਰ ਕਹਿ ਦਿੰਦੇ ਸੀ, ਮਹਾਰਾਜ ਬੋਲ ਪਏ। ਰਾਮ ਰਾਏ ਤੋਂ ਹੈ ਗੁਰ ਸਾਚੇ, ਮਹਾਰਾਜ ਕਹਿੰਦੇ ਬਾਬਾ ਰਾਮ ਰਾਏ ਜੀ ਤੇ ਸੱਚੇ ਹਨ, ਇਹ ਤਾਂ ਮਹਾਂਪੁਰਸ਼ ਹਨ, ਇਹਨਾਂ ਦਾ ਤਾਂ ਮਨ ਨਿਰਮਲ ਹੈ। ਇਸ ਕੇ ਸਿੱਖ ਮੂਰਖ ਮਤ ਕਾਚੇ, ਪਰ ਰਾਮ ਰਾਏ ਜੀ ਤੁਹਾਡੇ ਸਿੱਖ ਮੂਰਖ ਹਨ, ਮਤ ਦੇ ਕੱਚੇ ਹਨ। ਰਾਮ ਰਾਏ ਤਾਂ ਮਹਾਂਪੁਰਸ਼ ਹੈ ਪਰ ਰਾਮ ਰਾਏ ਦੇ ਚੇਲੇ ਉਹ ਕੱਚੇ ਹਨ, ਅਧੂਰੇ ਹਨ। ਅਹੇ ਭੂਤਨੀ ਸੰਗਤ ਸਾਰੀ, ਮਹਾਰਾਜ ਕਹਿੰਦੇ ਰਾਮ ਰਾਏ ਤੇਰੀ ਸੰਗਤ ਭੂਤਨਿਆਂ ਦੀ ਹੈ, ਸਾਫ ਹੀ ਕਹਿੰਦਾ ਭੂਤਨੀ ਸੰਗਤ ਹੈ, ਭੂਤਾਂ ਨੂੰ ਮੰਨਣਗੇ, ਭੂਤਾਂ ਤੋਂ ਹੀ ਸਿਰ ਮਾਰਿਆ ਕਰਨਗੇ। ਜਿਹਨਾਂ ਨੇ ਗੁਰੂਆਂ ਵੱਲ ਪਿੱਠ ਕਰ ਲਈ ਹੈ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਕਹਿੰਦੇ ਜਿਹਨਾਂ ਨੇ ਗੁਰੂ ਵੱਲ ਪਿੱਠ ਕਰ ਲਈ ਹੈ ਭੂਤਨਿਆਂ ਦੀ ਸੰਗਤ ਹੈ, ਗੁਰੂ ਪਰਲੋਕ ਨਾ ਬਣੇ ਹੈ ਸਹਾਈ, ਜਿਹਨਾਂ ਨੇ ਗੁਰੂ ਵੱਲ ਪਿੱਠ ਕਰ ਲਈ ਗੁਰੂ ਪਰਲੋਕ 'ਚ ਕੀ ਸਹਾਇਤਾ ਕਰੇਗਾ ਇਹਨਾਂ ਦੀ, ਉਹਨਾਂ ਦੀ ਕੋਈ ਸਹਾਇਤਾ ਨਹੀਂ ਗੁਰੂ ਨੇ ਕਰਨੀ। ਕਾਮਨਾ ਕਛ ਲੈ ਪਾਈ, ਇਹੀ ਜਿਹੜੀ ਕਾਮਨਾ ਇਹੀ ਫਲ ਮਿਲਣਾ, ਜਿਹੋ ਜਿਹੀ ਇੱਛਾ ਹੋ ਜਾ ਫਲ। ਸਾਧ ਸੰਗਤ ਜੀ, ਰਾਮ ਰਾਈਆਂ ਬਾਰੇ ਪੰਡਿਤ ਤਾਰਾ ਸਿੰਘ ਜੀ ਨਰੋਤਮ ਜੀ ਨੇ ਇੱਕ ਗੁਰਮਤ ਨਿਰਣੇ ਗ੍ਰੰਥ ਸਾਗਰ ਵਿੱਚ ਲਿਖਿਆ ਹੈ, ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਮਤ ਮੇਂ, ਗੁਰੂ ਨਾਨਕ ਦੇਵ ਜੀ ਕੇ ਮਤ ਮੇਂ ਇੱਕ ਰਾਮ ਰਾਈਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਬਾਣੀ ਕੋ ਨਹੀਂ ਮਾਨਤ ਹੈ ਔਰ ਸਭ ਸਿੱਖ ਮਾਨਤ ਹੈ। ਇਹ ਅੱਜ ਤੋਂ ਪੌਣੇ 200 ਸਾਲ 150 ਸਾਲ ਪੁਰਾਣੀ ਲਿਖਤ ਹੈ, ਜਦੋਂ
ਉਹਨਾਂ ਨੇ ਲਿਖਿਆ ਇੱਕ ਰਾਮ ਰਾਈਏ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਮੱਤ ਮੈਂ ਅੰਦਰ ਜਾਣੀ, ਜਿਹੜਾ ਗੁਰੂ ਨਾਨਕ ਦਾ ਨਾਨਕ ਪੰਥੀ ਨੇ ਉਹਨਾਂ 'ਚ ਇੱਕ ਸਾਖਾ ਰਾਮ ਰਾਈਆਂ ਦੀ ਹੈ, ਕਿਉਂਕਿ ਗੁਰੂ ਨਾਨਕ ਤਾਂ ਮੰਨਦੇ ਨੇ ਪਰ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਨਹੀਂ ਮੰਨਦੇ। ਭਾਈ ਬੁਲਾਕਾ ਸਿੰਘ ਰਾਗੀ ਹੋਇਆ, ਘੁੜਾਣੀ ਪਿੰਡ ਹੈ ਦੁਰਾਏ ਦੇ ਕੋਲ, ਘੁੜਾਣੀ ਪਿੰਡ ਉਹ ਗੁਰਦੁਆਰੇ 'ਚ ਗਿਆ, ਗੁਰਦੁਆਰਾ ਰਾਮ ਰਾਈਆਂ ਦੇ ਕਬਜ਼ੇ ਵਿੱਚ ਸੀ, ਉਹਨੇ ਉੱਥੇ ਰਹਿ ਰਾਸ ਪੜ੍ਹੀ ਕੀਰਤਨ ਕੀਤਾ, ਬੜਾ ਗੁਣੀ ਦੁਤਾਰੇ ਵਾਲਾ ਕੀਰਤਨੀਆ ਸੀ ਉਹਨੇ। ਚੌਪਈ ਮਹਾਰਾਜ ਦਸਵੇਂ ਪਾਤਸ਼ਾਹ ਦੀ ਹਮਰੀ ਕਰੋ ਆਦਤ ਸ਼ੁਰੂ ਹੀ ਕੀਤੀ, ਉਹ ਗਲ ਪੈ ਗਏ, ਉਹਨਾਂ ਨੇ ਉਹਦਾ ਦੁਤਾਰਾ ਭੰਨ ਦਿੱਤਾ, ਮਾਰਿਆ ਕੁੱਟਿਆ ਵੀ ਤੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਇੱਥੇ ਕਿਉਂ ਪੜ੍ਹਦਾ। ਉਹਨੇ ਜਾ ਕੇ ਸਰਹੰਦ ਬਾਬੇ ਬੰਦੇ ਬਹਾਦਰ ਕੋਲ ਆਪਣਾ ਰੋਣਾ ਰੋਇਆ, ਬਾਬੇ ਬੰਦੇ ਬਹਾਦਰ ਨੇ ਜਾ ਕੇ ਫਿਰ ਰਾਮ ਰਾਈਆਂ ਨੂੰ ਝਾਟਾ ਛਕਾਇਆ। ਇਤਿਹਾਸ ਬੋਲਦਾ ਅੱਜ ਸਾਡੇ ਵਿੱਚ ਕਿਰਪਾਨਾ ਪਾ ਕੇ ਕਈ ਰਾਮ ਰਾਈਏ ਵੜ ਗਏ, ਉਹ ਕਹਿੰਦੇ ਦਸਵੇਂ ਪਾਤਸ਼ਾਹ ਦੀ ਬਾਣੀ ਅਸੀਂ ਨਹੀਂ ਪੜ੍ਹਨ ਦੇਣੀ। ਸੋ ਉਹ ਆਤਮਾ ਉਹੀ ਹੈ, ਮਰ ਮਰ ਕੇ ਉਹ ਵੀ ਜੰਮੀ ਜਾਂਦੇ ਆ, ਸਿੰਘ ਵੀ ਜੰਮੀ ਜਾਂਦੇ ਆ, ਅਤੇ ਕੰਮ ਚੱਲਦਾ ਹੀ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਰਾਮ ਰਾਜ ਤੇਰੀ ਭੂਤਨਿਆਂ ਦੀ ਸੰਗਤ ਹੈ, ਇਸ ਤਰ੍ਹਾਂ ਕਹਿ ਕੇ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਵੱਲ ਵੇਖਿਆ, ਜਿਹੜਾ ਰਾਮ ਰਾਈਆਂ ਦਾ ਮੁਖੀ ਮਸੰਦ ਸੀ। ਫਿਰ ਸ਼੍ਰੀ ਰਾਮ ਰਾਏ ਕਹਿ ਡੇਰਾ, ਉਹ ਬਾਬੇ ਰਾਮ ਰਾਏ ਦੇ ਕੋਲ ਬੈਠਾ ਸੀ ਤੇ ਗੁਰਦਾਸ ਭਾਈ ਬਹਿਲੋ ਦਾ ਸੀ, ਮਹਾਰਾਜ ਨੇ ਉਹਦੇ ਵੱਲ ਵੇਖਿਆ। ਮਹਾਰਾਜ ਕਹਿੰਦੇ ਸੁਣਾ ਵੀ ਬਹਿਲੋ ਕੇ ਸਾਨੂੰ ਜਰਾ ਦੱਸ, ਸਾਡੇ ਨਾਲ ਅੱਖਾਂ ਮਿਲਾ ਕੇ ਗੱਲ ਕਰ ਜਰਾ, ਤੂੰ ਹਮਰੇ ਸਨਮੁਖ ਤੀਰ ਚਲਾਓ, ਸੁਣਿਆ ਤੇਰਾ ਭਰਾ ਬੜਾ ਸਾਡੇ ਬਰਾਬਰ ਤੀਰ ਚਲਾ ਲੇਗਾ। ਆਖੋ ਸ੍ਰੀ ਵਾਹਿਗੁਰੂ। ਕੁਝ ਦਿਨ ਪਹਿਲਾਂ ਇਸ ਮੀਟਿੰਗ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਬਾਬੇ ਰਾਮ ਰਾਏ ਨੇ ਮੀਟਿੰਗ ਸੱਦੀ ਆਪਣੇ ਮਸੰਦਾਂ ਦੀ, ਕਹਿਣ ਲੱਗਾ ਦਸਵੇਂ ਪਾਤਸ਼ਾਹ ਪੌਂਟੇ 'ਚ ਬੈਠੇ ਨੇ, ਕਿਤੇ ਮੇਰੇ ਡੇਰੇ 'ਤੇ ਹਮਲਾ ਹੀ ਨਾ ਕਰ ਦੇਣ, ਮਸੰਦਾਂ ਨੂੰ ਪੁੱਛਦਾ ਕੀ ਕਰੀਏ। ਇਹ ਗੁਰਦਾਸ ਬੋਲ ਪਿਆ, ਬਾਬਾ ਜੀ ਤੁਸੀਂ ਨਾ ਘਬਰਾਓ, ਠੀਕ ਹੈ ਗੁਰੂ ਗੋਬਿੰਦ ਸਿੰਘ ਤੀਰ ਅੰਦਾਜ਼ ਹੈ, ਮੇਰਾ ਭਰਾ ਤਾਰਾ ਚੰਦ ਵੀ ਚੰਗੇ ਤੀਰ ਚਲਾ ਲੈਂਦਾ, ਗੁਰੂ ਗੋਬਿੰਦ ਸਿੰਘ ਦੇ ਬਰਾਬਰ ਤੀਰ ਚਲਾ ਲਏਗਾ। ਮਹਾਰਾਜ ਜਾਣੀ ਜਾਣ, ਸੁਣਾ ਵੀ ਗੁਰਦਾਸ ਤੂੰ ਸਾਡੇ ਸੁਣਿਆ ਸਾਡੇ ਬਰਾਬਰ ਤੀਰ ਚਲਾਉਣ ਦੀ ਸਲਾਹ ਕਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੇ ਤੀਰ ਤੇਰਾ ਭਰਾ ਤਾਰਾ ਚੰਦ ਚਲਾ ਲੈਂਦਾ, ਕਿਹਦੀ ਕਿਰਪਾ ਨਾਲ ਚਲਾ ਲੈਂਦਾ, ਕਿਹਦਾ ਬਲ ਹੈ, ਗੁਰੂ ਅਰਜਨ ਦੇਵ ਦਾ ਕਿ ਕਿਸੇ ਹੋਰ ਦਾ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਭਾਈ ਬਹਿਲੋ ਸਾਹਿਬ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਵਰ ਦਿੱਤਾ ਸੀ ਨਾ, ਅਤੇ ਉਹਨਾਂ ਦੇ ਖਿਲਾਫ਼ ਹੀ ਤੀਰ ਚਲਾਏਗਾ, ਜਿਹਨਾਂ ਕੋਲੋਂ ਸ਼ਕਤੀਆਂ ਮਿਲੀਆਂ ਨੇ, ਜਿਹਨਾਂ ਕੋਲ ਬਲ ਮਿਲਿਆ, ਉਹਨਾਂ ਦੇ ਖਿਲਾਫ਼ ਹੀ ਤੀਰ ਚਲਾਓਗੇ। ਹਾਂਜੀ, ਜਿਹਦੇ ਕਰਕੇ ਇੰਨਾ ਹੰਕਾਰ ਕਰਦਾ ਵੀ ਬੜੇ ਤੀਰ ਅੰਦਾਜ਼ ਆ ਤਾਰਾ ਚੰਦ। ਤਬ ਲੱਜਤ ਹੋਏ ਗੁਰਦਾਸ, ਕਹਿੰਦੇ ਗੁਰਦਾਸ ਸ਼ਰਮਿੰਦਾ ਹੋ ਗਏ, ਕਹਿ ਤਾਂ ਗੁਰੂ ਕਾ ਸਿੱਖ ਹੀ ਸੀ ਨਾ, ਭਾਈ ਬਹਿਲੋ ਦਾ ਪਰਿਵਾਰ ਸੀ, ਪਰ ਜਿਹਨੇ ਆਪਣੀ ਗਲਤੀ ਦਾ ਉਹ ਹੋਵੇ ਤਾਂ ਜਾਣੀ ਜਾਣਦੇ, ਇਹਨਾਂ ਕੋਲੋਂ ਕਿਹੜੀ ਗੱਲ ਛੁਪੀ ਹੋਈ ਹੈ। ਹਾਂਜੀ, ਡਰ ਵੀ ਗਿਆ ਮਹਾਰਾਜ ਦਾ, ਪ੍ਰਤਾਪ ਬੜਾ ਸੀ ਮਹਾਰਾਜ ਸ਼ਸਤਰਾਂ, ਅਤੇ ਜਦੋਂ ਮਹਾਰਾਜ ਨੇ ਸੁਣਾ ਵੀ ਗੁਰਦਾ ਭਾਈ ਬਹਿਲੋ ਕੇ ਤੇਰਾ ਭਰਾ ਸੁਣਿਆ ਚੰਗੇ ਤੀਰ ਸਾਡੇ ਬਰਾਬਰ ਚਲਾ ਲਏਗਾ, ਅਤੇ ਜਦੋਂ ਇਹ ਗੱਲ ਕਹੀ ਤਾਂ ਇੱਦਾਂ ਅੱਖਾਂ ਨੀਵੀਆਂ ਹੋ ਗਈਆਂ, ਸ਼ਰਮਿੰਦਾ ਹੋ ਗਿਆ, ਦਿਲ ਦਹਿਲ ਗਿਆ, ਡਰ ਜਿਹਾ ਗਿਆ, ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਬੋਲਿਆ ਗੁਰਦਾਸ, ਪ੍ਰਭ ਜੀ ਹਮਕੋ ਤੁਮਰਾ ਜੋਰ। ਮਹਾਰਾਜ ਸਾਡੇ ਕੋਲ ਕਾਹਦਾ ਜੋਰ ਹੈ, ਸਾਡੇ ਕੋਲ ਤਾਂ ਤੁਹਾਡਾ ਹੀ ਜੋਰ ਹੈ ਮਹਾਰਾਜ,
ਤੁਹਾਡੀ ਦਿੱਤੀ ਰੋਟੀ ਖਾਂਦੇ ਹਾਂ, ਤੁਹਾਡੇ ਦਿੱਤੇ ਸਾਹ ਲੈਂਦੇ ਹਾਂ, ਤੁਸੀਂ ਮਾਲਕ ਹੋ, ਸਭ ਕੁਝ ਤੁਹਾਡਾ ਹੈ। ਮਹਾਰਾਜ ਵੱਡੇ ਛੋਟੇ ਜਿੰਨੇ ਵੀ ਕੰਮ ਨੇ ਤੁਹਾਡੀ ਕਿਰਪਾ ਤੁਹਾਡੇ ਪ੍ਰਤਾਪ ਨਾਲ ਹੀ ਕਰ ਸਕਦੇ ਹਾਂ ਮਹਾਰਾਜ, ਤੁਹਾਡੇ ਬਿਨਾਂ ਤੇ ਅਸੀਂ ਕਦਮ ਵੀ ਨਹੀਂ ਪੁੱਟ ਸਕਦੇ। ਫਿਰ ਮਹਾਰਾਜ ਬੋਲ ਪਏ, ਕਹਿੰਦੇ ਤੇਰਾ ਭਰਾ ਤੀਰ ਕਮਾਨ ਚੰਗੇ ਚਲਾ ਲੈਂਦਾ ਤੀਰ, ਆ ਸੁਣਿਆ ਤਾਰਾ ਚੰਦ ਕਹਿੰਦੇ ਬੜਾ ਚੰਗਾ ਧਨੁਸ਼ ਧਾਰੀ ਹੈ, ਬੜਾ ਤੀਰ ਅੰਦਾਜ਼ ਹੈ। ਕਹਿੰਦੇ ਇਹ ਸੂਰਮਾ ਹੈ ਨਾ, ਕਹਿੰਦੇ ਤਾਰਾ ਚੜਿਆ, ਆਖੋ ਸ੍ਰੀ ਤਾਰਾ ਚੜਿਆ ਲੰਮਾ। ਮਹਾਰਾਜ ਕਹਿੰਦੇ ਤਾਂ ਹੀ ਤੂੰ ਕਿਹਾ ਨਾ ਵੀ ਤਾਰਾ ਚੰਦ, ਤਾਰਾ ਚੰਦ ਅਸਮਾਨ ਦਾ ਤਾਰਾ ਆਇਆ ਤੀਰ ਅੰਦਾਜ਼ੀ ਵਿੱਚ। ਕਹਿੰਦੇ ਬਸ ਹੁਣ ਇਹ ਤਾਰਾ ਛੁਪ ਗਿਆ, ਆਖੋ ਸ੍ਰੀ ਅਸੀਂ ਵੇਖ ਲਿਆ ਤਾਰਾ ਚੰਦ ਚੜਿਆ ਸੀ ਤਾਰਾ, ਹੁਣ ਨਹੀਂ ਤਾਰਾ ਚੰਦ ਰਿਹਾ, ਕਿਉਂ ਗੁਰੂ ਦੇ ਬਰਾਬਰ ਤੀਰ ਚਲਾਏਗਾ, ਗੁਰੂ ਦੇ ਤੀਰ ਚਲਾਏਗਾ। ਹਾਂਜੀ, ਕਹਿੰਦੇ ਸੁਣ ਕੇ ਭਾਈ ਗੁਰਦਾਸ ਤੇ ਤਾਰਾ ਚੰਦ ਕੰਬਣ ਲੱਗ ਪਏ, ਚੁੱਪ ਕਰ ਗਏ, ਏਦਾਂ ਹੱਥ ਜੁੜੇ ਰਹਿ ਗਏ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਾਹਮਣੇ ਦੋਵਾਂ ਭਰਾਵਾਂ ਦੇ। ਬੇਦ ਵੀ ਦੇ ਬਚਨ ਗੁਰੂ ਨਾਲੋਂ ਵੱਧ ਕੇ ਕਹਿ ਬੈਠਾ ਸੀ ਨਾ। ਹਾਂਜੀ, ਹੁਣ ਪਛਤਾਵਾ ਬਹੁਤ, ਫਲ ਮਿਲ ਗਿਆ, ਸਰਾਪ ਮਿਲ ਗਿਆ ਵੀ ਤਾਰਾ ਚੰਦ ਤਾਰਾ ਚੜਿਆ ਸੀ, ਹੁਣ ਛੁਪ ਗਿਆ ਹੈ। ਇਸ ਤਰ੍ਹਾਂ ਬਾਬੇ ਰਾਮ ਰਾਏ ਜੀ ਤੇ ਕਰਗੀਧਰ ਪਾਤਸ਼ਾਹ ਦੀ ਜਮਨਾ ਦੇ ਵਿੱਚ ਮੀਟਿੰਗ ਹੋਈ ਹੈ। ਆਪਸ ਚ ਬੜੇ ਬਚਨ ਬਿਲਾਸ ਕੀਤੇ ਹਨ। ਫਿਰ ਬਾਬਾ ਰਾਮ ਰਾਏ ਜੀ ਮੱਥਾ ਟੇਕ ਕੇ ਵਿਦਾ ਹੋਏ ਹਨ ਗੁਰੂ ਸਾਹਿਬ ਤੋਂ, ਆਗਿਆ ਲਈਏ ਵਾਪਸ ਜਾਣ ਦੀ। ਮਹਾਰਾਜ ਨੇ ਪਰਲੇ ਪਾਸੇ ਉਹਨਾਂ ਨੂੰ ਬੇੜੀ ਤੋਂ ਉਤਾਰਿਆ ਤੇ ਉਹ ਘੋੜੇ ਤੇ ਬਹਿ ਕੇ ਦੇਹਰਾਦੂਨ ਨੂੰ ਚਲੇ ਗਏ। ਆਪਣੇ ਮਸੰਦਾਂ ਨੂੰ, ਤਾਰਾ ਚੰਦ ਵਗੈਰਾ ਨੂੰ, ਰਾਮ ਗੁਰਦਾਸ ਨੂੰ ਨਾਲ ਲੈ ਕੇ ਚਲਾ ਗਿਆ। ਪਰ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੋਈਆਂ ਸਨ ਉਹਨੇ ਆਪਣੇ ਮਸੰਦਾਂ ਨੂੰ, ਆਪਣੇ ਬੰਦਿਆਂ ਨੂੰ ਨਹੀਂ ਦੱਸੀਆਂ। ਆਪਣੇ ਡੇਰੇ ਜਾ ਪ੍ਰਵੇਸ਼ਿਆ ਦੇਹਰਾਦੂਨ ਵਿਖੇ, ਘੋੜੇ ਘੋੜੇ ਤੋਂ ਉਤਰ ਕੇ ਆਪਣਾ ਵਿਸਰਾਮ ਕੀਤਾ ਤੇ ਇਧਰ ਮਹਾਰਾਜ ਵਾਪਸ ਪਾਉਂਟਾ ਸਾਹਿਬ ਆਏ। ਅਗਲੀ ਕਥਾ ਆਪਾਂ ਕੱਲ੍ਹ ਦੇ ਪ੍ਰਕਰਨ ਨੂੰ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾ, ਹੇ ਸਮਰਾਥ ਅਗੰਮ ਪੂਰਨ, ਮੋਹੇ ਮਾਇਆ ਅੰਧਕੂਪ ਮਹਾ ਭਿਆਨ, ਨਾਨਕ ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦੇ।